ਸਤਨਾਮ ਵਾਖੀ ਗੁਰੂ ਸਾਹਿਬ ਜੀਓ ਮਾਰੂ ਮਹੱਲਾ ਪੰਜਵਾਂ ਘਰ ਚੌਥਾ ਅਸ਼ਟ ਪਦੀਆਂ ਇੱਕ ਓ ਅੰਕਾਰ ਸਤ ਗੁਰ ਪਰਸਾਦ ਚਾਂਦਨਾ ਚਾਂਦਨ ਆਂਗਨ ਪ੍ਰਭ ਜਿਉ ਅੰਤਰ ਚਾਂਦਨਾ ਆਰਾਧਨਾ ਆਰਾਧਨ ਨੀਕਾ ਹਰ ਘਰ ਨਾਮ ਆਰਾਧਨਾ ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚੰਦਨਾ ਆਰਾਧਨਾ ਆਰਾਧਨ ਨਿਕਾ ਹਰ ਘਰ ਨਾਮ ਅਰਤ ਨਾਮ ਤਿਆਗਨਾ ਤਿਆਗਨ ਨਿਕਾ ਕਾਮ ਕ੍ਰੋਧ ਲੋਭ ਤਿਆਗਨਾ ਮੰਗਨਾ ਮੰਗਨਾ ਨੀਕਾ ਹਰ ਜੱਸ ਗੁਰ ਤੇ ਮੰਗਨਾ ਜਾਗਨਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਨਾ ਲਗਨਾ ਲਗਨ ਨੀਕਾ चरणी मन लागना ए विद तप ते जाक मस्तक भागना कहो नानक तिस सब किश निका जो प्रभ की शरणागना ਏ ਬਿਦਤ ਸੈ ਪਰਾਪਤੇ ਜੰਕੈ ਮਸਟਕ ਭਾਗਨਾ ਕਹੋ ਨਾਨਕ ਤਿਚ ਸਭ ਕਿਛੁ ਨੀਕਾ ਜੋ ਪ੍ਰਭ ਕੀ ਸਰਣਾ ਗਨਹਾ ਵਾਹਿਗੁਰੂ ਜੀ ਕਾ ਖਾਲਸਾ ਉਹ ਗੁਰੂ ਜੀ ਕੀ ਫਤਿਹ ਸਹਿਬਾਂ ਦੀ ਪਵਿੱਤਰ ਕੋਦ ਵਿੱਚ ਬੈਠ ਕੇ ਆਪ ਜੀ ਨੇ ਸਤਕਾਰਯੋਗ ਗੁਰੂ ਸਹਿਬ ਦੇ ਵਜ਼ੀਰ ਪਾਈ ਸਹਿਬ ਜੀ ਹੋਰਾਂ ਕੋਲੋਂ ਬਹੁਤ ਮਿੱਠੇ ਪਿਆਰੇ ਅੰਦਾਜ਼ ਵਿੱਚ ਰਹਿਰਾਬ ਦੀ ਪਵਿੱਤਰ ਬਾਣੀ ਦਾ ਪਾਠ ਸਰਬ ਨੂੰ ਕੀਤਾ ਕੱਲ ਆਪਾਂ ਗੁਰੂ ਕੋਲੋਂ ਜੀਵਨ ਯੁਗਤ ਸਿੱਖਣ ਲਈ ਇੱਕ ਸ਼ਬਦ ਦੀ ਅਰੰਭਤਾ ਕੀਤੀ ਸੀ ਉਹ ਸ਼ਬਦ ਵਿੱਚ ਪੂਰੇ ਜੀਵਨ ਦੀ ਸਾਡੀ ਇੱਕ ਜਾਂਚ ਸਤਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਮਨੁੱਖ ਨੂੰ ਜੀਵਨ ਜਿਉਣਾ ਆ ਗਿਆ ਬਸ ਇਹ ਮਾਲਕ ਦੇ ਘਰ ਕਬੂਲ ਹੋ ਜਾਣਾ ਹੈ ਇਹਨੂੰ ਜੀਵਨ ਜਿਉਣਾ ਹੀ ਨਹੀਂ ਹੁੰਦਾ ਤਾਂ ਹੀ ਕਰਕੇ ਇਹ ਮਾਲਕ ਦੇ ਦਰ ਤੇ ਪ੍ਰਵਾਨ ਵੀ ਨਹੀਂ ਹੁੰਦਾ ਤਾਂ ਮੇਰੇ ਸਹਿਬ ਨੇ ਕਿਰਪਾ ਕੀਤੀ ਸਾਨੂੰ ਜ਼ਿੰਦਗੀ ਦੇ ਕੁਝ ਨੁਕਤੇ ਸਮਝਾਏ ਨੇ ਜਿਨ੍ਹਾਂ ਵਿੱਚੋਂ ਆਪਾਂ ਕੱਲ ਸਿਰਫ ਦੋ ਵਿਚਾਰੇ ਸਨ ਉਹ ਦੋ ਸਨ ਸਹਿਬ ਜੀ ਨੇ ਕਿਰਪਾ ਕੀਤੀ ਸੀ ਇੱਕ ਤੇ ਚਾਨਣ ਗਿਆਨ ਸਾਰੇ ਨਾਲੋਂ ਚੰਗਾ ਕਿਹੜਾ ਹੈ ਗਿਆਨ ਦੇ ਨਾਲ ਬੜਾ ਵੱਡਾ ਹੰਕਾਰ ਜੁੜਿਆ ਹੋਇਆ ਬੰਦੇ ਦਾ ਗਿਆਨवान ਬੰਦਾ ਜਲਦੀ ਕੀਤਾ ਮੰਨਦਾ ਨਹੀਂ ਹੈ ਗਿਆਨ ਭਾਵੇਂ ਕਿਸੇ ਦਾ ਵੀ ਹੋਵੇ ਖਲਾਕਿ ਗੁਰੂ ਕੋਲ ਆ ਕੇ ਪਤਾ ਲੱਗਦਾ ਹੈ ਬਹੁਤ ਬਰੀ ਅਸੀਂ ਅਗਿਆਨ ਨੂੰ ਵੀ ਗਿਆਨ ਸਮਝ ਕੇ ਵਰਤ ਲੈਨੇ ਏ ਗੱਲ ਤੇ ਗੁਰੂ ਕੋਲ ਆ ਕੇ ਪਤਾ ਲੱਗਦੀ ਹੈ ਗਿਆਨ ਕੀ ਹੈ ਮੈਂ ਇੱਕ ਛੋਟਾ ਜਿਹਾ ਦਰਸ਼ਤਾਂਤ ਵਰਤ ਦੇ ਦਿਆਂ ਬਹੁਤ ਆਤ ਲੋਕ ਐਸੇ ਸਨ ਜਿਹੜੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਾਂ ਪਾਖਿਆਂ ਤੱਕ ਅਣਗਿਣਤ ਤਰ੍ਹਾਂ ਦੀ ਚਰਚਾ ਕਰਦੇ ਰਹੇ। ਔਰ ਜਦੋਂ ਚਰਚਾ ਦੇ ਵਿੱਚ ਉਹ ਗੁਰੂ ਸਾਹਿਬ ਦੇ ਪਵਿੱਤਰ ਉਪਦੇਸ਼ ਨੂੰ ਧਾਰਨ ਕਰਦੇ ਤੇ ਉਸ ਵੇਲੇ ਕਬੂਲ ਕਰਦੇ ਵੀ ਸਤਿਗੁਰੂ ਬਿਲਕੁਲ ਠੀਕ ਹੈ ਸਾਡਾ ਜਿਹੜਾ ਗਿਆਨ ਸੀ ਅਸਲ ਵਿੱਚ ਅਗਿਆਨ ਨੂੰ ਹੀ ਅਸੀਂ ਗਿਆਨ ਸਮਝਦੇ ਰਹੇ। ਸਭ ਨੇ ਕਿਰਪਾ ਕੀਤੀ ਵਿੱਚ ਸਭ ਤੋਂ ਚੰਗਾ ਗਿਆਨ ਕਿਹੜਾ ਹੈ? ਚੰਦਨਾ ਚੰਦਨ ਅੰਗਨ ਪ੍ਰਭੂ ਦੀ ਅੰਤਰ ਚੰਦਨਾ ਦੂਜੀ ਕਰ ਹਜ਼ੂਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸੀ ਆਰਾਧਨਾ ਆਰਾਧਨ ਨੀਕਾ ਹੁਣ ਚਾਨਣ ਹੋ ਗਿਆ ਚਾਨਣ ਵਿੱਚ ਪਤਾ ਲੱਗ ਗਿਆ ਮੈਂ ਇਬਾਦਤ ਕੀ ਦੀ ਕਰਾਂ ਮੈਨੂੰ ਸਾਜਿਆ ਕਿਹਨੇ ਹੈ ਮੈਨੂੰ ਪਾਲਿਆ ਕਿਹਨੇ ਹੈ ਧਰਤੀ ਕਿਹਨੇ ਬਣਾਈ ਹੈ ਆਕਾਸ਼ ਕਿਹਨੇ ਬਣਾਇਆ ਸਮੁੱਚੀ ਕਾਇਨਾਤ ਕਿਹਨੇ ਬਣਾਈ ਹੈ ਇਹ ਸਾਰਾ ਸੰਸਾਰ ਕਿਹਦੇ ਹੁਕਮ ਵਿੱਚ ਚੱਲਦਾ ਮੈਂ ਉਸ ਦੀ ਇਬਾਦਤ ਕਰਾਂ ਜਿਹਦੇ ਅਧੀਨ ਸਮੁੱਚੀ ਕਾਇਨਾਤ ਹੈ ਜਿਹੜੀ ਸਾਰੀ ਕਾਇਨਾਤ ਦਾ ਕਰਤਾ ਹੈ ਮੈਂ ਉਸ ਮਾਲਕ ਦੇ ਚਰਨਾਂ ਵਿੱਚ ਜੁੜਾਂ ਜਿਹਨੂੰ ਮੈਂ ਮੂਲ ਮੰਤਰ ਵਿੱਚ ਕਰਤਾ ਪੁਰਖਹਿ ਕੇ ਆਇਆ ਹੋਇਆ ਮੈਂ ਉਸ ਮਾਲਕ ਦੇ ਚਰਨਾਂ ਵਿੱਚ ਜੁੜਾਂ ਕੋਈ ਜੋ ਜਿਸੈ ਅੰਬਰ ਤਾਰੇ ਕਿਨੋ ਏ ਚੀਤੇ ਚਿਤਨ ਹਾਰੇ ਕੋਰੇ ਪੰਡਿਤ ਅੰਬਰ ਕਾਂਸ਼ਿਓ ਲਾਗਾ ਬੂਝੇ ਬੂਝਨ ਹਰਸ ਭਗਾ ਜੇ ਸਿਮਰਤ ਸੁਖ ਪਾਈਐ ਜਿਹਦੀ ਇਬਾਦਤ ਕਰਿਆ ਜੰਕ ਕੇ ਸਿਮਰਨ ਸਭ ਕਿਛ ਪਾਈਏ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤ ਲਾਗੋ ਜੋ ਸਭ ਮੇਰੇ ਹਸਮਾਈ ਹਾ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਉਹ ਸੱਚੇ ਦੀ ਕਬਾਦਤ ਕਰਨੀ ਮਾਲਕ ਦੇ ਨਾਲ ਜੁੜਨਾ ਪਤਾ ਲੱਗ ਗਿਆ ਮੈਂ ਕਿਸ ਰੱਬ ਦੀ ਪੂਜਾ ਕਰਦਾ ਮੈਂ ਕਿਸ ਪਰਮੇਸ਼ਰ ਦੀ ਪੂਜਾ ਕਰਦਾ ਹਰ ਜੇਠ ਜੁੜੰਦਾ ਲੋੜੀ ਹੈ ਜਿਸ ਅੱਗੇ ਸਭ ਨਿਵਾਨ ਮੈਂ ਉਹਦੀ ਅਵਦਤ ਕਰਦਾ ਜਿਹਦੇ ਚਰਨਾਂ ਵਿੱਚ ਸਾਰੇ ਹੀ ਝੁਕਦੇ ਨੇ ਮੈਂ ਉਹਦੀ ਅਬਦ ਕਰਦੇ ਤਾਂ ਕਿ ਸ਼ਰਨ ਪਰਿਓ ਨਾਨਕ ਦਾਸ ਜਾਣ ਤੇ ਉੱਪਰ ਕੋ ਨਾਹੀ ਹਰ ਕੋ ਨਾਮ ਸਦਾ ਸੁਖਦਾਈ ਜਾਂ ਕੋ ਸਿਮਰ ਅਜਮਲ ਉਧਰਿਓ ਘਣਕਾ ਹੂੰ ਗਤਪਾਈ ਮੈਂ ਉਹਦੀ ਅਬਦ ਕਰਦੇ ਜਿਹੜਾ ਸਾਰੀ ਜ਼ਿੰਦਗੀ ਦੇ ਸੰਕਟ ਕੱਟਣ ਵਾਲਾ ਹੈ ਅਣਗਿਣਤ ਇਹੋ ਜੀ ਬੋਲ ਰਬੀ ਬਾਣੀ ਵਿੱਚੋਂ ਸਾਨੂੰ ਇਸ ਪਾਸੇ ਸੁਚੇਤ ਕਰਦੇ ਨੇ ਮੈਂ ਕਿਹੋ ਜਿਹਾ ਰੱਬ ਦੀ ਇਬਾਦਤ ਕਰਦਾ ਮੈਂ ਕਿਹੋ ਜਿਹਾ ਰੱਬ ਦੀ ਪੂਜਾ ਕਰਦਾ ਮੈਂ ਕਿਹਦੀ ਆਰਾਧਨਾ ਕਰਦਾ ਮੈਂ ਕਿਹਦੀ ਇਬਾਦਤ ਕਰਦਾ ਇਹ ਕੰਨਾ ਧੋਕ ਕੱਲ ਦੀਆਂ ਸੰਮ ਅੱਜ ਦੀ ਗੱਲ ਲੈ ਕੇ ਚੱਲਣਾ ਚਾਹੁੰਦਾ ਅੱਜ ਸਾਬ ਨੇ ਕਿਰਪਾ ਕੀਤੀ ਅਗਲਾ ਅੰਮ੍ਰਿਤ ਵਚਨ ਏਸੇ ਸ਼ਬਦ ਦਾ ਅਸ਼ਟਪਦੀ ਵਿੱਚੋਂ ਤਿਆਗਣਾ ਤਿਆਗਨ ਨੀਕਾ ਕਾਮ ਕਰੋਧ ਲੋਭ ਤਿਆਗਣਾ ਨੀਕਾ ਸ਼ਬਦ ਦਾ ਅਰਥ ਹੁੰਦਾ ਚੰਗਾ ਮੈਂ ਆਪਣੀ ਜ਼ਿੰਦਗੀ ਉਵੇਂ गुजारਣੀ ਹੈ ਜਿਵੇਂ ਮੇਰੇ ਮਾਲਕ ਨੂੰ ਭਾ ਜਾਏ ਉਹਦੇ ਦਰਤੇ ਪ੍ਰਵਾਨ ਹੋ ਜਾਏ ਕਿਉਂਕਿ ਜਿਹੜੀ ਸਿੱਖੀ ਮੈਂ ਕਮਾ ਰਿਆ ਉਹ ਸਿੱਖੀ ਅਸਲ ਵਿੱਚ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਉਹ ਸਿੱਖੀ ਕੀ ਹੈ ਉਹ ਸਿੱਖੀ ਹੈ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਅਸੀਂ ਕਿਸੇ ਮਨੁੱਖ ਦੀ ਅਗਵਾਈ ਵਿੱਚ ਨਹੀਂ ਅਸੀਂ ਗੁਰੂ ਦੀ ਅਗਵਾਈ ਵਿੱਚ ਚੱਲਣਾ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਮੈਂ ਤੇ ਗੁਰੂ ਦੇ ਹੁਕਮ ਵਿੱਚ ਤੁਰਨਾ ਗੁਰੂ ਮੈਨੂੰ ਸਮਝਾਏਗਾ ਵੀ ਤੂੰ ਕਿਵੇਂ ਮਾਲਕ ਦੇ ਦਰ ਤੇ ਪਰਵਾਣ ਹੋ ਸਕਦਾ ਹੈ ਤੋ ਅੱਜ ਦਾ ਜਿਹੜਾ ਬਚਨ ਹੈ ਉਹ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ ਤਿਆਗਣਾ ਤਿਆਗਨ ਨੀਕਾ ਨੀਕਾ ਦਾ ਅਰਥ ਹੁੰਦਾ ਚੰਗਾ ਤਿਆਗ ਕਰਨਾ ਸਭ ਤੋਂ ਚੰਗਾ ਪਰ ਕਿਹੜੀ ਚੀਜ਼ ਦਾ ਤਿਆਗਣਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ ਇਹ ਚੀਜ਼ਾਂ ਦਾ ਤਿਆਗ ਕਰਨਾ ਸਭ ਤੋਂ ਚੰਗਾ ਸੀ ਇਸ ਗੱਲ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ ਹੁਣ ਬੰਦਾ ਐਡੇ ਭਰਮ ਭੁਲੇਖਿਆਂ 'ਚ ਪਿਆ ਹੋਇਆ ਹੈ ਇਹ ਕਦੇ ਤਾਂ ਰੋਟੀ ਛੱਡ ਦਿੰਦਾ ਹੈ ਮਾਲਕ ਤੇ ਰਿਜ਼ਕ ਦਾਤਾ ਹੈ ਉਹ ਤੇ ਤੈਨੂੰ ਮਾਤਾ ਦੇ ਉਧਰ ਵਿੱਚ ਪਰਪਾਲਣਾ ਕਰਦਾ ਰਿਹਾ ਤੇਰੀ ਉੱਥੇ ਤੈਨੂੰ ਭੋਜਨ ਪਹੁੰਚਾਉਂਦਾ ਰਿਹਾ ਮਾਤਾ ਕੇ ਉਧਰ ਮੈਂ ਪਰਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਜੇ ਰੋਟੀ ਤੇ ਭੁੱਖਾ ਰੱਖਣਾ ਹੁੰਦਾ ਉੱਥੇ ਰੱਖ ਲੈਂਦਾ ਕਿਸੇ ਨੇ ਅੰਨ ਛੱਡ ਦਿੱਤਾ ਕਿਸੇ ਨੇ ਕੱਪੜੇ ਪਾਉਣੇ ਛੱਡ ਦਿੱਤੇ ਕਿਸੇ ਨੇ ਪੈਰਾਂ ਵਿੱਚ ਜੁੱਤੀ ਪਾਉਣੀ ਛੱਡ ਦਿੱਤੀ ਕਿਸੇ ਨੇ ਗ੍ਰਸਤੀ ਛੱਡ ਦਿੱਤੀ ਕਿਸੇ ਨੇ ਘਰ ਪਰਿਵਾਰ ਛੱਡ ਦਿੱਤਾ ਜੰਗਲਾਂ ਵਿੱਚ ਜਾ ਕੇ ਬੈਠ ਗਿਆ ਅਣਗਿਣਤ ਤਰੀਕਿਆਂ ਦੇ ਨਾਲ ਲੋਕਾਂ ਨੇ ਤਿਆਗ ਕੀਤਾ ਔਰ ਬੜੇ ਵੱਡੇ ਵੱਡੇ ਤਿਆਗੀ ਆਪਣੇ ਆਪ ਨੂੰ ਕਹਣ ਲੱਗ ਪਏ ਹਜ਼ੂਰ ਕੋਲ ਅੱਜ ਪੁੱਛ ਕੇ ਤੁਰਨਾ ਪਾਣੇ ਮਾਲਕ ਜੀ ਆਖਦੇ ਨੇ ਕਹਿਣ ਲੱਗੇ ਅੰਨ ਨਾ ਖਾਇਆ ਸਾਧਗ ਵਾਇਆ ਬਹੁ ਦੁੱਖ ਪਾਇਆ ਦੂਜੇ ਪਾਇਆ ਕਹਿੰਦੇ ਅੱਗੇ ਤੂੰ ਪ੍ਰਸ਼ਾਦਾ ਪਾਣੀ ਨਹੀਂ ਛਕਿਆ ਉਹ ਸਜਣਾ ਜਦੋਂ ਮੈਂ ਪ੍ਰਸ਼ਾਦੇ ਪਾਣੀ ਦੀ ਸ਼ੁਰੂਆਤ ਕੀਤੀ ਸੀ ਮੈਂ ਤਾਂ ਉਹਦਾ ਨਾਂ ਸੱਚਾ ਸੌਦਾ ਰੱਖਿਆ ਸੀ ਇਹਦਾ ਮਤਲਬ ਤੈਨੂੰ ਗੁਰੂ ਦੇ ਸੱਚੇ ਸੌਦੇ ਤੇ ਵੀ ਇਤਬਾਰ ਨਹੀਂ ਹੈ ਅੰਨ ਛੱਡ ਦਿੱਤਾ ਖਾਣਾ ਅੰਨ ਜੇ ਛੱਡਣਾ ਹੁੰਦਾ ਜੇ ਅੰਨ ਛੱਡਿਆਂ ਰੱਬ ਖੁਸ਼ ਹੋ ਸਕਦਾ ਫਿਰ ਉਹ ਰਿਜ਼ਕ ਦਾਤਾ ਕਿਉਂ ਹੁੰਦਾ ਜੇ ਅੰਨ ਛੱਡਿਆਂ ਰੱਬ ਖੁਸ਼ ਹੁੰਦਾ ਤੇ ਮੈਂ ਲੰਗਰ ਕਿਉਂ ਲਾਉਂਦਾ ਜੇ ਅੰਨ ਛੱਡਿਆ ਖੁਸ਼ ਹੁੰਦਾ ਤੇ ਰੱਬ ਅਣਗਿਣਤ ਲੋਕ ਨੇ ਜਿਹੜੇ ਵਿਚਾਰੇ ਭੁੱਖ ਮਰੀ ਦੀ ਕਾਰਨ ਆਪਣਾ ਜੀਵਨ ਤਬਾਹ ਕਰਕੇ ਚਲੇ ਜਾਂਦੇ ਨੇ ਜੇ ਭੁੱਖ ਅਨਾਜ ਛੱਡਿਆ ਰੱਬ ਖੁਸ਼ ਹੁੰਦਾ ਫਿਰ ਤੇ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਬੰਦਗੀ ਦੇ ਵਿੱਚ ਪਰਮੇਸ਼ਰ ਦੇ ਘਰ ਤੇ ਪਰਮਾਨਗੀ ਮਿਲ ਜਾਣੀ ਛਿੜੜੇ ਵਿਚਾਰੇ ਕਿਸੇ ਕਾਰਨ ਕਰਕੇ ਅੰਨ ਨਹੀਂ ਖਾਂਦੇ ਹਜ਼ੂਰ ਕਹਿੰਦੇ ਨਹੀਂ ਭਲਿਆ ਅੰਨ ਦਾ ਤਿਆਗ ਨਾ ਕਰ ਅੰਨ ਨਾ ਖਾਇਆ ਸਾਧ ਗਵਾਇਆ ਤੂੰ ਆਪਣਾ ਹੀ ਸਵਾਦ ਗਵਾ ਲਿਆ ਆਪਣੀ ਜ਼ਿੰਦਗੀ ਦੇ ਵਿੱਚੋਂ ਰਸ ਗਵਾ ਲਿਆ ਕਿਸੇ ਦਾ ਕੁਝ ਨਹੀਂ ਸਵਾਰ ਸਕਿਆ ਤੂੰ ਕਿਸੇ ਦਾ ਕੁਝ ਕੀ ਸਵਾਰਨਾ ਸੀ ਤੂੰ ਆਪਣਾ ਕੁਝ ਨਹੀਂ ਸਵਾਰ ਸਕਿਆ ਅੰਨਣਾ ਖਾਇਆ ਸਾਦ ਗਵਾਇਆ ਬੌਧਕ ਪਾਇਆ ਦੂਜੇ ਪਾਇਆ ਵਸਤਰ ਨਾ ਪਹਿਰੈ ਵਸਤਰ ਦਾ ਅਰਥ ਹੁੰਦਾ ਕੱਪੜੇ ਕੱਪੜੇ ਨਹੀਂ ਪਹਿਨਦਾ ਵਸਤਰ ਨਾ ਪਹਿਰੈ ਅਹਨੇ ਕਹਿ ਰੈ ਮੌਨ ਵੀ ਕੁੱਤਾ ਕਿਉਂ ਜਾਗੈ ਗੁਰਬਿੰਦ ਸੁੱਤਾ ਪਾਗੂ ਪੇ ਤਾਣਾ ਪਾਗੂ ਪੇ ਤਾਣਾ ਦਾ ਅਰਥ ਹੁੰਦਾ ਪੈਰਾਂ ਤੋਂ ਲੰਘਾ ਤੁਰਿਆ ਫਿਰਦਾ ਪਾ ਗੁਪਹਿਣਾ ਆਪਣਾ ਕੀਆ ਕਮਾਣਾ ਰੱਬ ਦਾ ਕੋਈ ਕਸੂਰ ਨਹੀਂ ਤੂੰ ਆਪਣਾ ਕੀਤਾ ਹੋਇਆ ਆਪੇ ਕਮਾਉਂਦਾ ਫਿਰਦਾ ਓਹ ਭਲਿਆ ਬੇਅੰਤ ਪਸ਼ੂ ਪੰਛੀ ਐ ਜਿਹਨੇ ਜਿਹੜੇ ਸਾਰੀ ਜ਼ਿੰਦਗੀ ਨੰਗਾ ਹੀ ਰਹਿੰਦੇ ਨੇ ਜੇ ਗੱਲ ਇਹਨਾਂ ਦੇ ਨਾਲ ਬਣਨੀ ਹੁੰਦੀ ਸਹਬ ਕੰਜੇ ਨੇ ਨਗਨ ਫਿਰਤ ਜੋ ਪਾਈਆ ਜੋਗ ਬਨਕਾ ਮਿਰਗ ਮੁਕਤ ਸਭ ਹੋਗ ਕਿਆ ਨੰਗੇ ਕਿਆ ਬਾਂਦੇ ਜਾਮ ਜਬ ਨਹੀਂ ਚੀਨਸ ਆਤਮ ਰਾਮ ਕੰਨ ਲੱਗੇ ਆਪਣੇ ਅੰਦਰ ਝਾਤ ਮਾਰ ਕੇ ਵੇਖਣੀ ਸੀ ਸਵਾਰਨਾ ਤੇ ਅੰਦਰ ਨੂੰ ਸੀ ਤੁਬਾਰੀ ਤੌਰ ਤੇ ਕਰਮकांड ਕਰਨ ਲੱਗ ਪਿਆ ਕਦੇ ਅੰਨ ਛੱਡ ਦਿੱਤਾ ਕਦੇ ਪਹਿਰਾ ਜੋੜਾ ਪਾਉਣਾ ਛੱਡ ਦਿੱਤਾ ਕਦੇ ਕੱਪੜੇ ਪਾਉਣੇ ਛੱਡ ਦਿੱਤੇ ਬਾਹਰ ਦੀਆਂ ਗੱਲਾਂ ਵਿੱਚ ਉਲਝਿਆ ਹੋਇਆ ਉਹਨਾਂ ਦਾ ਤਿਆਗ ਕਰੀ ਬੈਠਾ ਜੋ ਅੰਦਰ ਤਿਆਗ ਕਰਨ ਵਾਲੀ ਦਾਸੀ ਉਹਦਾ ਤਿਆਗ ਨਹੀਂ ਕੀਤਾ ਤਿਆਗ ਨਾ ਤਿਆਗ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ ਅਨਗ੍ਰਿਤ ਚੀਜਾ ਛੱਡੀ ਬੈਠਾ ਸਾਬ ਨੇ ਅਮਰਤਮੀ ਬਾਣੀ ਵਿੱਚ ਬਚਨ ਆਖੇ ਨੇ ਕਹਿਣ ਲੱਗੇ ਭਲਿਆ ਗ੍ਰਹਿ ਤੱਜ ਬਨਖੰਡ ਜਾਈਐ ਚੁਨ ਖਾਈਐ ਕੰਦਾ ਕੰਦਾ ਦਾ ਅਰਥ ਹੁੰਦਾ ਕੰਧ ਮੂਲ ਜਣਾ ਖੋਲ-ਖੋਲ ਕੇ ਦਰਖਤਾਂ ਦੀਆਂ ਖੰਡਾ ਹੈ ਬੜਾ ਤਸ਼ੱद्दਦ ਕੀਤਾ ਨੇ ਮਨ ਦੇ ਉੱਤੇ ਗ੍ਰਹਿ ਤੱਜ ਘਰ ਨੂੰ ਛੱਡ ਕੇ ਬਨਖੰਡ ਜਾਈਐ ਜੰਗਲਾਂ ਵਿੱਚ ਚਲਾ ਗਿਆ ਗ੍ਰਹਿ ਤੱਜ ਬਨਖੰਡ ਜਾਈਐ ਤੂੰ ਖਾਈਏ ਕੰਦਾ ਦਰਖਤਾਂ ਦੀਆਂ ਜੜਾਂ ਖਾ ਕੇ ਗੁਜ਼ਾਰਾ ਕਰਨ ਲੱਗ ਪਿਆ ਫਲ ਵੀ ਨਹੀਂ ਖਾਦੇ ਦਰਖਤਾਂ ਕੋਲੋਂ ਖਰਾਨੀ ਦੀ ਗੱਲ ਹੈ ਮੇਰਾ ਮਨ ਕਿਸੇ ਰਸ ਕਸ ਵਿੱਚ ਨਾ ਫਸ ਜਾਏ ਇੱਥੇ ਜ਼ਿਕਰ ਫਲਾਂ ਦਾ ਨਹੀਂ ਹੈ ਜੜਾਂ ਖਾਧੀਆਂ ਜਿਹੜੀਆਂ ਬੇਸਵਾਦੀ ਨੇ ਤਾਂ ਕਿ ਮਨਾ ਮੈਂ ਤੇਰੀ ਅੰਦਰ ਦੀ ਭਾਵਨਾ ਬਿਲਕੁਲ ਮਾਰਦਿਆਂ ਤੂੰ ਰਸ ਕਸ ਦਾ ਸ਼ਕੀਨ ਨਾ ਹੋਵੇਂ ਹਜ਼ੂਰ ਆਖਦੇ ਨੇ ਕਹਿਣ ਲੱਗੇ ਗ੍ਰਹਿ ਤਜ ਬੰਖਣਡ ਚਾਹੀਏ ਤੂੰ ਖਾਈਏ ਕੰਦਾ ਪਰ ਜਦੋਂ ਮੈਂ ਤੈਨੂੰ ਅੰਦਰੋਂ ਵੇਖਿਆ ਵੀ ਤੂੰ ਕੱਪੜੇ ਵੀ ਨਹੀਂ ਪਹਿਨਦਾ ਸ਼ੈ ਤੇਰਾ ਮਨ ਬੜਾ ਨਿਰਮਲ ਹੋ ਗਿਆ ਹੋਏਗਾ ਤੂੰ ਸੁਆਦੀ ਕੋਈ ਭੋਜਨ ਵੀ ਨਹੀਂ ਖਾਂਦਾ ਸ਼ੈ ਤੇਰਾ ਮਨ ਤੇ ਬੜਾ ਉੱਚਾ ਉੱਠ ਗਿਆ ਹੋਏਗਾ ਪਰ ਹਜ਼ੂਰ ਕਹਿੰਦੇ ਨੇ ਭਲਿਆ ਪੁਰਖਾ ਜਦੋਂ ਮੈਂ ਤੇਰੇ ਅੰਦਰ ਝਾਤ ਮਾਰੀ ਤੇ ਮੈਂ ਹੈਰਾਨ ਹੋਇਆ ਤੇਰੇ ਅੰਦਰਲਾ ਪੱਖ ਕਿੱਡਾ ਕਮਜ਼ੋਰ ਹੈ ਤੇਰਾ ਅੰਦਰੂਨੀ ਪੱਖ ਕਿੱਡਾ ਕਮਜ਼ੋਰ ਹੈ ਗ੍ਰਹਿ ਤੱਜ ਬਨਖੰਡ ਜਾਈਏ ਚੁਣ ਖਾਈਏ ਕੰਧਾ ਅਜੋ ਵਿਕਾਰ ਨਾ ਛੋਡੇ ਹੀ ਪਾਪੀ ਮਨਮੰਦਾ ਹਾਡੇ ਤੱਕ ਇਹਨੇ ਵਿਕਾਰ ਨਹੀਂ त्याਗੇ ਮਨ ਉਸੇ ਤਰ੍ਹਾਂ ਦਾ ਮੰਦਾ ਮਨ ਉਸੇ ਤਰ੍ਹਾਂ ਦਾ ਗੰਦਾ ਮਨ ਉਸੇ ਤਰ੍ਹਾਂ ਦਾ ਪਾਪੀ ਬਾਹਰੀ ਤੌਰ ਤੇ ਢੂੜੀ ਲਾ ਕੇ ਬੈਠ ਗਿਆ ਬਾਹਰੀ ਤੌਰ ਤੇ ਬੜੀਆਂ ਗੱਲਾਂ ਕਰਕੇ ਬੈਠ ਗਿਆ ਪਰ ਜੋ ਕੁਝ ਅੰਦਰ ਦਾ ਸਵਾਰਨ ਵਾਲਾ ਸੀ ਉਹ ਬੇਸਵਾਰ ਹੀ ਰਹਿ ਗਿਆ ਉਹ ਉਸੇ ਤਰ੍ਹਾਂ ਅੰਦਰ ਦੀ ਗੱਲ ਅੰਦਰ ਹੀ ਰਹਿ ਗਈ ਹਜ਼ੂਰ ਕਹਿੰਦੇ ਮੈਂ ਤੇਰੇ ਜੀਵਨ ਵੱਲ ਵੇਖ ਕੇ ਬੜਾ ਹੈਰਾਨ ਹੁਣਾ ਹੈ ਜੋ ਤਿਆਗਣਾ ਸੀ ਉਹ ਨਹੀਂ ਛੱਡ ਕੇ ਵੀ ਸਵਰ ਸਕਦਾ ਸੀ ਉਹਨੂੰ ਤੂੰ ਪਕੜੀ ਬੈਠਿਆ ਭਲਿਆ ਅੰਦਰ ਦੇ ਆਪਣੇ ਅੰਤਰ ਆਤਮੇ ਵੱਲ ਵੇਖ ਸੱਭ ਨੇ ਕਿਰਪਾ ਕੀਤੀ ਅਮਰਤ ਵਚਨ ਸਮਝਾਏ ਨੇ ਤਿਆਗਣਾ ਤਿਆਗਨ ਨੀਕਾ ਸਤਗੁਰੂ ਜੀ ਨੇ ਕਿਰਪਾ ਕੀਤੀ ਕਹਿਣ ਲੱਗੇ ਤਿਆਗਣਾ ਸਾਰੇ ਨਾਲੋਂ ਚੰਗਾ ਸੀ ਤਿਆਗ ਕਰਦਾ ਬਹੁਤ ਚੰਗੀ ਗੱਲ ਹੈ ਤੇਰੇ ਜੀਵਨ ਵਿੱਚੋਂ ਪਕੜ ਨਿਕਲਦੀ ਪਰ ਤੇਰੇ ਅੰਦਰ ਦਾ ਤਿਆਗ ਕਾਮ ਦਾ ਹੁੰਦਾ ਇਸ ਗੱਲ ਨੂੰ ਬਹੁਤ ਤਵੱਜੂ ਦੇ ਕੇ ਸਮਝੇ ਰੇ ਮੈਨੂੰ ਮਾਫ਼ ਕਰਿਓ ਕੁਝ ਇੱਕ ਗੱਲਾਂ ਉਹ ਸਿੱਧੀਆਂ ਨੇ ਵੀ ਜਿਹੜੀਆਂ ਆਪਾਂ ਜੇ ਪਰਦੇ ਵਿੱਚ ਰੱਖੀਏ ਤੇ ਮੇਰਾ ਖਿਆਲ ਹੈ ਵੀ ਆਪਾਂ ਅਨਰਥ ਕਰਾਂਗੇ ਉਹਦੀ ਚੰਗੀ ਤਨ ਸਮਝ ਨਹੀਂ ਪਾਵਾਂਗੇ ਹੁਣ ਕੁਝ ਲੋਕ ਉਸ ਹਨ ਜਿਹੜੇ ਸੋਚ ਕੇ ਚਲੇਗੇ ਵੀ ਇਸ ਕਾਮ ਦੀ ਦੁਨੀਆ ਦੇ ਵਿੱਚ ਮਾ ਆਪਣਾ ਜੀਵਨ ਪ੍ਰਬੰਧ ਕਰਾਂਗਾ ਉਹ ਘਰ ਗ੍ਰਿਸ਼ਟੀ ਨੂੰ ਛੱਡ ਕੇ ਚਲੇ ਗਿਆ ਜੰਗਲਾਂ ਵਿੱਚ ਚਲੇ ਗਿਆ ਸਹਿਬ ਨੇ ਅੰਮ੍ਰਿਤ ਬਾਣੀ ਦੇ ਬਚਨ ਆਖਿਆ ਘਰ ਕੀ ਨਾਰ ਤਿਆਗੈ ਅੰਧਾ ਪਰ ਨਾਰਿ ਸ਼ਿਓ ਘਰ ਲੈ ਧੰਦਾ ਆਪਣੇ ਘਰ ਗ੍ਰਿਸ਼ਟੀ ਨੂੰ ਛੱਡ ਕੇ ਚਲਾ ਗਿਆ ਬਾਹਰ ਜਾ ਕੇ ਧੀਆ ਪੇੜਾਂ ਦੀਆਂ ਨਾਲ ਉਹਨਾਂ ਦੀਆਂ ਉਹਨਾਂ ਨੂੰ ਮੈਲੀ ਨਜ਼ਰ ਨਾਲ ਵੇਖਦਾ ਜੀਵਨ ਅੰਦਰ ਤੇ ਕੰਮ ਹੈ ਨਾ ਕਬੜੀ ਫਿਰ ਤੋਂ ਬਜੂ ਦੇ ਕੇ ਸਮਝਿਓ ਬੜੀ ਪਿਆਰੀ ਬਾਤ ਲਿਖੀ ਕਿਸੇ ਵਿਦਵਾਨ ਪੁਰਸ਼ ਨੇ ਉਹ ਕਹਿੰਦੇ ਸਜਣਾ ਤੂੰ ਪਿਆਸ ਦਾ ਤਿਆਗ ਨਹੀਂ ਕਰ ਸਕਦਾ ਪਾਣੀ ਦਾ ਤਿਆਗ ਕਰ ਸਕਦਾ ਪਾਣੀ ਦੀ ਥਾਂ ਤੇ ਕੋਈ ਹੋਰ ਚੀਜ਼ ਪੀ ਲਵੇਂ ਪਰ ਪਿਆਸ ਦਾ ਤਿਆਗ ਨਹੀਂ ਤੇਰੇ ਕੋਲ ਹੋਣਾ ਪਿਆਸ ਰੱਬ ਦੀ ਦਿੱਤੀ ਹੋਈ ਦਾਤ ਹੈ ਪਿਆਸ ਰੱਬ ਨੇ ਪਾਈ ਹੋਈ ਹੈ ਪਾਣੀ ਦਾ ਤਿਆਗ ਕਰ ਦੇਗਾ ਕੋਈ ਕੋਲ ਡਰਿੰਕ ਪੀਲੇਗਾ ਕੋਈ ਜੂਸ ਪੀਲੇਗਾ ਕੋਈ ਦੁੱਧ ਪੀਲੇਗਾ ਕੋਈ ਨਾ ਕੋਈ ਸਾਧਨ ਬਣਾ ਲੇਗਾ ਮੈਂ ਮੈਂ ਪਾਣੀ ਨਹੀਂ ਪੀਣਾ ਪਾਣੀ ਦਾ ਤਿਆਗ ਹੋ ਸਕਦਾ ਹੈ ਪਿਆਸ ਦਾ ਨਹੀਂ ਉਜਨ ਦਾ ਤਿਆਗ ਹੋ ਸਕਦੇ ਭੁੱਖ ਦਾ ਨਹੀਂ ਤੂੰ ਬਿਸਤਰੇ ਦਾ ਤਿਆਗ ਕਰ ਸਕਦੇ ਪਰ ਨੀਂਦ ਦਾ ਨਹੀਂ ਤੇਰੇ ਕੋਲ ਨਹੀਂ त्याਗਣਾ ਐਸੇ ਤਰ੍ਹਾਂ ਬੰਦੇ ਨੂੰ ਗੁਰੂ ਨੇ ਗੱਲ ਸਮਝਾਈ ਤੂੰ ਇਸਤਰੀ ਦਾ त्याग ਕਰ ਸਕਦਾ ਪਰ ਕਾਮ ਦਾ ਨਹੀਂ ਕਿਉਂਕਿ ਤੇਰੀ ਉਤਪਤੀ ਕਾਮ ਦੇ ਵਿੱਚੋਂ ਹੋਈ ਹੈ ਤੂੰ ਕਾਮ ਵਿੱਚੋਂ ਜੰਮਿਆ ਕਾਮ ਵਿੱਚ ਪਲਿਆ ਕਾਮ ਵਿੱਚ ਰਿਹਾ ਤੇ ਇਹ ਗੱਲ ਤੇਰੇ ਅੰਦਰੋਂ ਨਿਕਲ ਨਹੀਂ ਸਕਦੀ ਪਰ ਹਾਂ ਗੁਰੂ ਕੋਲ ਪੁੱਛ ਭਈ ਮੈਂ ਆਪਣੇ ਜੀਵਨ ਦੇ ਵਿੱਚੋਂ ਹੁਣ ਦੇਖੋ ਇੱਕ ਪਾਸੇ ਤਾਂ ਸਾਨੂੰ ਕਾਮ ਤੋਂ ਬਚਣ ਦੀ ਗੱਲ ਹੈ ਦੁਨਿਆਵਾਂ ਸੇ ਘਰ ਗ੍ਰਸਤੀ ਜੀਵਨ ਦਿੱਤਾ ਹੋਇ ਸਤਗੁਰੂ ਜੀ ਨੇ ਇਸੇ ਲਈ ਕਿ ਅਸੀਂ ਕਾਮ ਕਦੋਂ ਵਿਕਾਰੀ ਬਣਦਾ ਹੈ ਜਦੋਂ ਅਸੀਂ ਇਹਦੀਆਂ ਹੱਦ ਬੰਨੇ ਤੋੜ ਕੇ ਆਪਣੇ ਜੀਵਨ ਨੂੰ ਮੈਲਾ ਕਰਨ ਦੀ ਕੋਸ਼ਿਸ਼ ਕਰਦੇ ਆਂ ਹਜ਼ੂਰ ਨੇ ਬੜੀ ਪਿਆਰੀ ਬਖਸ਼ਿਸ਼ ਕੀਤੀ ਕਹਿਣ ਲੱਗੇ ਸਜਣਾ ਆਪਣੇ ਘਰ ਗ੍ਰਸਤੀ ਪਰਿਵਾਰ ਵਿੱਚ ਰਹਿ ਕੇ ਤੂੰ ਆਪਣੇ ਜੀਵਨ ਦੀਆਂ ਲੋੜਾਂ ਪੂਰੀਆਂ ਕਰ ਪਰ ਇੱਕ ਗੱਲ ਚੇਤਾ ਰੱਖੀ ਤੂੰ ਮਾਨਸਿਕ ਪੱਧਰ ਤੇ ਕਾਮੀ ਨਾ ਹੋਵੇਂ ਤੇਰੀ ਬਿਰਤੀ ਕਾਮੀ ਨਾ ਹੋਵੇ ਕੱਲ ਤੂੰ ਦੂਜੇ ਦੀਆਂ ਧੀਆਂ ਪੈਣਾ ਨੂੰ ਵੇਖੇ ਤੇ ਤੇਰੀ ਦ੍ਰਿਸ਼ਟੀ ਐਡੀ ਉੱਚੀ ਹੋਵੇ ਉਹਨਾਂ ਵਿੱਚ ਤੂੰ ਤਿੰਨ ਦਰਜੇ ਦੇ ਸਕਦਾ ਉਹ ਮੇ ਤੂੰਜੀ ਉਸ ਤੋਂ ਅਗਲੀ ਗੱਲ ਤੇਰੇ ਜੀਵਨ ਵਿੱਚ ਕੋਈ ਨਾ ਹੋਵੇ ਤੇਰਾ ਸੁੱਚਾ ਜੀਵਨ ਹੋਵੇ ਗੁਰਬਾਣੀ ਦੇ ਵਿੱਚੋਂ ਕੁਝ ਇੱਕ ਬਚਨ ਤੁਹਾਡੇ ਨੂੰ ਸਾਂਝੇ ਕਰਨੇ ਨੇ ਮੇਰੇ ਮਾਲਕ ਨੇ ਕਿਰਪਾ ਕੀਤੀ ਕਹਿਣ ਲੱਗੇ ਸਜਣਾ ਜੇ ਤੇਰੀ ਅੱਖ ਵਿੱਚ ਕਸੂਰ ਹੈ ਨਾ ਮੈਂ ਤੇਰੀ ਅੱਖ ਦਾ ਇਲਾਜ ਕਰਨਾ ਚਾਹੁੰਦਾ ਹੈ ਜਿਹੜਾ ਕਾਮ ਹੈ ਉਹ ਤੇਰੀ ਅੱਖ ਵਿੱਚ ਵੱਸਦਾ ਹੈ ਜਿਹੜਾ ਕਾਮ ਹੈ ਉਹ ਤੇਰੀਆਂ ਵਿਚਾਰਾਂ ਵਿੱਚ ਵੱਸਦਾ ਹੈ ਪਹਿਲਾਂ ਤੋਂ ਦੇ ਕੇ ਗੱਲ ਚੱਲੀਏ ਇੱਕੀ ਗੱਲ ਨੂੰ ਚੰਗੀ ਤਰ੍ਹਾਂ ਤਵੱਜੂ ਦੇ ਕੇ ਸਮਝਿਓ ਗੁਰੂ ਨਾਨਕ ਸਾਹਿਬ ਜੀ ਨੇ ਅੰਮ੍ਰਿਤ ਵਚਨ ਬਖਸ਼ਿਸ਼ ਕੀਤੇ ਨੇ ਆਸਾ ਕੀ ਵਾਰ ਵਿੱਚ ਅੱਖੀਂ ਸੂਤਕ ਵੇਖਣਾ ਪਰ ਤੇਰੇ ਆ ਪਰਤਨ ਰੂਪ ਜੇ ਤੇਰੀਆਂ ਅੱਖਾਂ ਕਿਸੇ ਦੇ ਰੂਪ ਨੂੰ ਵੇਖਦੀਆਂ ਨੇ ਤਾਂ ਸਮਝ ਲੈ ਤੇਰੀਆਂ ਅੱਖਾਂ ਸੁਟੀਆਂ ਨਹੀਂ ਹੋ ਸਕਨੀਆਂ ਇੱਕ ਪਲ ਮੈਂ ਫੇਰ ਉਕਣ ਲੱਗਾ 10 ਕਈ ਵਾਰੀ ਬੇਨਤੀ ਕਰਦਾ ਤੁਸੀਂ ਕਦੇ ਦੇਖਿਓ ਜਦੋਂ ਕੋਈ ਘਰੋਂ ਆਉਂਦਾ ਹੈ ਬੜੀ ਬੜੀ ਅਰਜ਼ ਕਰੀਦੀ ਹੈ ਕੋਈ ਘਰੋਂ ਆਉਂਦਾ ਹੈ ਉਹਨੂੰ ਪੁੱਛੀਏ ਵੀ ਕਿੱਥੇ ਥੱਲੇ ਹੋ ਕਹਿਣ ਲੱਗੇ ਮਹਾਰਾਜ ਦੇ ਦਰਸ਼ਨ ਕਰਨ ਚਲੇ ਆ ਮubarrak ਇੱਥੇ ਤੱਕ ਆਇਆ ਜੋੜਾ ਖੋਲਿਆ ਪੇਟਾ ਰੱਖਣ ਵਾਸਤੇ ਪੈਸੇ ਕੱਢੇ ਗੁਰੂ ਚਰਨਾਂ ਵਿੱਚ ਆਇਆ ਪੇਟਾ ਵੀ ਰੱਖੀ ਜਦੋਂ ਸਾਹਮਣੇ ਖਲੋਤਾ ਦਰਸ਼ਨ ਕਰਨ ਵਾਸਤੇ ਖਰਾਨੀ ਦੀ ਗੱਲ ਅੱਖਾਂ ਬੰਦ ਕਰਕੇ ਖਲੋ ਗਿਆ ਤੁਸੀਂ ਅਕਸਰ ਬੰਦੇ ਨੂੰ ਦੇਖੋ ਕਿਸੇ ਵੀ ਧੀ ਪੈਣ ਬੱਚੀ ਕਿਸੇ ਨੂੰ ਵੀ ਦੇਖੋ ਜਦੋਂ ਖੜੋ ਕੇ ਮੱਥਾ ਟੇਕਣ ਲੱਗੇਗਾ ਉਦੋਂ ਅੱਖਾਂ ਉਹਦੀਆਂ ਬੰਦ ਹੋਣਗੀਆਂ ਅਕਸਰ ਉਹਨੂੰ ਪੁੱਛੀਏ ਭਈ ਐਡੀ ਦੂਰੋਂ ਚੱਲ ਕੇ ਆਇਓ ਦਰਸ਼ਨ ਕਰਨ ਵਾਸਤੇ ਆਇਓ ਜਦੋਂ ਸਾਹਮਣੇ ਖਲੋਤੇ ਤੇ ਅੱਖਾਂ ਬੰਦ ਕਰਕੇ ਖਲੋਗੇ ਹੋ ਇੱਕ ਇਹੋ ਜਿਹਾ ਦਰਸ਼ਨ ਨੇ ਉਹ ਬੰਦਾ ਇੱਕ ਜਵਾਬ ਦੇਵੇਗਾ ਖੋਖ ਕੇ ਆਪਣੇ ਆਪ ਨੂੰ ਆਮ ਨਹੀਂ ਜਵਾਬ ਹੁੰਦਾ ਇਹਨਾਂ ਚੀਜ਼ਾਂ ਦਾ ਖੋਖ ਕੇ ਆਪਣੇ ਆਪ ਨੂੰ ਜਵਾਬ ਦੇਗਾ ਵੀ ਸੱਚ ਐ ਸਜਣਾ ਆਇਆ ਤੇ ਬੜੀ ਦੂਰ ਹਸਾਂ ਆਇਆ ਬੜੀ ਦੂਰ ਹਸਾਂ ਦਰਸ਼ਨਾਂ ਦੀ ਪਿਆਸ ਲੈ ਕੇ ਆਇਆ ਸਾਂ ਪਰ ਜਦੋਂ ਮੈਂ ਗੁਰੂ ਦੇ ਸਨਮੁਖ ਖਲੋਤਾ ਗੁਰੂ ਦੇ ਇੱਕ ਝਲਕ ਮੈਂ ਦਰਸ਼ਨ ਕੀਤੇ ਮੇਰੀਆਂ ਅੱਖਾਂ ਦੇ ਦਰਵਾਜੇ ਮੈਨੂੰ ਪਤਾ ਵੀ ਨਹੀਂ ਲੱਗਿਆ ਕਦੋਂ ਬੰਦ ਹੋ ਗਏ ਮੇਰੀਆਂ ਅੱਖਾਂ ਦੇ ਦਰਵਾਜੇ ਆਪੇ ਬੰਦ ਹੋ ਗਏ ਮੈਨੂੰ ਅੰਦਰਲਾ ਕਹਿਣ ਲੱਗ ਪਿਆ ਜਿਹੜਾ ਅੰਮ੍ਰਿਤ ਤੂੰ ਅੱਖਾਂ 'ਚ ਵਸਾ ਲਿਆ ਹੋ ਇਹਨਾਂ ਦੇ ਦਰਵਾਜੇ ਬੰਦ ਕਰ ਲੈ ਅੰਮ੍ਰਿਤ ਨੂੰ ਸਾਭ ਕੇ ਰੱਖੀ ਤੂੰ ਕਿਸੇ ਉਸ ਭਿਖਾਰੀ ਵਰਗਾ ਨਾ ਬਣ ਜਾਈ ਜਿਹੜਾ ਇੱਕੋ ਬਾਟੇ ਵਿੱਚ ਜ਼ਹਿਰ ਵੀ ਪੁਆਈ ਜਾਂਦਾ ਇੱਕੋ ਬਾਟੇ ਵਿੱਚ ਅੰਮ੍ਰਿਤ ਵੀ ਪੁਆਈ ਜਾਂਦਾ ਇਹਨਾਂ ਅੱਖਾਂ ਨਾਲ ਗੁਰੂ ਕੇ دیدار ਕਰ ਲੈ ਫਿਰ ਮੁੜ ਕੇ ਬਾਹਰ ਜਾ ਕੇ ਆਪਣੇ ਜੀਵਨ ਮੇਲਾ ਨਾ ਕਰੀ ਇਹਨਾਂ ਨੇਤਰਾਂ ਨੂੰ ਸੁੱਚਾ ਹੀ ਰੱਖੀ ਗੁਰੂ ਅੱਗੇ ਅਰਦਾਸ ਕਰੀ ਕਾਗਾ ਕਰ ਢੰਡੋਲੇ ਆ ਸਗਲਾ ਖਾਇਆ ਮਾਸ ਇਹ ਦੋਈ ਨੈਨਾ ਮਤਿ ਸ਼ੂਹੋ ਪਿਰ ਦੇਖਣ ਕੀ ਆਤਮੇ ਕੁਝ ਵੀ ਸੰਭਾਲ ਕੇ ਨਹੀਂ ਰੱਖਿਆ ਮੈਂ ਸਿਰਫ ਆਪਣੀਆਂ ਅੱਖਾਂ ਸੰਭਾਲ ਕੇ ਰੱਖੀਆਂ ਨੇ ਮਾਲਕ ਜਦੋਂ ਮੈਂ ਤੇਰਾ دیدار ਕਰਾਂ ਇਨ ਅੱਖਾਂ ਵਿੱਚ ਕਾਮਨਾ ਨਾ ਹੋਵੇ ਜਦੋਂ ਮੈਂ ਤੇਰਾ دیدار ਕਰਾਂ ਇਨ ਅੱਖਾਂ ਵਿੱਚ ਹੰਕਾਰ ਨਾ ਹੋਵੇ ਤੂੰ ਮੇਰੇ ਤੇ ਕਿਰਪਾ ਕਰੀ ਮੇਰੀ ਅੱਖ ਸੁੱਚੀ ਰਹਿ ਸਕੇ ਕੋਈ ਅੰਗ ਤੇ ਸੁੱਚਾ ਰੱਖ ਲਈ ਆਪਣੇ ਮਾਲਕ ਦੇ ਦਰਸ਼ਨਾਂ ਵਾਸਤੇ ਬੈਂਤੀ ਕਰ ਰਿਹਾ ਸਾ ਗੁਰਦੇਵ ਕਹਿਣ ਲੱਗੇ ਮੈਂ ਤੇਰੀ ਬਿਰਤੀ ਵਿੱਚੋਂ ਕੰਮ ਕੱਢਣਾ ਹੈ ਬਸ ਗੱਲ ਇਤਨੀ ਹੈ ਇਸ ਕਾ ਨੂੰ ਸਮਝੇ ਤਵਜੋ ਦੇ ਕੇ ਹਜ਼ਰਤ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ ਬੋਲ ਆਖ ਦਿੱਤੇ ਅੱਖੀਂ ਸੂਤਕ ਵੇਖਣਾ ਪਰ ਤੇਰੇ ਆਪਰਤਨ ਰੂਪ ਫਿਰ ਅੱਗੇ ਵਾਰੀ ਆਈ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਗੁਰੂ ਅਮਰਦਾਸ ਜੀ ਨੇ ਵੀ ਬਾਕੀ ਗੁਰੂਆਂ ਨੇ ਵੀ ਇਸ ਗੱਲ ਤੇ ਪਹਿਰਾ ਦਿੱਤਾ ਹੈ ਗੁਰੂ ਅਮਰਦਾਸ ਜੀ ਦੇ ਅਮਰਤ ਬੋਲ ਪੜ੍ਹਦੇ ਹੋ ਇਹ ਨੇਤਰੋ ਮੇਰੇ ਉਹ ਹਰ ਤੋਂ ਮੈਂ ਜੋਤਰੀ ਹਰਬਿਨ ਅਬਰਨਾ ਦੇਖੋ ਕੋਈ ਹਰਬਿਨ ਅਬਰਨਾ ਦੇਖੋ ਕੋਈ ਨਦਰੀ ਕਰਨੇ ਹੱਲਿਆ ਇਹ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ ਗੁਰੂ ਰਾਮਦਾਸ ਜੀ ਦਾ ਪਵਿੱਤਰ ਵਚਨ ਹੁੰਦਾ ਜਦੋਂ ਹੁਣ ਸਿੱਖ ਨੇ ਦੇਖੋ ਕਿਹੋ ਜੀ ਜੁਗਤ ਸਾਡੇ ਬਜ਼ੁਰਗਾ ਨੇ ਬਣਾਈ ਹਾਲਾਂਕਿ ਜਿਹੜੇ ਸ਼ੰਤ ਨੇ ਨਾ ਇਹ ਆਸਾ ਕੀ ਵਾਰ ਨਾਲੋਂ 10 ਪੰਨੇ ਵੱਖਰੇ ਨੇ ਸ਼ੰਤ ਨੇ ਜਿਹੜੇ ਉਹ ਆਸਾ ਕੀ ਵਾਰ ਦੇ ਨਾਲ ਨਹੀਂ ਲਿਖੇ ਹੋਏ ਗੁਰੂ ਸਾਹਿਬ ਦੇ ਸ਼ੰਤ ਹੋਰ ਵੀ ਨੇ ਰੱਬ ਜਾਣੇ ਕਿਹਨਾਂ ਦਾਨੇ ਪੁਰਖਾਂ ਨੇ 10 ਪੰਨਿਆਂ ਦਾ ਅੰਤਰ ਹੈ 10 ਪੰਨੇ ਸ਼ੰਤ ਪਹਿਲਾਂ ਨੇ ਆਸਾ ਕੀ ਬਾਣ ਮਗਰੋਂ ਸ਼ੁਰੂ ਹੁੰਦੀ ਹੈ ਪਰ ਗੁਰਦੇਵ ਨੇ ਕਿਰਪਾ ਕਰ ਦਿੱਤੀ ਉਹ ਪਤਾ ਨਹੀਂ ਕਿਸ ਦਾਨੇ ਪੁਰਖ ਨੇ ਇਹ ਰੀਤ ਬਣਾ ਦਿੱਤੀ 24 ਸ਼ੰਤ ਉਹਨਾਂ ਨੇ ਝੁੱਕ ਕੇ ਆਸਾ ਕੀ ਬਾਣ ਦੇ ਨਾਲ ਲਾ ਦਿੱਤੇ ਹੁਣ ਜਦੋਂ ਪਹਿਲਾ ਸ਼ੰਤ ਪੜਦੇ ਹੋ ਅੰਮ੍ਰਿਤ ਬਿਲੇ ਪਹਿਲਾ ਛੰਤ ਪੜਿਓ ਜਿੱਥੋਂ ਆਸਾ ਕੀ ਬਾਣੀ ਸ਼ੁਰੂਆਤ ਹੀ ਕੀਤੀ ਜਾਂਦੀ ਹੈ ਰਾਗੀ ਸਿੰਘਾਂ ਵੱਲੋਂ ਪਹਿਲੇ ਛੰਤ ਕੀ ਹੈ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾਂ RAM ਰਾਜੇ ਮਨ RAM ਕਸ਼ਵੱਟੀ ਲਾਇਆ ਕੰਚਨ ਸੋ ਬਿਨਾ ਗੁਰਦੇਵ ਕਹਿਣ ਲੱਗੇ ਪੁੱਤਰਾ ਹੁਣ ਤੱਕ ਤੂੰ ਰਿਹਾ ਸੀ ਪਰਿਵਾਰ ਵਿੱਚ ਰਾਤ ਤੂੰ ਆਪਣੇ ਪਰਿਵਾਰ ਵਿੱਚ guzari ਹੈ ਹੁਣ ਤੂੰ ਜਾਣੇ ਸੰਸਾਰ ਵਿੱਚ ਕਾਰੋਬਾਰਾਂ ਦੇ ਉੱਤੇ ਸੰਸਾਰ ਨੂੰ ਵੇਖਣ ਲਈ ਤੇਰੀਆਂ ਅੱਖਾਂ ਮੈਲੀਆਂ ਨਾ ਉਹ ਜਾਣ ਲਿਆ ਮੈਂ ਇਹਨਾਂ ਵਿੱਚ ਅੰਮ੍ਰਿਤ ਦੇ ਛਿੱਟੇ ਮਾਰਦੀਆਂ ਪੁੱਤਰਾ ਜਦੋਂ ਤੂੰ ਦੁਨੀਆ ਵਿੱਚ ਜਾਵੇਂ ਤੈਨੂੰ ਹਰ ਇੱਕ ਧੀ ਪਹਿਣ ਆਪਣੀ ਧੀ ਪਹਿਣ ਨਜ਼ਰ ਆਵੇ ਮੈਂ ਬੇਨਤੀ ਕਰਾਂ ਕਿਤੇ ਗੁਰੂ ਕੋਲੋਂ ਕਿਰਦਾਰ ਸਿੱਖਿਆ ਹੁੰਦਾ ਅੱਜ ਇੱਕ ਪਿਆਉ ਧੀ ਦਾ ਰਿਸ਼ਤਾ ਲੋਕ ਮੇਲਾ ਨਾ ਕਰ ਦੇ ਅੱਜ ਤੇ ਕਿਸੇ ਵੇਲੇ ਵਕਤ ਸੀ ਸਿੱਖਦਾ ਜੀਵਨ ਉਹ ਹੁੰਦਾ ਸੀ ਜਦੋਂ ਕਿਸੇ ਟ੍ਰੇਨ 'ਚ ਵੀ ਸਫ਼ਰ ਕਰ ਦਸੀ ਤੇ ਲੋਕ ਉੱਠ ਕੇ ਆ ਜਾਂਦੇ ਸਨ ਬੱਤੀਏ ਜੇ ਇਸ ਗੱਡੀ ਦੇ ਵਿੱਚ ਜੇ ਇਸ ਟ੍ਰੇਨ ਦੇ ਡੱਬੇ 'ਚ ਕੋਈ ਸਿੱਖ ਬੈਠਾ ਪੱਗ ਵਾਲਾ ਤੇ ਮੈਨੂੰ ਜਾਣਦੀ ਤੇਰੇ ਨਾਲ ਲੋੜ ਨਹੀਂ ਹੈ ਉਨੀ ਤੇ ਇਫਾਜਤ ਤੇਰੀ ਮੈਂ ਨਹੀਂ ਕਰ ਸਕਾਂਗਾ ਜਿੰਨੀ ਇਫਾਜਤ ਤੇਰੀ ਆ ਸਿੱਖ ਕਰੇਗਾ ਕਿਉਂਕਿ ਇਹਦਾ ਜੀਵਨ ਕਿਰਦਾਰ ਮਾਲਕ ਨੇ ਐਡਾ ਉੱਚਾ ਚੁੱਕਿਆ ਹੋਇਆ ਹੈ ਇਹਦੀ ਸੋਚ ਵਿੱਚ ਕੰਮ ਹੋਣਾ ਤੇ ਵਕਰੀ ਗੱਲ ਹੈ ਇਹਦੇ ਤੇ ਅੱਖ ਵਿੱਚ ਵੀ ਕੰਮ ਨਹੀਂ ਹੈ ਜੀਵਨ ਤੇ ਸਤਗੁਰ ਜੀ ਨੇ ਸਾਨੂੰ ਆ ਦਿੱਤਾ ਸੀ ਹੁਣ ਤੁਸੀਂ ਅਜੋਕੇ ਸਮੇਂ ਚ ਮੈਨੂੰ maaf ਕਰਿਓ ਮੈਂ ਗੱਲ ਸੱਚ ਦੀ ਕਹਿਣਾ ਚਾਹੁੰਦਾ ਅਜੋਕੇ ਸਮੇਂ ਚ ਦੇਖੋ ਆਮ ਮਨੁੱਖ ਦੀ ਤੇ ਗੱਲ ਛੱਡੋ ਕਈ ਵਾਰੀ ਹੂੰ ਪ੍ਰਤੀਤ ਹੁੰਦਾ ਜਿਵੇਂ ਅਖਬਾਰ ਨੂੰ ਵੀ ਅੱਗ ਲੱਗ ਜਾਏਗੀ ਜਦੋਂ ਖਬਰ ਸੁਣਾਉਂਦਾ ਫਲਾਣਾ ਬ੍ਰਹਮ ਗਿਆਨੀ ਫਲਾਣਾ ਉੱਚੀਆਂ ਡਿਗਰੀਆਂ ਵਾਲਾ ਤੇ ਉਹ ਇਵੇਂ ਕਿਸੇ ਧੀ ਪੈਣ ਦੀ ਇੱਜ਼ਤ ਲੁੱਟਦਾ ਫੜਿਆ ਗਿਆ ਫਿਰ ਗੁਰਦੇਵ ਨੇ ਤੜੀ ਆਖਿਆ ਸੀ ਨਾ ਗੱਜ ਸਾਢੇ ਤੈ ਤੈ ਝੂਤੀਆਂ ਤੇਰੇ ਪਾਇ ਨੇ ਤੱਗ ਗਲੀ ਜਿਨਾਂ ਜਪਮਾਲੀਆਂ ਲੋਟੇ ਹੱਤ ਨਬਗ ਓਏ ਹਰ ਕੇ ਸੰਤ ਨਾ ਆਖੀਏ ਬਨ ਅਰਥ ਕੇ ਠਗ ਮੁਬਾਰਕ ਜਿਹੜੇ ਚੰਗੇ ਨੇ ਉਹਨਾਂ ਲੋਕਾਂ ਨੂੰ ਸੀ ਚੰਗੇ ਕਹਿਣ ਦੀ ਜੁਰਤ ਨਹੀਂ ਕਰਦੇ ਕੋਈ ਹੈ ਜਿਹੜਾ ਬ੍ਰਹਮ ਗਿਆਨੀ ਕੋਈ ਹੈ ਜਿਹੜਾ 108 ਨਾਂ ਲਾ ਕੇ ਭਗਤ ਪੂਰਨ ਸਿੰਘ ਦਾ ਨਾਂ ਲੈਂਦਾ ਹੋਵੇ ਹਾਲਾਂਕਿ ਉਹ ਪੂਰਨ ਸੰਤ ਹੈ ਉਹਦੇ ਨਾਲ ਕੋਈ ਕਿਉਂ ਨਹੀਂ ਲਾਉਂਦਾ ਕਿਉਂਕਿ ਉਹ ਗੜਬੇ ਲੈ ਕੇ ਅੰਦਰ ਨਹੀਂ ਆਉਂਦਾ ਉਦੇ ਨਾਲ ਨਾਲ ਕੋਈ ਕਿਉਂ ਨਹੀਂ ਲਾਉਂਦਾ ਕਿਉਂਕਿ ਉਹ ਤੇ ਗਰੀਬਾਂ ਦੇ ਮੂੰਹ ਪੋਚਦਾ ਹੈ ਉਹਦੇ ਨਾਲ ਨਾਲ ਕੋਈ ਕਿਉਂ ਨਹੀਂ ਲਾਉਂਦਾ ਕਿਉਂਕਿ ਉਹ ਤੇ ਲੋਕਾਂ ਗਰੀਬਾਂ ਅਨਾਥਾਂ ਦੇ ਜਿਨ੍ਹਾਂ ਦੀ ਕੋਈ ਸੇਵਾ ਸੰਭਾਲ ਨਹੀਂ ਕਰਦਾ ਉਹਨਾਂ ਦਾ ਤਾਂ ਬਿਸਤਾਂ ਵੀ ਸਾਫ਼ ਕਰ ਦਿੰਦਾ ਉਹ ਉਹਨੂੰ ਵੇਖ ਕੋਈ ਸੱਜਣਾ ਜੇ ਤੂੰ ਕੋਈ ਦੇਖਣਾ ਚਾਹੁੰਦਾ ਸੰਤ ਤਾਂ ਉਹਨੂੰ ਵੇਖ ਉਹਦੇ ਵਰਗਾ ਜੀਵਨ ਕਿਹਦਾ ਹੋ ਸਕਦਾ ਮੈਂ ਆਪਣੀ ਗੱਲਬਾਤ ਵਾਪਸ ਪਰ ਤਾਂ ਜਿਹੜੀ ਅਰਜ਼ ਕਰਨ ਲੱਗਾ ਸੋਦੇ ਵਾਲੀ ਧਿਆਨ ਦਿਓ ਗੁਰੂ ਨੇ ਨੇਤਰ ਸੱਚੇ ਰੱਖਣ ਦੀ ਗੱਲ ਕੀਤੀ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਦਾ ਵਕਤ ਆਇਆ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਗੱਲ ਤੇ ਪਾਬੰਦੀ ਲਾਈ ਪਰ ਤੇਰੇ ਆਰੂਪ ਨ ਪੇਖੇ ਨੇਤਰ ਸਾਧਕੀ ਟਹਿਲ ਸੰਤ ਸੰਗ्हेਤ ਛੇਵੇਂ ਪਾਤਸ਼ਾਹ ਦਾ ਵਕਤ ਆਇਆ ਜਹਾਂਗੀਰ ਬਾਦਸ਼ਾਹ ਜਦੋਂ ਮੁਲਾਕਾਤ ਤੋਂ ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲੇ ਤੇ ਉਹਦੀ ਘਰ ਵਾਲੀ ਨੂਰ ਜਹਾਂ ਹਾਲਾਂਕਿ ਵਿਆਹੀ ਹੋਈ ਸੀ ਇਹਨੂੰ ਉਹਦੇ ਪਤੀ ਨੂੰ ਮਰਵਾ ਕੇ ਜਹਾਂਗੀਰ ਨੇ ਨੂੰ ਵਿਆਹ ਕੇ ਲਿਆਂਦਾ ਸੀ ਜਦੋਂ ਨੂਰ ਜਹਾਂ ਉਹਨੇ ਵੀ ਖਾਸ਼ਿਆਰ ਕੀਤੀ ਵੀ ਮੈਂ ਵੀ ਗੁਰਦੇਵ ਸੱਚੇ ਅੱਛਾ ਦਰਸ਼ਨ ਕਰ ਰਹੇ ਨੇ ਹੁਣ ਗੁਰੂ ਅਰਗੁਨ ਸਾਹਿਬ ਜੀ ਦੇ ਦਰਸ਼ਨ ਕੀਤੇ ਬੜੇ ਉੱਚੇ ਲੰਮੇ ਗੱਭਰੂ ਜਵਾਨ ਤੇ ਜਦੋਂ ਉਹਨਾਂ ਦੇ ਦਰਸ਼ਨ ਕੀਤੇ ਦੂਰ ਨੇ ਇੱਕ ਝਲਕ ਨੂੰ ਵੇਖਿਆ ਤੇ ਮੁੜ ਕੇ ਨਜ਼ਰ ਨਾ ਮਲਾਈ ਨੂਰ ਜਾਂ ਬੜੀ ਹੈਰਾਨ ਹੋਈ ਉਹ ਕਹਿਣ ਲੱਗੀ ਮੈਂ ਜਗਤ ਦਾ ਜਹਾਂ ਦਾ ਅਰਥ ਹੁੰਦਾ ਜਹਾਨ ਮੇਰਾ ਨਾਂ ਜਹਾਨ ਦਾ ਨੂਰ ਹੈ ਮੇਰੇ ਕੋਲ ਏਡੀ ਵੱਡੀ ਸੁੰਦਰਤਾ ਹੈ ਮੈਂ ਇੱਕ ਗਰੀਬ ਘਰ ਚ ਵਿਆਹੀ ਹੋਈ ਮੇਰੀ ਖਾਤਰ ਜਹਾਂਗੀਰ ਬਾਦਸ਼ਾਹ ਨੇ ਉਹਨੂੰ ਮਾਰ ਕੇ ਮੈਨੂੰ ਆਪ ਵਿਆਹ ਕੇ ਲੈਂਦਾ ਹੈ ਮੇਰੀ ਖਾਤਰ ਮੇਰੀ ਸੁੰਦਰਤਾ ਦੇ ਕਾਰਨ ਜਹਾਂਗੀਰ ਬਾਦਸ਼ਾਹ ਇੱਕ ਮੇਰੇ ਘਟੋਂ ਸ਼ਰਾਬ ਦਾ ਪਿਆਲਾ ਪੀਣ ਲੱਗਿਆ ਆਪਣਾ ਰਾਜ ਭਾਗ ਸਭ ਕੁਝ ਡੋਗ ਵਿੱਚ ਡੋਬ ਬੈਠਾ ਹੋਇਆ ਇਤਨੀ ਮੇਰੀ ਸੁੰਦਰਤਾ ਤੁਸੀਂ ਮੇਰੇ ਵੱਲ ਇੱਕ ਵਾਰੀ ਵੇਖਿਆ ਤੇ ਮੁੜ ਕੇ ਵੇਖਿਆ ਨਹੀਂ ਤੁਹਾਨੂੰ ਪਤਾ ਨਹੀਂ ਮੈਂ ਨੂਰ ਜਹਾਂ ਹੈ ਮਜ਼ਹੂਰ ਹੱਸ ਕੇ ਕਹਿਣ ਲੱਗੇ ਭਲੀਏ ਮਾ ਜਿਹੜਾ ਸਭ ਤੋਂ ਵੱਡਾ ਨੂਰ ਹੈ ਨਾ ਉਹਨੂੰ ਵੇਖ ਲਿਆ ਮੈਨੇ ਦੇਖਣ ਦੀ ਤੈਨੂੰ ਤਾਂ ਨਹੀਂ ਲੋੜ ਪਈ ਉਹ ਕਹਿਣ ਲੱਗੀ ਮੇਰੇ ਤੋਂ ਵੱਡਾ ਨੂਰ ਕੌਣ ਹੋ ਸਕਦਾ ਹੈ ਹਜ਼ੂਰ ਨੇ ਸ਼ਬਦ ਪੜ੍ਹਿਆ ਸੀ ਕਹਿਣ ਲੱਗੇ ਆਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਸਜਣਾ ਫੈਸਲਾ ਕਰ ਜੇ ਤਾਂ ਤੇਰੀਆਂ ਅੱਖਾਂ ਨੇ ਗੁਰੂ ਨਾਨਕ ਵੇਖਿਆ ਹੋਇਆ ਹੈ ਫੇਰੇ ਪਰਾਇਆ ਰੂਪ ਨਹੀਂ ਵੇਖਣ ਗਿਆ ਜੇ ਤੇਰੀਆਂ ਅੱਖਾਂ ਪਰਾਇਆ ਰੂਪ ਵੇਖਦੀਆਂ ਨੇ ਫਿਰ ਫੈਸਲਾ ਕਰ ਤੇਰੀਆਂ ਅੱਖਾਂ ਨੇ ਜੇ ਗੁਰੂ ਨਾਨਕ ਨੂਨੀ ਵੇਖਿਆ ਫਿਰ ਗੁਰੂ ਨੂੰ ਨਹੀਂ ਵੇਖਿਆ ਦੋ ਗੱਲਾਂ ਕਦੇ ਨਹੀਂ ਹੋ ਸਕਦੀਆਂ ਮੈਂ ਮੂਰਖ ਕੀ ਕਹਤ ਕਬਾਤ ਹੈ ਕੋਟ ਪਰ ਅਦੀ ਤਰੀਆਰੇ ਗੁਰੂ ਨਾਨਕ ਜਨ ਸੁਣਿਆ ਵੇਖਿਆ ਤੇ ਫਿਰ ਗਰਬਾਸ ਨਾ ਪਰਿਆਰੇ ਐਵੇਂ ਵਿਖ ਤੇ ਅੰਮ੍ਰਿਤ ਨਹੀਂ ਇਕੱਠੇ ਹੋ ਸਕਦੇ ਜਾਂ ਤੇ ਤੇਰੀਆਂ ਅੱਖਾਂ ਨੇ ਗੁਰੂ ਨਹੀਂ ਵੇਖਿਆ ਜੇ ਗੁਰੂ ਵੇਖਿਆ ਫਿਰ ਯਕੀਨ ਕਰਕੇ ਜਾਣੀ ਤੇਰੀਆਂ ਅੱਖਾਂ ਮੈਲੀਆਂ ਨਹੀਂ ਹੋ ਸਕਦੀਆਂ ਹਉ ਚਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਭਾਈ ਗੁਰਦਾਸ ਜੀ ਦੇ ਬੋਲਨੇ ਦੇਖ ਕਿਉਂ ਨਜ਼ਰ ਨੀਮੀ ਕਰੇਂ ਦੇਖ ਖੁੱਲ ਕੇ ਵੇਖ ਦੇਖ ਫਿਰ ਕਿਨਾਂ ਨੂੰ ਪਰਾਈਆਂ ਪਰਾਈਆਂ ਵੀ ਉਹ ਜਿਹੜੀਆਂ ਚੰਗੀਆਂ ਸਾਬ ਕਹਿੰਦੇ ਸਿੱਖੀ ਤਾਂ ਤੇਰੀ ਹੁਣ ਸ਼ੁਰੂ ਹੋਣੀ ਐ ਹੁਣ ਸ਼ੁਰੂ ਹੋਣੀ ਐ ਸਿੱਖੀ ਦੇਖ ਪਰਾਈਆਂ ਚੰਗੀਆਂ ਮਾਮਾ ਭੈਣਾ ਧੀਆ ਜਾਣੇ ਜੇ ਤੂੰ ਉਹਨੂੰ ਤਿੰਨ ਦਰਜੇ ਦੇ ਸਕਦਾ ਹੋਇਆ ਭਈ ਇਹ ਮੇਰੀ ਬਡੇਰੀ ਐ ਤੇ ਮੇਰੀ ਮਾਂ ਵਰਗੀ ਐ ਇਹ ਛੋਟੀ ਐ ਇਹ ਮੇਰੀ ਭੈਣ ਵਰਗੀ ਐ ਇਹ ਬਿਲਕੁਲ ਨਿਕੜੀ ਐ ਇਹ ਮੇਰੀ ਧੀ ਵਰਗੀ ਐ ਸਜਣਾ ਆਨੰਦ ਤੇ ਉਸ ਦਿਨ ਆਏਗਾ ਜਿਸ ਦਿਨ ਤੇਰੇ ਹਿਰਦੇ ਵਿੱਚ ਮਿਲਣਾ ਹੋਈ ਇੱਕ ਗਾਥਾ ਛੋਟੀ ਜੀ ਕਹਿਣੀ ਚਾਹੁੰਦਾ ਹੈ ਕਈ ਵਾਰੀ ਅਰਚ ਕਦੀ ਨਹੀਂ ਹੈ ਹਰੀ ਸਿੰਘ ਲੜੂਗਾ ਬਹੁਤ ਜੋਧਾ ਬਲਮਾਨ ਹੋਇਆ ਹੈ ਇਹਨਾਂ ਜੋਧਿਆਂ ਦੇ ਘੋੜੇ ਵੀ ਬਹੁਤ ਥੋੜਾ ਥੋੜਾ ਸਮਰਿਆ ਕਰਦੇ ਸਨ ਜਲਦੀ ਉਹ ਘੋੜੇ ਵਜਨ ਚੁੱਕਣ ਤੋਂ ਅਸਮਰੱਥ ਹੋ ਜਾਂਦੇ ਸਨ ਬਹੁਤੀ ਪੱਜ ਦੌੜ ਕਰਦੇ ਸਨ ਸੂਰਮੇ ਸੰਭੋਤ ਵੱਡੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹਰੀ ਸਿੰਘ ਨਲੂਆ ਕਸ਼ਮੀਰ ਦੀ ਧਰਤੀ ਦਾ ਗਵਰਨਰ ਬਣਿਆ ਇੱਕ ਤਾਂ ਸਾਡੀ ਬਦਕਿਸਮਤੀ ਹੈ ਅਸੀਂ ਆਪਣਾ ਇਤਿਹਾਸ ਨਹੀਂ ਪੜਦੇ ਬਿਲਕੁਲ ਵੀ ਨਹੀਂ ਪੜਦੇ ਇਤਿਹਾਸ ਨੂੰ ਪੜਿਆ ਕਰੀਏ ਮੈਂ ਹੱਥ ਜੋੜ ਅਰਜ਼ ਕਰਾਂ ਜਿਹੜੀਆਂ ਸਦੀਆਂ ਦੀਆਂ ਗੱਲਾਂ ਨੇ ਨਾ ਸਦੀਆਂ ਦੀਆਂ 100 100 ਸਾਲ ਦੀ 700 ਸਾਲ 800 ਸਾਲ ਜਿਹੜੇ ਇਤਿਹਾਸ ਨੂੰ ਕੋਈ ਬਦਲਾ ਨਹੀਂ ਸਕਿਆ ਉਹਨੂੰ ਸਿੱਖਾਂ ਨੇ ਬਦਲਾਇਆ ਹੋਇਆ ਹੈ ਮੈਕਨਿਕੀ ਦੀ ਗੱਲ ਕਹਿ ਕੇ ਗੱਲ ਹੋਰ ਕਰਨੀ ਸੀ ਪਰ ਹੋਰ ਪਾਸੇ ਧਿਆਨ ਚਲਾ ਗਿਆ ਅਮਰੀਕਾ ਦੇ ਵਿੱਚ ਵਾਈਟ ਹਾਊਸ ਦੇ ਸਾਹਮਣੇ ਇਹਨਾਂ ਨੇ ਅਸਲ ਵਿੱਚ ਪਿੱਛੇ ਉਹਨਾਂ ਅਫਗਾਨੀਆਂ ਨਾਲ ਪੰਗਾ ਲਿਆ ਸੀ ਤੇ ਅਫਗਾਨੀਆਂ ਨੇ ਇਹਨਾਂ ਦੇ ਨੱਕ 'ਚ ਦਮ ਕਰ ਰੱਖਿਆ ਇਹਨਾਂ ਨੇ ਸੋਚ ਵਿਚਾਰ ਕੀਤੀ ਵੀ ਅਫਗਾਨੀਆਂ ਦੇ ਉੱਤੇ ਵੀ ਕੋਈ ਇਹੋ ਜਿਹਾ ਬੰਦਾ ਜਿਹੜਾ ਕਾਬਜ਼ ਰਿਹਾ ਹੋਵੇ ਇਤਿਹਾਸ ਪੜਿਆ ਤੇ ਖਰੀਦ ਸਿੰਘ ਨਲੂਗੇ ਦਾ ਇਤਿਹਾਸ ਸਾਹਮਣੇ ਆਇਆ ਵੀ ਕੋਈ ਉਹ ਬੰਦਾ ਸੀ ਕਾਬਜ਼ ਹੀ ਨਹੀਂ ਹੋਇਆ ਉਦੋਂ ਨਾਂ ਲੈ ਕੇ ਅਫਗਾਨੀ ਬੰਦੇ ਅਫਗਾਨੀ ਬੀਬੀਆਂ ਆਪਣੇ ਬੱਚਿਆਂ ਨੂੰ ਡਰਾਉਂਦੀਆਂ ਰਹੀਆਂ ਨੇ ਬੱਚਾ ਚੁੱਪ ਛੇ ਨਲੂਆ ਰਾਂਗਲੇ ਬੱਚਿਆ ਚੁੱਪ ਕਰ ਜਾ ਹਰੀ ਸਿੰਘ ਨਲੂਆ ਆ ਜਾਏਗਾ ਤੇ ਉਹਨਾਂ ਨੇ ਵੇਖਿਆ ਵੀ ਹਰੀ ਸਿੰਘ ਨਲੂਆ ਕੌਣ ਹੈ ਜਦ ਜੋਲਾ ਹੋਇਆ ਜਦ ਉਹਨਾਂ ਨੇ ਹਰੀ ਸਿੰਘ ਨਲੂਆ ਦਾ ਇਤਿਹਾਸ ਪੜ੍ਹਿਆ ਦੁਨੀਆ ਵਿੱਚੋਂ ਸਭ ਜਰਨੈਲਾਂ ਦੇ ਨਾਲ ਉਹਨਾਂ ਮੁਕਾਬਲਾ ਕਰਕੇ ਦੇਖਿਆ ਉਹਦੀ ਹਿਸਟਰੀ ਸਾਰੇ ਦੁਨੀਆ ਦੇ ਜਰਨੈਲਾਂ ਨਾਲੋਂ ਇੱਕ ਨੰਬਰ ਤੇ ਗਈ ਤੇ ਇਹਨਾਂ ਨੇ ਚਿੱਠੀ ਲਿਖੀ ਸਾਨੂੰ ਆਗਿਆ ਦਿਓ ਅਸੀਂ ਇਸ ਵਾਈਟ ਹਾਊਸ ਦੇ ਸਾਹਮਣੇ ਹਰੀ ਸਿੰਘ ਲੜੂਏ ਦਾ ਬੁੱਤ ਲਾਉਣਾ ਚਾਹੁੰਦੇ ਤੁਹਾਡੀ ਅਮਰੀਕਾ ਦੀ ਧਰਤੀ ਦੀ ਹਿਸਟਰੀ ਹੈ ਚਿੱਠੀ ਜੋ ਅੱਗੇ ਹੁੰਦਾ ਸੀ ਉਹੀ ਕੁਝ ਹੋਣਾ ਸੀ ਸਿੱਖ ਲੀਡਰਾਂ ਦੀ ਇਹ ਫੈਲਾਹ ਚ ਰੁੜਕੇ ਰਹੇਗੀ ਉਹਦਾ ਕੋਈ ਫੈਸਲਾ ਹੀ ਨਹੀਂ ਕਰ ਪਾਇਆ ਉਹ ਹਰੀ ਸਿੰਘ ਨਲੂਆ ਜਿਹਨੂੰ ਸੰਸਾਰ ਮੰਨਦਾ ਵੀ ਤੇਰੇ ਵਰਗਾ ਜਰਨੈਲ ਧਰਤੀ ਤੇ ਮੁੜ ਕੇ ਪਹਿਲਾਂ ਨਹੀਂ ਕੋਈ ਜੰਮਿਆ ਜਿਹਦਾ ਜੀਵਨ ਤੇਰੇ ਵਰਗਾ ਹੋਵੇ ਮੈਂ ਗੱਲ ਕੋਈ ਹੋਰ ਕਹਿਣੀ ਸੀ ਮੈਂ ਇਸ ਪਾਸੇ ਵਾਪਸ ਤੁਹਾਡਾ ਧਿਆਨ ਲੈ ਕੇ ਜਾਣਾ ਚਾਹੁੰਦਾ ਹਰੀ ਸਿੰਘ ਨਲੂਆ ਉਹ ਕਸ਼ਮੀਰ ਦੀ ਧਰਤੀ ਦਾ ਗਵਰਨਰ ਹੈ ਹਜੇ 20 ਕੁ ਸਾਲਾਂ ਦੀ 30 ਸਾਲਾਂ ਦੀ ਉਮਰ ਹੈ ਦੇਖੋ ਤੁਸੀਂ ਜਵਾਨੀ ਦਾ ਹੜ ਹੁੰਦਾ ਉਸ ਵੇਲੇ ਸਤਗੁਰ ਜੀ ਨੇ ਵੀ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੋਇਆ ਛੇ ਮੇ ਕਾਮ ਨਾ ਪੁੱਛੇ ਜਾਤ ਜਵਾਨੀ ਪਹਿਰੇ ਵਿੱਚ ਜਾਤ ਵੀ ਭਾਵ ਚੰਗਾ ਮੰਦਾ ਵੀ ਨਹੀਂ ਕਾਮ ਸਮਝਣ ਹੀ ਨਹੀਂ ਦਿੰਦਾ ਅੰਨੀਆਂ ਕਰ ਦਿੰਦਾ ਆਖਾਂ ਜੀਵਨ ਵਿੱਚ ਬਹੁਤਾਂ ਜ਼ਿੰਦਗੀ ਦੀ ਚਾਦਰ ਨੂੰ ਦਾਗ ਮਨੁੱਖ ਜਵਾਨੀ ਪਹਿਰੇ ਵਿੱਚ ਕਾਮ ਦੇ ਕਰਕੇ ਲਾ ਲੈਂਦਾ ਉੱਚ ਹਰੀਚੇ ਨਾਲ ਲੜਵਾ ਉਹਨੇ ਇੱਕ ਜੰਗ ਲੜਿਆ ਉਹਦੇ ਦਰਮਿਆਨ ਇੱਕ ਉੱਤੇ ਜਾਬਰ ਬੇਗ ਨਾਂ ਦਾ ਬੰਦਾ ਜਾਬਰ ਬੇਗ ਨਾਂ ਦਾ ਬੰਦਾ ਉਹਦੀ ਇੱਕ ਸੱਜੀ ਬਾਹ ਵਢੀ ਗਈ ਹੁਣ ਉਹ ਵੀ ਬੜਾ ਵੱਡਾ ਜੋਧਾ ਸੀ ਜਦੋਂ ਦੀ ਬਾਹ ਵਢੀ ਗਈ ਉਹ ਹੁਣ ਘਰ ਜਾ ਕੇ ਬੜਾ ਝੂਰੇ ਵੀ ਮੈਂ ਜੋਧਾ ਇਦੋਂ ਚੰਗਾ ਮੈਂ ਮਰ ਜਾਂਦਾ ਮੈਨੂੰ ਕੋਈ ਇਤਰਾਜ਼ ਨਹੀਂ ਸੀ ਮੈਨੂੰ ਮਰਨ ਦਾ ਡਰ ਨਹੀਂ ਸੀ ਮੌਤ ਦਾ ਡਰ ਨਹੀਂ ਸੀ ਤੇ ਹੁਣ ਤੇ ਮੌਤ ਨਾਲੋਂ ਵੀ ਮੈਂ ਬੁਰਾ ਹੋ ਗਿਆ ਬਾਹ ਮੇਰੀ ਵੱਡੀ ਗਈ ਕਰਪਾਨ ਮੈਂ ਚਲਾ ਨਹੀਂ ਸਕਦਾ ਤੇ ਉਸ ਤੋਂ ਬਿਨਾ ਮੇਰੀ ਸੂਰਮਗਤੀ ਅੰਦਰ ਉਬਾਲੇ ਉੱਠਦੇ ਨੇ ਨਾ ਮੈਂ ਮਰਿਆਂ ਚ ਹੈ ਨਾ ਮੈਂ ਜਿਉਂਦਿਆਂ ਚ ਹੈ ਨਿਤ ਦੇਖੜੇ ਝੂੜ ਦਾ ਵੇਖ ਕੇ ਉਹਦੀ ਭੈਣ ਸੀ ਉਹ ਤਾਂ ਨਾ ਸੀ ਬੰਨੋਂ ਉਹ ਬੰਨੋਂ ਉੱਠ ਕੇ ਖਲੋਤੀ ਕਹਿਣ ਲੱਗੀ ਵੀਰਿਆ ਤੈਨੂੰ ਇਵੇਂ ਮਰਦਾ ਵੇਖਣੀ ਮੈਂ ਸਕਦੀ ਤੂੰ ਨਿਤ ਝੂੜ ਝੂੜ ਕੇ ਮਰ ਰਿਆ ਤੇ ਕਿੰਨਾ ਚੰਗਾ ਹੋਵੇ ਜਿਹੜਾ ਕੰਮ ਤੁਸੀਂ ਨਹੀਂ ਕਰ ਸਕਿਓ ਮੈਂ ਕਰਕੇ ਆਉਣੀ ਆ ਔਰ ਹਰੀ ਸਿੰਘ ਲੜੂਆ ਨੂੰ ਇਹੋ ਜੀ ਮੌਤ ਦੇਾਂਗੀ ਜਿਵੇਂ ਤੂੰ ਤਰਸਦਾ ਹੈ ਨਾ ساری ਜ਼ਿੰਦਗੀ ਇਵੇਂ ਉਹ ਤਰਸੇਗਾ ਆਪਣੀ ਜ਼ਿੰਦਗੀ ਚ ਮੌਤ ਨੂੰ ਪਰ ਉਹਨ ਮੌਤ ਨਹੀਂ ਆਏਗੀ ਉਹਨੇ ਆਖੇ ਭੈਣੇ ਤੂੰ ਕਿਵੇਂ ਇਹ ਕੰਮ ਕਰੇਂਗੀ ਜਿਹੜਾ ਐਡੇ ਵੱਡੇ ਸੂਰਮਿਆਂ ਕੋਲੋਂ ਨਹੀਂ ਹੋ ਸਕਿਆ ਉਹ ਕਹਿਣ ਲੱਗੀ ਜਿਹੜਾ ਅਦਰਾ ਖੈਬਰ ਹੈ ਨਾ ਇਹਦਾ ਰਸਤਾ ਹਰੀ ਸਿੰਘ ਨਲੂਏ ਨੇ ਬੰਦ ਕੀਤਾ ਜਮਰੌਦ ਦਾ ਕਿਲਾ ਬਿਲਕੁਲ ਹਿੱਕ ਤੇ ਬਣਾਇਆ ਸੀ ਸੱਤ ਸਦੀਆਂ ਸੱਤ ਸਦੀਆਂ 700 ਸਾਲ ਹੋ ਗਏ ਸਨ ਹਿੰਦੁਸਤਾਨ ਦੇ ਲੁਟੇਰੇ ਉਸ ਰਸਤੇ ਰਾਹੀਂ ਆਉਂਦੇ ਸਨ ਜਦੋਂ ਦਾ ਹਰੀ ਸਿੰਘ ਨਲੂਏ ਨੇ ਦਰਾ ਖੈਬਰ ਦਾ ਦਰਵਾਜ਼ਾ ਬੰਦ ਕੀਤਾ ਮੁੜ ਕੇ ਅੱਜ ਤੱਕ ਹਿੰਦੁਸਤਾਨ ਦੇ ਉੱਤੇ ਉਥੋਂ ਹਮਲਾਵਰ ਨਹੀਂ ਆ ਚੱਕਿਆ ਅਸੀਂ ਆਪਣੀ ਹਿਸਟਰੀ ਦੱਸ ਹੀ ਨਹੀਂ ਸਕੇ ਲੋਕਾਂ ਨੂੰ ਸਿੱਖਾਂ ਨੂੰ ਮੈਨੂੰ ਨਹੀਂ ਪਤਾ ਲੋਕਾਂ ਨੂੰ ਕੀ ਦੱਸਣਾ ਲੋਕਾਂ ਲਈ ਬੜੀ ਦੂਰ ਦੀ ਗੱਲ ਹੈ ਜੇ ਸਿੱਖਾਂ ਦਾ ਸਿੱਖੇ ਘਰ ਸਿੱਖਾਂ ਦੇ ਘਰ ਵਿੱਚ ਵੀ ਪ੍ਰਚਾਰ ਨਹੀਂ ਹੋ ਸਕਿਆ ਜਿਹੜੀਆਂ ਬਾਕੀ ਕੌਮਾਂ ਨੇ ਉਹ ਦੂਜੀਆਂ ਕੌਮਾਂ ਤੱਕ ਵੀ ਪਹੁੰਚ ਗਈਆਂ ਇਸਾਈ ਧਰਮ ਨੂੰ ਵੇਖੋ ਤੁਹਾਡੇ ਦਰਵਾਜ਼ਾ ਖੜਕਾਉਂਦੇ ਨੇ ਪਰ ਤੁਸੀਂ ਦੇਖੋ ਵੀ ਅਸੀਂ ਸਿੱਖਾਂ ਦਾ ਦਰਵਾਜ਼ਾ ਵੀ ਨਹੀਂ ਖੜਕਾ ਸਕੇ ਸਜਣਾ ਸਿੱਖੀ ਧਾਰਨ ਕਰ ਜਿਹੜੀ ਗੱਲ ਕਹਿਣ ਲੱਗਾ ਸੌਸੇ ਵੱਲ ਫਿਰ ਖਿਆਲ ਕਰਿਓ ਬਾਨੋ ਤਿਆਰ ਹੋ ਕੇ ਆਈ ਹੈ ਰਾਤ ਦਾ ਵਕਤ ਹੈ ਉਨੇ ਆ ਕੇ ਸੇਵਾਦਾਰ ਨੂੰ ਕਿਹਾ ਭਈ ਮਹਾਰੀ ਸਿੰਘ ਨਾਲ ਗੁਣ ਮਿਲਣਾ ਹੈ ਉਹ ਗਵਰਨਰ ਹੈ ਕਸ਼ਮੀਰ ਦਾ ਉਹ ਕਹਿਣ ਲੱਗਾ ਸੇਵਾਦਾਰ ਵੀ ਬੀਬਾ ਕੋਈ ਗੱਲ ਨਹੀਂ ਤੂੰ ਮਿਲ ਲਈ ਤੇਰੇ ਕੋਲ ਦੁੱਖ ਤਕਲੀਫ ਹੋਏਗਾ ਕੋਈ ਗੱਲ ਨਹੀਂ ਸਵੇਰੇ ਦੱਸ ਦੇਈ ਤੇਰੇ ਰਹਿਣ ਸਹਿਣ ਦਾ ਪ੍ਰਬੰਧ ਅਸੀਂ ਕਰ ਦਿੰਨੇ ਉਹ ਕਹਿਣ ਲੱਗੀ ਮੁਸ਼ਕਲ ਮੈਨੂੰ ਹੋਣਾ ਮੈਂ ਸਵੇਰੇ ਕਿਵੇਂ ਦੱਸਾਂਗੀ ਮੈਨੂੰ ਹੁਣ ਲੋੜ ਹੈ ਮੈਂ ਹੁਣੇ ਮਿਲਣਾ ਚਾਹੁੰਨੀ ਹੈ ਉਹ ਨਾ ਕਿਹਾ ਵੀ ਦੇਖ ਰਾਤ ਦਾ ਵਕਤ ਹੈ ਪੱਤੀ ਰਾਤ ਹੈ ਥੋੜੇ ਜਿਹੇ ਪਹਿਰਾਂ ਦੀ ਗੱਲ ਹੈ ਤਾਂ ਉਹਨੇ ਉੱਠ ਖਲੋਣਾ ਉਹ ਨਿਤਨੇਮੀ ਸਿੱਖ ਹੈ ਰੱਬ ਦੀ ਬਾਣੀ ਪੜਨ ਵਾਲਾ ਸਿੱਖ ਹੈ ਸਹਿਜ ਪਾਠ ਕਰਨ ਵਾਲਾ ਸਿੱਖ ਹੈ ਉਹਨੇ ਉੱਠ ਖਲੋਣਾ ਉਹ ਕਹਿਣ ਲੱਗੀ ਵੀ ਨਹੀਂ ਮੈਂ ਤੇ ਹੁਣੇ ਮਿਲਣਾ ਹੈ ਕਮਾਲ ਹੈ ਮੈਂ ਸੁਣਿਆ ਸੀ ਵੀ ਸਿੱਖ ਬੜੇ ਚੰਗੇ ਪਹਿਰੇਦਾਰ ਹੁੰਦੇ ਨੇ ਇਸ ਵੇਲੇ ਉਹਦੀ ਕਮਾਂਡ ਵਿੱਚ ਹੈ ਕਸ਼ਮੀਰ ਅੰਦਰ ਇਹ ਗੱਲ ਹਰੀ ਸਿੰਘ ਨੇ ਲੁਗੇ ਨੇ ਸੁਣ ਲਈ ਤੇ ਉਹਨੂੰ ਆਵਾਜ਼ ਸੁਣ ਗਈ ਉਹ ਜਾ ਕੇ ਪਿਆ ਉਹਨੇ ਆਵਾਜ਼ ਮਾਰੀ ਸੇਵਾਦਾਰ ਨੂੰ ਵੀ ਤੁਸੀਂ ਕਿਉਂ ਰੋਕਦੇ ਹੋ ਕਿ ਸੇ ਦੁਖਿਆਰੀ ਦਾ ਕੋਈ ਦੁਖ ਹੋ ਸਕਦਾ ਹੈ ਰਾਤ ਦਾ ਦੁੱਖੋ ਬਿਤੇ ਸਵੇਰੇ ਕੌਣ ਹੱਲ ਕਰੇਗਾ ਕੋਈ ਨਹੀਂ ਆ ਜਾਣਦੇ ਉਹਨੇ ਬਰਕਾ ਪਾਇਆ ਹੋਇਆ ਤੇ ਹੱਦ ਦਰਜੇ ਦੀ ਸੁੰਦਰਤਾ ਉਹਦੇ ਕੋਲ ਹੈ ਤੇ ਉਹ ਅੰਦਰ ਚਲੇ ਗਈ ਜਾ ਕੇ ਹਰੀ ਸਿੰਘ ਰਲੂਆ ਆਪਣੀ ਉੱਚ ਬਿਸਤਰ ਦੇ ਉੱਤੇ ਬੈਠਾ ਆਪਣੇ ਆਪ ਨੂੰ ਸੰਭਾਲਿਆ ਬੈਠਾ ਤੇ ਸਾਹਮਣੇ ਉਹ ਵੀ ਬਾਕੇ ਖਲੋਗੀ ਬਾਨੋ ਕਹਿਣ ਲੱਗੇ ਵੀ ਦੱਸੋ ਕਿਵੇਂ ਆਏ ਹੋ ਕੀ ਮੁਸ਼ਕਲ ਹੈ ਰਾਤ ਨੂੰ ਕੀ ਮਜਬੂਰੀ ਪੈਗੀ ਉਹ ਕਹਿੰਦੇ ਕੀ ਜੋਧਿਆ ਤੇਰੀਆਂ ਬੜੀਆਂ ਗੱਲਾਂ ਸੁਣੀਆਂ ਨੇ ਤੇਰੀਆਂ ਬੜੀਆਂ ਗੱਲਾਂ ਸੁਣੀਆਂ ਨੇ ਮੈਂ ਤੇ ਮੈਂ ਇੱਕ ਲਾਲਸਾ ਲੈ ਕੇ ਆਈ ਐ ਅੱਤੀ ਰਾਤ ਨੂੰ ਤਾਂ ਆਈ ਐ ਲਾਲਸਾ ਲੈ ਕੇ ਆਈ ਐ ਮੇਰੀ ਕੁੱਖ ਤੋਂ ਤੇਰੇ ਵਰਗਾ ਪੁੱਤ ਪੈਦਾ ਹੋਵੇ ਹਾਲੇ ਸਿਰੇ ਨਾਲ ਉਹ ਕਹਿਣ ਲੱਗੇ ਅ ਵੀ ਮੀਬਾ ਮੈਂ ਕੋਈ ਸ਼ੱਕ ਨਹੀਂ ਮੈਂ ਸ਼ਾਦੀ ਤੇ ਨਹੀਂ ਕਰਵਾਈ ਇਸ ਗੱਲ 'ਤੇ ਕੋਈ ਦੋਰਾਮਾ ਨਹੀਂ ਮੈਂ ਸ਼ਾਦੀ ਨਹੀਂ ਕਰਵਾਈ ਪਰ ਮੇਰੇ ਗੁਰੂ ਨੇ ਮੈਨੂੰ ਸੋਚ ਵਿੱਚ ਅਮਰਤ ਰੱਖਿਆ ਮੇਰੇ ਗੁਰੂ ਨੇ ਮੇਰੇ ਕੇਸਾਂ 'ਚ ਅੰਮ੍ਰਿਤ ਪਾਇਆ ਵੀ ਮੇਰੀ ਸੋਚ ਵੀ ਮਲੀ ਨਾ ਹੋਵੇ ਮੇਰੇ ਗੁਰੂ ਨੇ ਪੰਜ ਕੁੱਟਾ ਮੈਨੂੰ ਅੰਮ੍ਰਿਤ ਦੀਆਂ ਪਿਆਈਆਂ ਨੇ ਮੇਰੇ ਦਿਲ ਅੰਦਰ ਕਾਮ ਦੀ ਥਾਂ ਨਾ ਹੋਵੇ ਮੇਰੇ ਗੁਰੂ ਨੇ ਮੈਨੂੰ ਕੜਾ ਦਿੱਤਾ ਮੇਰੇ ਹੱਥੋਂ ਕੋਈ ਬੁਰਾ ਕੰਮ ਨਾ ਹੋਵੇ ਮੇਰੇ ਗੁਰੂ ਨੇ ਮੈਨੂੰ ਕਸ਼ਹਿਰਾ ਦਿੱਤਾ ਮੈਂ ਕਾਮ ਦੀ ਦੁਨੀਆ ਚ ਨਾ ਡੁੱਬ ਜਾਵਾਂ ਤੇ ਇਸ ਲਈ ਭਲੀਏ ਤੂੰ ਗਲਤ ਫੈਸਲਾ ਲੈ ਕੇ ਆਈ ਹੈ ਜਾ ਕੋਈ ਗੱਲ ਨਹੀਂ ਏ ਸਿੱਖਾਂ ਦਾ ਘਰ ਐ ਇੱਥੇ ਘਰ ਵਿੱਚ ਕਿਸੇ ਭੁੱਲੜ ਬੱਚੀ ਦਾ ਨੱਕ ਨਹੀਂ ਕਟਿਆ ਜਾਂਦਾ ਕੋਈ ਗੱਲ ਨਹੀਂ ਜੇ ਤੂੰ ਆ ਗਈ ਹੈ ਗਲਤ ਮਨਸ਼ਾ ਲੈ ਕੇ ਜਾਂ ਚਲੀ ਜਾ ਤੁੱਤੀਆਂ ਪੈਣਾ ਵਰਗੀ ਐ ਉਹ ਕਹਿੰਦਗੀ ਬੜੀ ਚਰਚਾ ਸੁਣੀ ਸੀ ਤੇਰੀ ਤੇਰੇ ਗੁਰੂ ਦੀ ਚਰਚਾ ਸੁਣੀ ਸੀ ਪਰ ਮੈਂ ਸਮਝ ਨਹੀਂ ਵੀ ਤੁਹਾਨੂੰ ਤੇ ਬਦਨਾਮੀ ਦੇ ਟਿੱਕੇ ਲੱਗਣੇ ਚਾਹੀਦੇ ਨੇ ਇੰਨਾ ਝੂਠ ਬੋਲਦੇ ਹੋ ਵੀ ਜੋ ਤੇਰੇ ਦਰ ਤੇ ਆਵੇ ਸੋ ਰਾਜੀ ਜਾਵੇ ਤੇਰਾ ਗੁਰੂ ਵੀ ਝੂਠਾ ਤੇਰਾ ਧਰਮ ਵੀ ਝੂਠਾ ਤੇਰਾ ਬਾਣਾ ਵੀ ਝੂਠਾ ਤੂੰ ਸਭ ਤੋਂ ਵੱਡਾ ਝੂਠਾ ਇਤਿਹਾਸਕ ਕਈ ਗੱਲਾਂ ਉਹਨੇ ਜਾਂਦੀ ਜਾਂਦੀ ਨੇ ਕਈਆਂ ਤੇ ਗਰੀਸ਼ ਸਿੰਘ ਨਾਲੂਗੇ ਨੇ ਆਵਾਜ਼ ਮਾਰ ਲਈ ਕਹਿੰਦੇ ਕਿ ਬੀਬਾ ਵਾਪਸ ਆ ਜਾ। ਉਹਨੂੰ ਵਾਪਸ ਬੁਲਾਇਆ ਹੱਥ ਜੋੜ ਕੇ ਕਹਿਣ ਲੱਗੇ ਮੇਰੇ ਗੁਰੂ ਨੇ ਝੂਠਾ ਨਾ ਕਹਿ ਸਿੱਖੀ ਸਿਧਾਂਤਾਂ ਨੂੰ ਝੂਠਾ ਨਾ ਕਹਿ। ਉਹ ਸੱਚ ਹੀ ਨੇ ਜੋ ਉਹਦੇ ਦਰ ਤੇ ਆਉਂਦਾ ਉਹ ਮਨ ਦੀ ਮੁਰਾਦ ਪਾ ਕੇ ਜਾਂਦਾ ਕਹਿੰਦੇ ਕਿ ਮੈਂ ਪੁੱਤ ਲੈਣ ਵਸਤੇ ਆਈ ਸੀ ਮੈਂ ਤੇ ਖਾਲੀ ਚੱਲੀ ਐ ਕਹਿਣ ਲੱਗੇ ਬੈਠ ਮੇਰੇ ਬਿਸਤਰ ਉੱਤੇ ਉਨੇ ਸੋਚ ਲਿਆ ਬਾਨੋ ਨੇ ਸ਼ਾਇਦ ਇਹਦੇ ਮਨ ਵਿੱਚ ਕੋਈ ਮੈਲੀ ਵਿਚਾਰ ਆ ਗਈ ਹੈ ਉਹਨੂੰ ਬਿਸਤਰੇ ਤੇ ਬਿਠਾ ਕੇ ਹਰੀ ਸਿੰਘ ਨਲੂਏ ਨੇ ਗਲਾ ਕਿ ਉਹਦੀ ਹਮ ਉਮਰ ਹੈ ਹਰੀ ਸਿੰਘ ਨਲੂਏ ਨੇ ਆਪਣਾ ਸਿਰ ਉਹਦੀ ਬੁੱਕਲ ਵਿੱਚ ਰੱਖ ਦਿੱਤਾ ਕਹਿਣ ਲੱਗੇ ਭਲੀਏ ਇੱਕ ਗੱਲ ਚੇਤਾ ਰੱਖੀ ਜੇ ਤੂੰ ਪੁੱਤ ਲੈਣਾ ਹੀ ਸੀ ਮੇਰੇ ਵਰਗਾ ਕਿਉਂ ਲੈਣਾ ਚਾਹਲੀ ਤੂੰ ਮੈਨੂੰ ਇਹ ਪੁੱਤ ਬਣਾ ਲੈ ਮੇਰੀ ਉਮਰ ਬਾਲਾਂ ਵੇਖੀ ਮੈਂ ਤੈਨੂੰ ਮਾਂ ਕਹਿ ਕੇ ਸਤਿਕਾਰ ਕਰਿਆ ਕਰਾਂਗਾ ਜਿੱਥੇ ਤੂੰ ਬੁਲਾਏਂਗੀ ਮੈਂ ਤੇਰੇ ਕੋਲ ਆ ਜਾਾਂਗਾ ਉਹਦੀ ਅੱਖਾਂ ਵਿੱਚ ਪਾਣੀ ਆ ਗਿਆ ਉਹ ਜੋ ਦੀਆ ਤੈਨੂੰ ਤੇ ਰੱਬ ਵੀ ਜਿੱਤ ਸਕੇ ਤੇ ਜਿੱਤ ਸਕੇ ਤੈਨੂੰ ਦੁਨੀਆ ਚ ਕੌਣ ਜਿੱਤ ਸਕਦਾ ਜਿਹਦਾ ਕਿਰਦਾਰ ਐਡਾ ਪੱਕਾ ਮੈਂ ਤੇ ਸੋਚ ਕੇ ਐਸਾ ਮੇਰਾ ਭਰਾ ਤੇਰੇ ਅੱਗੇ ਹਾਰ ਗਿਆ ਸੱਚ ਮੈਂ ਜਿੱਤ ਜਾਵਾਂ ਪਰ ਸੱਚ ਕਰਕੇ ਜਾਣੀ ਮੇਰਾ ਭਰਾ ਵੀ ਤੇਰੇ ਅੱਗੇ ਹਾਰ ਗਿਆ ਮੇਰੀ ਤੇ ਉਹਦੀ ਭੈਣ ਵੀ ਅੱਜ ਤੇਰੇ ਅੱਗੇ ਹਾਰ ਗਈ ਹੈ ਸੱਚ ਕਰਕੇ ਜਾਣੀ ਮੈਂ ਇੰਨਾ ਗਿਰਦਾ ਸ਼ਾਂਤ ਕਰ ਦਿੱਤਾ ਮੈਨੂੰ ਮਾਣ ਹੈ ਮੇਰੀ ਕੋਲ ਵਿੱਚ ਗੁਰੂ ਗੋਬਿੰਦ ਸਿੰਘ ਦਾ ਪੁੱਤ ਪਿਆ ਹੋਇਆ ਅੱਜ ਗੁਰੂ ਨੇ ਏਡੀ ਸੋਹਣੀ ਸਾਨੂੰ ਦਾਤ ਦਿੱਤੀ ਸੀ ਹੁਣ ਜੋ ਕੁਝ ਤਿਆਗਣਾ ਸੀ ਉਹਨੂੰ ਤੇ ਤਿਆਗ ਨਹੀਂ ਸਕੇ ਉਹਨੂੰ ਤੇ ਤਿਆਗ ਨਹੀਂ ਸਕੇ ਥਾਂ ਥਾਂ ਤੇ ਸਾਡੇ ਰਿਸ਼ਤੇ ਮਲੇ ਨੇ ਥਾਂ ਥਾਂ ਤੇ ਅੱਜ ਮਨੁੱਖੀ ਕਿਰਦਾਰ ਉੱਤੇ ਸ਼ੱਕ ਕੀਤਾ ਜਾ ਰਿਹਾ ਉਹ ਤੇ ਅਸੀਂ ਆਪਣੇ ਜੀਵਨ ਤੇ ਜਮਾ ਨਹੀਂ ਸਕੇ ਬਾਕੀ ਚੀਜ਼ਾਂ ਨੂੰ ਛੱਡੀ ਬੈਠੇ ਆ ਤਾਂ ਗੁਰਦੇਵ ਸਾਹਿਬ ਪਾਤਸ਼ਾਹ ਨੇ ਕਿਰਪਾ ਕੀਤੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਹਨੂੰ ਨੇਤਰਾਤ ਸੱਚਾ ਬਣਾਇਆ ਗੁਰੂ ਗੋਬਿੰਦ ਸਿੰਘ ਜੀ ਦਾ ਵਕਤ ਆਇਆ ਜਦੋਂ ਉਹਨੇ ਅੰਮ੍ਰਿਤ ਛਕਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਕਰੈਮਤ ਬਖਸ਼ਿਸ਼ ਕੀਤੀ ਉਹ ਪੁੱਤਰਾ ਇੱਕ ਗੱਲ ਚੇਤਾ ਰੱਖੀ ਗੁਰੂ ਰਾਮਦਾਸ ਜੀ ਨੇ ਗੁਰਬਾਣੀ ਵਿੱਚ ਕਹਿ ਦਿੱਤਾ ਹਰ ਅੰਮ੍ਰਿਤ ਪਿੰਨੇ ਲੋਇਣਾ ਤੇਰੇ ਅੰਮ੍ਰਿਤ ਤੇਰੀਆਂ ਅੱਖਾਂ ਅੰਮ੍ਰਿਤ ਨਾਲ ਭਿੱਜੀਆਂ ਰਹਿਣ ਪਰ ਗੁਰੂ ਰਾਮਦਾਸ ਜੀ ਨੇ ਪਿਉਆਂ ਨਹੀਂ ਸਨ ਜਦੋਂ ਗੁਰੂ ਕਲਗੀ ਧਰਨੇ ਅੰਮ੍ਰਿਤ ਛਕਾਇਆ ਪੰਜ ਛੱਟੇ ਦੀਆਂ ਅੱਖਾਂ ਵਿੱਚ ਮਾਰੇ ਉਹ ਤੇਰੀਆਂ ਅੱਖਾਂ ਚੋਂ ਕਾਮ ਦਾ ਰਸ ਨਿਕਲ ਜਾਏ ਤੇਰੀਆਂ ਅੱਖਾਂ ਵਿੱਚ ਨਾਮ ਦਾ ਰਸ ਵਸ ਜਾਏ ਤੂੰ ਜਿੱਦਾਂ ਕਿਸੇ ਨੂੰ ਵੇਖੇ ਤੂੰ ਰੱਬ ਦੀ ਦਾਤ ਜਾਣ ਕੇ ਵੇਖੇ ਤੇਰੀਆਂ ਅੱਖਾਂ ਤੈਨੂੰ ਕਾਮ ਦਾ ਸਨੇਹਾ ਨਾ ਦੇਣ ਤੇਰੀਆਂ ਅੱਖਾਂ ਤੈਨੂੰ ਨਾਮ ਦਾ ਸਨੇਹਾ ਦੇਣ ਮੈਂ ਕਿਸੇ ਤੇ ਕੋਈ ਇਤਰਾਜ਼ ਨਹੀਂ ਕਰਦਾ ਪਰ ਮੈਂ ਹੱਥ ਜੋੜ ਬੇਨਤੀ ਕਰਾਂ भाई वीर ਸਿੰਘ ਨੇ ਇੱਕ ਬੜਾ ਪਿਆਰਾ ਬੋਲ ਲਿਖਿਆ ਉਹ ਕਹਿੰਦੇ ਦਾਤਿਆ ਕੋਈ ਤੇਰੇ ਦਰ ਤੋਂ ਕੁਝ ਮੰਗਦਾ ਹੈ ਕੋਈ ਕੁਝ ਮੰਗਦਾ ਹੈ ਪਰ ਮੈਂ ਅੱਜ ਤੇਰੇ ਦਰ ਤੋਂ ਉਹ ਅੱਖ ਮੰਗਦਾ ਹੈ ਮੈਨੂੰ ਸੁੱਤੀ ਅੱਖ ਦੇ ਜਿਹੜੀ ਅੱਖ ਨਾਲ ਕਦੇ ਬੇਬੇ ਨਾਨਕੀ ਨੇ ਤੈਨੂੰ ਵੇਖਿਆ ਤੂੰ ਕਦੇ ਉਹਨੂੰ ਵੀਰ ਨਜ਼ਰ ਆਇਆ ਹੀ ਨਹੀਂ ਤਉਨੂੰ ਗੁਰੂ ਹੀ ਨਜ਼ਰ ਆਇਆ ਮੈਨੂੰ ਉਹ ਅੱਖ ਦੇ ਜਿਹੜੀ ਅੱਖ ਨਾਲ ਰਾਏ ਬੁਲਾਰ ਨੇ ਤੈਨੂੰ ਵੇਖਿਆ ਉਹ ਮੁਸਲਮਾਨ ਹੋ ਕੇ ਵੀ ਉਹਨੂੰ ਜਦ ਤੇਰੇ ਨਰਸ਼ਨ ਹੋਏ ਉਹਨੂੰ ਖੁਦਾਈ ਨਜ਼ਰ ਆਇਆ ਉਹਨੂੰ ਗੁਰੂ ਨਾਨਕ ਨਜ਼ਰ ਨਹੀਂ ਆਇਆ ਉਹਨੂੰ ਖੁਦਾ ਦਾ ਹੀ ਨੂਰ ਨਜ਼ਰ ਆਇਆ ਮੈਨੂੰ ਉਹ ਅੱਖਾਂ ਦੇ ਜਿਹੜੀਆਂ ਅੱਖਾਂ ਨੇ ਬਾਬੇ ਲੈਣੇ ਨੇ ਤੈਨੂੰ ਵੇਖਿਆ ਜਦੋਂ ਵੀ ਤੈਨੂੰ ਵੇਖਿਆ ਉਹ ਛੱਡ ਕੇ ਸਾਰੇ ਦੇਵੀ ਦੇਵਤਿਆਂ ਦੇ ਕਰਮ ਕਾਂਡਾ ਨੂੰ ਤੇਰੇ ਚਰਨਾਂ ਦਾ ਪੌਰਾ ਬਣ ਗਿਆ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਉਹ ਅੱਖਾਂ ਦੇ ਜਿਨ੍ਹਾਂ ਅੱਖਾਂ ਨਾਲ ਮੈਂ ਤੈਨੂੰ ਵੇਖ ਕੇ ਤੇਰੇ دیدار ਕਰਕੇ ਤੇ ਇੱਕ ਆਪਣੀਆਂ ਅੱਖਾਂ ਦੇ ਅੱਗੇ ਪਰਦਾ ਲਾ ਲਿਆ ਵੀ ਇਹਨਾਂ ਅੱਖਾਂ ਵਿੱਚੋਂ ਕੱਲਾ ਤੂੰ ਗੁਰੂ ਨੂੰ ਹੀ ਵੇਖੇ ਤਿਆਗ ਸੱਜਣਾ ਜ਼ਰੂਰੀ ਹੈ ਤਿਆਗ ਪਰ ਆਪਣੇ ਜੀਵਨ ਵਿੱਚ ਇਹਨਾਂ ਵਿਕਾਰਾਂ ਦਾ ਤਿਆਗ ਕਰ ਆਨੰਦ ਆ ਤਿਆਗ ਕਰ ਦਿੱਤਾ ਕੱਪੜੇ ਨਹੀਂ ਪਹਿਨਦਾ ਜੁੱਤੀ ਨਹੀਂ ਪਹਿਨਦਾ ਘਰ ਗਿਸਤੀ ਤਿਆਗ ਦਿੱਤੀ ਘਰਬਾਰ ਛੱਡ ਦਿੱਤਾ ਇਹਨਾਂ ਕੀ ਫਰਕ ਪੈਣ ਲੱਗਿਆ ਮਨ ਤੇ ਬਿਕਾਰੀ ਐ ਨਾ ਦੇਹ ਚ ਛੋੜ ਪਰਦੇਸਾਂ ਤਾਇਆ ਪੰਜ ਚੰਡਾਲ ਨਾਲੇ ਲੈ ਆਇਆ ਦੇਹ ਛੱਡ ਕੇ ਪਰਦੇਸਾਂ ਚਲਾ ਗਿਆ ਜੰਗਲਾਂ ਚਲਾ ਗਿਆ ਤੇ ਪੰਜ ਚੰਡਾਲ ਹਜੇ ਤੱਕ ਵੀ ਨਾਲ ਬੈਠੇ ਨੇ ਅੰਦਰ ਬੈਠੇ ਨੇ ਖਿਰਦਾ ਲੁੱਟਿਆ ਪਿਆ ਇਸ ਦੇਹੀ ਅੰਦਰ ਪੰਜ ਚੋਰ ਬਸੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅਮਰਤ ਲੂਟੇ ਮਨਮੁਖ ਨਹੀਂ ਬੁੱਝੇ ਕੋਈ ਨਾ ਸੁਣੇ ਪੁਕਾਰਾ ਕਾਮ ਕ੍ਰੋਧ ਨਗਰ ਬਹੁ ਭਰਿਆ ਸਰੀਰਿਕ ਨਗਰ ਹੈ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਸਾਧੂ ਦਾ ਅਰਥ ਇੱਥੇ ਗੁਰੂ ਹੈ ਮਿਲ ਸਾਧੂ ਖੰਡਲ ਖੰਡਾ ਗਏ ਗੁਰੂ ਨਾਲ ਜੁੜ ਤੇਰੇ ਦੇਹੀ ਦੇ ਇਸ ਨਗਰੀ ਵਿੱਚੋਂ ਗੁਰੂ ਇਹਦੇ ਵਿੱਚੋਂ ਕਾਮ, ਕਰੋਧ, ਲੋਭ, ਮੋਹੰਕਾਰ ਨੂੰ ਕੱਢ ਦੇਵੇਗਾ ਤੇਰਾ ਸਰੀਰ ਹੀ ਰੱਬ ਦਾ ਮੰਦਰ ਬਣ ਜਾਏਗਾ ਇਹ ਪਵਿੱਤਰ ਘਰ ਜਾ ਬਣ ਜਾਏਗਾ ਜਿੱਥੇ ਵਿਕਾਰ ਨਹੀਂ ਉੱਥੇ ਨਿਰੰਕਾਰ ਹੁੰਦਾ ਕਾਮ ਕਰੋਧ ਜੇ ਪਰਸੈ ਨਾਹੇਨ ਤੇ ਘਟ ਬ੍ਰਹਮ ਨਿਵਾਸਾ ਜਿੱਥੇ ਕਾਮ ਕਰੋਧ ਪਰਸਦੇ ਨਹੀਂ ਦਾਗ ਨਹੀਂ ਲਾਉਂਦੇ ਉੱਥੇ ਰੱਬ ਹੀ ਤਾਂ ਬਸਿਆ ਹੋਇਆ ਉੱਥੇ ਪਰਮੇਸ਼ਰ ਹੀ ਤਾਂ ਬਸਿਆ ਹੋਇਆ ਨਿਰੰਕਾਰ ਹੀ ਤਾਂ ਬਸਿਆ ਹੋਇਆ ਤਿਆਗਣਾ ਸੀ ਕਾਮ ਤਿਆਗਣਾ ਸੀ ਕ੍ਰੋਧ ਜਿਹੜਾ ਤੇਰੀ ਜ਼ਿੰਦਗੀ ਦੀ ਝੋਲੀ ਵਿੱਚ ਪਛਤਾਵੇ ਪਾ ਕੇ ਜਾਂਦਾ ਨਿੰਮਕ ਕਾਮ ਸੁਆਦ ਕਾਰਨ ਕੋਟ ਦਿਨ ਸੁਖ ਪਾਵੇ ਘੜੀ ਮੋਹਤ ਰੰਗ ਮਾਣੇ ਬਹੁਰ ਬਹੁਰ ਪਛਤਾਵੇ ਇਹਨੇ ਤੇਰੀ ਜ਼ਿੰਦਗੀ ਤਬਾਹ ਕੀਤੀ ਹੈ ਅਣਗਿਣਤ ਯੋਧੇ ਨੇ ਜਿਹੜੇ ਦੁਨੀਆਂ ਦੇ ਅੰਦਰ ਜੰਗਾ ਦੇ ਕਾਰਨ ਬਣੇ ਤੇ ਤਿੰਨ ਕਾਰਨ ਬਣੇ ਜੰਗਾ ਦੇ ਉਹ ਜ਼ਰ ਜ਼ੋਰੋ ਜ਼ਮੀਨ ਜ਼ੋਰੋ ਕਹਿੰਦੇ ਨੇ ਇਸਤਰੀ ਨੂੰ ਇੱਕ ਜੰਗ ਦੁਨੀਆ ਦਾ ਕਾਰਨ ਵੱਡਾ ਇੱਕ ਇਸਤਰੀਆਂ ਪਿੱਛੇ ਜੰਗ ਹੁੰਦਾ ਰਿਹਾ ਵਿਕਾਰਾਂ ਪਿੱਛੇ ਜੰਗ ਹੁੰਦਾ ਰਿਹਾ ਕਾਮ ਪਿੱਛੇ ਜੰਗ ਹੁੰਦਾ ਰਿਹਾ ਤਿਆਗ ਆਪਣੇ ਹਿੱਤ ਦੇ ਵਿੱਚੋਂ ਤਿਆਗ ਹੌਲੀ-ਹੌਲੀ ਤਿਆਗ ਜੇ ਨਹੀਂ ਤਿਆਗਿਆ ਜਾਂਦਾ ਤਾਂ ਗੁਰੂ ਅੱਗੇ ਅਰਦਾਸ ਕਰ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛਡਾ ਬੋ ਗੁਰੂ ਅੱਗੇ ਬੇਨਤੀ ਕਰ ਜੇ ਤੇਰੇ ਕੋਲ ਨਹੀਂ ਨਿਕਲਦੇ ਤੇ ਗੁਰੂ ਅੱਗੇ ਬੇਨਤੀ ਕਰ ਗੁਰੂ ਸਮਰੱਥ ਹੈ ਕਰ ਹੁਕਮ ਮਸਟਕਾ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ ਜਿਨ੍ਹਾਂ ਦੇ ਸਿਰਤੇ ਗੁਰੂ ਮਿਹਰ ਪਰ ਯਾਤ ਰੱਖ ਦੇਵੇ ਉਹਨਾਂ ਦੇ ਜੀਵਨ ਵਿੱਚੋਂ ਇਹ ਔਗਣ ਨਿਕਲ ਜਾਂਦੇ ਨੇ ਤਿਆਗਣਾ ਤਿਆਗਨ ਨੀਕਾ ਤਿਆਗਣਾ ਸਭ ਤੋਂ ਜ਼ਿਆਦਾ ਚੰਗਾ ਹੈ ਤਿਆਗ ਕਾਮ ਕ੍ਰੋਧ ਲੋਭ ਤਿਆਗਣਾ। ਕ੍ਰੋਧ ਨੂੰ ਤਿਆਗ ਆਪਣੇ ਜੀਵਨ ਵਿੱਚੋਂ ਗੁੱਸੇ ਨੂੰ ਤਿਆਗ। ਜਿਨੇ ਤੇਰਾ ਜੀਵਨ ਭੁੰਨ ਕੇ ਰੱਖਿਆ ਪਿਆ। ਕਿਸੇ ਦੀ ਗੱਲ ਨੂੰ ਬਰਦਾਸ਼ਤ ਕਰਨ ਦੀ ਹਿੰਮਤ ਪੈਦਾ ਕਰ। ਹਿੰਮਤ ਪੈਦਾ ਕਰ। ਜੇ ਅਸੀਂ بڑے ਲੋਗ ਨੇ ਜਿਹੜੇ ਤਨ ਦੇ ਬਲਵਾਨ ਨੇ ਪਰ ਮਨ ਪੱਖੋਂ ਓਨੇ ਹੀ ਕਮਜ਼ੋਰ ਨੇ। ਕਿਸੇ ਨੇ ਨਿੱਕੀ ਜਿਹੀ ਗੱਲ ਕਹੀ ਜੇ ਅਸੀਂ ਉਸੇ ਵੇਲੇ ਭਟਕ ਪਏ ਕੁਝ ਇਤਿਹਾਸਕ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਤਾਂ ਕਿ ਸਾਨੂੰ ਇਸ ਕਾਲ ਦਾ ਪਤਾ ਲੱਗ ਜਾਏ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜੀ ਸ਼ਹਾਦਤ ਹੋਈ 1606 ਵਿੱਚ ਉਸ ਵੇਲੇ ਸਿੱਖ ਜਗਤ ਨੇ ਖਲੋਕੇ ਗੁਰ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕੀਤੀ ਸਾਡੇ ਪ੍ਰਤੀ ਕੀ ਹੁਕਮ ਹੈ ਤੁਸੀਂ ਆਖੋ ਤੇ ਅਸੀਂ ਉਹਨਾਂ ਜ਼ਾਲਿਮਾਂ ਨੂੰ ਸੋਧ ਕੇ ਨੱਕ ਵਿੱਚ ਨੱਥਾ ਪਾ ਦਿਆਂਗੇ ਸਾਬ ਆਖਣ ਲੱਗੇ ਵੀ ਕਦੇ ਵਕਤ ਆਏਗਾ ਉਦੋਂ ਗੱਲ ਕਰਾਂਗੇ ਅੱਜ ਨਹੀਂ ਜਿਹਦੇ ਬਾਪੂ ਨੂੰ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਹੋਵੇ ਉਹਦਾ ਜਵਾਨ ਪੁੱਤ 11 ਸਾਲਾਂ ਦੀ ਉਮਰ ਹੈ ਉਹਦੀ 11 ਸਾਲਾਂ ਦੀ ਸਿਰਫ ਉਮਰ ਹੈ 1595 ਚ ਜਨਮ ਹੋਇਆ ਯਾਦ ਰੱਖੋ ਜੇ 1606 ਵਿੱਚ ਗੁਰੂ ਅਰਜਨ ਸਾਹਿਬ ਜੀ ਸ਼ਹਾदत ਹੁੰਦੀ ਹੈ ਤੇ ਉਹ 1606 ਵਿੱਚ 11 ਸਾਲਾਂ ਦੀ ਉਮਰ ਹੈ ਤੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬੈਠੇ ਨੇ 11 ਸਾਲਾਂ ਦੀ ਉਮਰ 'ਚ ਹੜ ਹੁੰਦਾ ਏ ਇਸ ਗੱਲ ਦਾ ਜੋਸ਼ ਦਾ ਪਰ ਗੁਰੂ ਹਰਗੋਬਿੰਦ ਸਾਹਿਬ ਨੇ ਸਮੁੱਚੀ ਕੌਮ ਨੂੰ ਸ਼ਾਂਤ ਕਰ ਦਿੱਤਾ ਮੁੜ ਕੇ ਜਦੋਂ ਵਕਤ ਆਇਆ ਚਾਰ ਜੰਗ ਲੜੇ ਚਾਰੇ ਜੰਗਾਂ ਵਿੱਚੋਂ ਜਿੱਤ ਹਾਸਲ ਕੀਤੀ ਤਿਆਰੀ ਕਰਕੇ ਤੇ ਜਿਹੜਾ ਉਸ ਵੇਲੇ ਚੰਦੂ ਸੀ ਉਹਦੇ ਨੱਕ ਵਿੱਚ ਨਕੇਲ ਪਾ ਕੇ ਲਾਹੌਰ ਦੀਆਂ ਗਲੀਆਂ ਵਿੱਚ ਫੇਰੇ ਆਉਂੋ ਸਾਨੂੰ ਪਤਾ ਹੀ ਨਹੀਂ ਵੀ ਕਿੱਥੇ ਕੀ ਕੁਝ ਕਰਨਾ ਚਾਹੀਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਵੰਬਰ ਦੇ ਮਹੀਨੇ 1675 ਨੂੰ ਹੁੰਦੀ ਹੈ 1675 ਨੂੰ ਗੁਰੂ ਜੀ ਤਖਤ ਤੇ ਬੈਠੇ ਨੇ 9 ਸਾਲਾਂ ਦੀ ਉਮਰ ਹੈ ਕੋਈ ਵੀ ਉਸ ਵੇਲੇ ਐਲਾਨ ਕਰ ਸਕਦੇ ਨੇ ਸਿੱਖ ਤਿਆਰ ਪਰ ਤਿਆਰ ਨੇ ਪਰ ਗੁਰੂ ਨੇ ਪਹਿਲਾ ਜੰਗ ਲੜਿਆ 1687 ਵਿੱਚ ਜਾ ਕੇ ਤੁਸੀਂ ਸੋਚੋ 1675 ਵਿੱਚ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਹੋਈ 1687 ਵਿੱਚ ਜਾ ਕੇ ਪੰਗਾਣੀ ਦਾ ਕਈ ਬਿਮਾਰਾ 86 ਚ ਲਿਖਿਆ ਗੱਲ ਵਕਰੀ ਹੈ ਪਰ ਉਦੋਂ ਜਾ ਕੇ ਜੰਗ ਲੜਿਆ ਤੇ ਇੰਨਾ ਸਮਾਂ ਗੁਰੂ ਨੇ ਬਿਲਕੁਲ ਕੋਈ ਗੱਲ ਨਹੀਂ ਕੀਤੀ ਸ਼ਾਂਤ ਸੁਭਾਅ ਵਿੱਚ ਰਹਿ ਕੇ ਸਿੱਖੀ ਦੀਆਂ ਜੜ੍ਹਾਂ ਨੂੰ ਪੱਕੀਆਂ ਕਰਦੇ ਰਹੇ ਜੀਦਾ ਬਾਪੂ ਤੇ ਤੀ ਤਵੀ ਤੇ ਬਿਠਾਇਆ ਹੋਵੇ ਉਹਦੇ ਚ ਬਰਦਾਸ਼ਤ ਸ਼ਕਤੀ ਇੰਨੀ ਜਿਹਦੇ ਬਾਪੂ ਦਾ ਸੰਸਕਾਰ ਵੀ ਦੋ ਥਾਵਾਂ ਤੇ ਹੋਇਆ ਹੋਵੇ ਅੱਧਾ ਦਿੱਲੀ 'ਚ ਹੋਇਆ ਹੋਵੇ ਅੱਧਾ ਅਨੰਦਪੁਰ ਸਾਹਿਬ ਹੋਇਆ ਹੋਵੇ ਉਹਦੇ ਹਿਰਦੇ 'ਚ ਕੋਈ ਕ੍ਰੋਧ ਨਹੀਂ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾ ਮਿਲਤਾ ਕਰਦਾ ਮੇਰੀ ਮਦਦ ਕਰੋ ਮੈਂ ਤਖਤ ਤੇ ਬੈਠ ਸਕਣਾ ਔਰੰਗਜ਼ੇਬ ਗੁਰੂ ਗੋਮ ਸਿੰਘ ਦੇ ਪੁੱਤਰਾਂ ਨੂੰ ਸ਼ਹੀਦ ਕਰਵਾਉਂਦਾ ਹੈ ਗੁਰੂ ਗੋਮ ਸਿੰਘ ਔਰੰਗਜ਼ੇਬ ਦੇ ਪੁੱਤਰ ਨੂੰ ਤਖਤ ਤੇ ਬਿਠਾਉਂਦਾ ਕਿਉਂਕਿ ਸਾਡੇ ਚ ਗੱਲ ਕਰੋਧੀ ਨਹੀਂ ਹੈ ਸਾਡੇ ਚ ਗੱਲ ਕਰੋਧੀ ਨਹੀਂ ਹੈ ਅਸੀਂ ਆਪਣਾ ਪੱਕ ਦੱਸ ਹੀ ਨਹੀਂ ਸਕੇ ਲੋਕਾਂ ਨੂੰ ਸਿੱਖ ਕਰੋਧੀ ਨਹੀਂ ਹੈ ਜਿਹਦੇ ਅੰਦਰ ਕਰੋਧ ਹੈ ਉਹ ਸਿੱਖ ਨਹੀਂ ਹੋ ਸਕਦਾ ਜੀ ਆਪਣੇ ਆਪੇ ਨੂੰ ਸਵਾਰੀਏ ਆਪਣੇ ਅੰਤਰ ਆਤਮੇ ਨੂੰ ਸਵਾਰੀਏ ਸਾਡੇ ਘਰਾਂ ਦੇ ਰਿਸ਼ਤੇ ਵੀ ਅਜ ਤੜਕਦੇ ਜਾ ਰਹੇ ਨੇ ਉਹਨਾਂ ਦਾ ਕਾਰਨ ਇਕੋ ਹੀ ਹੈ ਅਸੀਂ ਕਿਸੇ ਦੀ ਗੱਲ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਕ੍ਰੋਧ ਸਾਡੇ ਅੰਦਰ ਹੈ ਜੇ ਤਿਆਗਣਾ ਤੂੰ ਧਰਮੀ ਬਣਨਾ ਆ ਜੀਵਨ ਜਾਚੋ ਸਜਣਾ ਆਪਣੇ ਜੀਵਨ ਅੰਦਰੋਂ ਕ੍ਰੋਧ ਦਾ ਤਿਆਗ ਕਰ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੋਹਾਗਾ ਟੱਨੇ ਕਾਮ ਤੇ ਕਰੋਧ ਨੇ ਤੇਰੀ ਕਾਇਆ ਨੂੰ ਗਾਲ ਕੇ ਰੱਖ ਦੇਣਾ ਜਿਵੇਂ ਸੁਹਾਗਾ ਜਿਹੜਾ ਸੋਨੇ ਨੂੰ ਢਾਲ ਕੇ ਰੱਖ ਦਿੰਦਾ ਵੇਖੀ ਕਿਤੇ ਇਹਦੇ ਵਿੱਚ ਆਪਣੇ ਜੀਵਨ ਦੀ ਗੱਲ ਨਾ ਲੈ ਕੇ ਜਾਇ ਇੱਕ ਸ਼ਲੋਕ ਬੜੇ ਧਿਆਨ ਨਾਲ ਸੁਣਿਆ ਜੇ ਸ਼ੇਖ ਫਰੀਦ ਦਾ ਸ਼ਲੋਕ ਹੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗ ਗਈ ਪੱਲੇ ਸਭ ਕਿਛ ਪਾਇ ਸਹਿਬ ਕਹਿੰਦੇ ਸਜਣਾ ਇੱਕ ਗੱਲ ਚੇਤਾ ਰੱਖੀ ਚੰਗੇ ਦਾ ਚੰਗਾ ਕਰਨ ਵਾਲੇ ਬਥੇਰੇ ਲੋਗ ਨੇ ਬੋਰੇ ਦਾ ਚੰਗਾ ਕਰਨ ਵਾਸਤੇ ਸੋਚਣ ਵਾਲੇ ਵੀ ਬਥੇਰੇ ਲੋਗ ਨੇ ਜੇ ਕੋਈ ਬੁਰਾ ਹੈ ਤਾਂ ਉਹਦਾ ਮੈਂ ਚੰਗਾ ਕਰਨ ਬਾਰੇ ਸੋਚਦਾ ਤੇ ਬਥੇਰੇ ਲੋਗ ਨੇ ਮੈਂ ਤੇਰੇ ਕੋਲੋਂ ਬੁਰੇ ਦਾ ਚੰਗਾ ਚਿੱਤ ਬਣਾ ਨਹੀਂ ਚਾਹੁੰਦਾ ਮੈਂ ਚਾਹੁੰਦਾ ਫਰੀਦਾ ਬੁਰੇ ਦਾ ਭਲਾ ਸੋਚਣਾ ਮਲਕੇ ਫਰੀਦਾ ਬੁਰੇ ਦਾ ਭਲਾ ਕਰ ਫਰੀਦਾ ਜੇ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਘਮ ਆਪਨ ਨੇ ਕਰ ਜਾਈਏ ਪੈਰ ਤਿਨਾ ਦੇ ਚੁੰਮਾ ਛੋਟਾ ਜਿਹਾ ਖਿਆਲ ਅਜ ਇਤਿਹਾਸ ਦੀ ਗੱਲ ਭਰੂ ਹੋਗੀ ਮਾਫ ਕਰਨਾ ਛੋਟਾ ਜਿਹਾ ਖਿਆਲੀ ਕੋਰ ਦੇਣਾ ਚਾਹਣਾ ਧੰਗ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਬੁਹਾਰਨਪੁਰ ਦੇ ਇਲਾਕੇ ਵਿੱਚ ਗਏ ਇਹਦੇ ਇਲਾਕੇ ਵਿੱਚ ਨਿਹੜ ਸਾਬ ਦੇ ਥਾਂ ਦੇ ਕਲ ਕਰ ਲਈਏ ਸੋਖਾ ਜਿਹਾ ਸਮਝ ਲੱਗੇਗਾ ਉਦਨੇ ਇਲਾਕੇ ਚ ਗਏ ਤੇ ਉਧਰ ਇੱਕ ਜੈਤਰਾਮ ਮਿਲਿਆ ਸਤਗੁਰੂ ਜੀ ਨੂੰ ਇਹ ਜੈਤਰਾਮ ਪੀਰ ਦਾदू पीर ਦੀ ਸਮਾਦ ਉੱਤੇ ਸੇਵਕ ਸੀ ਸ਼ੇਵਨ ਨੇ ਉਹਨਾਂ 'ੱਕੇ ਗੱਲਬਾਤ ਕੀਤੀ ਤੇ ਉਹਨੇ ਬੜੀਆਂ ਸੁਣੀਆਂ ਗੱਲਾਂ ਬਾਤਾਂ ਵਿਚਾਰਨ ਦੀ ਸਾਂਝ ਪਾਈ ਧਰਮੀ ਬੰਦੇ ਸਨ ਦੋਵੇਂ ਧਰਮੀ ਸ਼ਖਸੀਅਤਾਂ ਸਨ ਧਰਮ ਦੀਆਂ ਗੱਲਾਂ ਕੀਤੀਆਂ ਹਜ਼ੂਰ ਕਹਿਣ ਲੱਗੇ ਵੀ ਦਾਦੂ ਪੀਰ ਤੇ ਬੜਾ ਸਿਆਣਾ ਹੋਇਆ ਤੇ ਬਹੁਤ ਚਿਰ ਪਹਿਲਾਂ ਹੋਇਆ ਗੁਨਾਹ ਸਿੰਘ ਜੀ ਦੇ ਸਮਕਾਲੀ ਕਹਿੰਦੇ ਥੋੜਾ ਜਾਂ ਤੇ ਤੁਸੀਂ ਉਹਨਾਂ ਦੀ ਕੋਈ ਗੱਲਬਾਤ ਸੁਣਾਓ ਉਹ ਜੈਤਰਾਮ ਕਹਿਣ ਲੱਗੇ ਵੀ ਸਾਡੇ ਦਾਦੂ ਨੇ ਤਾਂ ਸਾਨੂੰ ਇਹ ਗੱਲ ਸਿਖਾਈ ਹੈ ਇਹ ਗੱਲ ਦੱਸੀ ਹੈ ਦਾਦੂ ਪੀਰ ਨੇ ਭਈ ਅਸੀਂ ਆਪਣੇ ਜੀਵਨ ਦੇ ਵਿੱਚ ਜੇ ਕੋਈ ਸਾਡੇ ਨਾਲ ਬੁਰਾ ਵੀ ਕਰਦਾ ਹੈ ਨਾ ਤੇ ਅਸੀਂ ਉਹਦੇ ਨਾਲ ਬੁਰਾ ਵਿਹਾਰ ਨਹੀਂ ਕਰਦੇ ਅਸੀਂ ਉਹਦੇ ਨਾਲ ਚੰਗਾ ਵਿਹਾਰ ਕਰਦੇ ਹ ਜੇ ਕੋਈ ਸਾਨੂੰ ਇੱਟਾਂ ਢੀਮਾਂ ਵੀ ਮਾਰਦਾ ਹੈ ਕਲ ਕਲੀ ਜੇ ਭਾਉ ਜੇ ਕੋ ਮਾਰੇ ਈਟ ਢੀਮ ਲੀਟੇ ਚੀਟੜਾਈ ਕਹਨ ਲੱਗੇ ਅਸੀਂ ਕਦੇ ਕਿਸੇ ਨਾਲ ਬੁਰਾ ਨਹੀਂ ਕਰਦੇ ਜੇ ਕੋਈ ਇੱਟ ਟੀਮ ਵੀ ਮਾਰੇ ਤੇ ਚੁੱਕ ਕੇ ਅਸੀਂ ਆਪਣੇ ਸਿਰ ਤੇ ਰੱਖ ਲੈਨੇ ਵੀ ਸਵੇਰਾਤ ਭਲਾ ਹੋਵੇ ਸਾਬ ਕਹਿਣ ਲੱਗੇ ਵੀ ਗੱਲ ਤੇ ਅਸੀਂ ਵੀ ਇਹੋ ਜਿਹਾ ਕਰਨੇ ਸ਼ੁਰੂਆਤ ਇੱਥੋਂ ਹੀ ਕਰਨੇ ਫਰੀਦਾ ਜੇ ਤਾਂ ਮਾਰਨ ਮੁਕੀਆਂ ਤੇ ਨਾ ਨਾ ਮਾਰੇ ਕੋਮ ਪਰ ਅਸੀਂ ਕਿ ਸੀਮਾ ਨੇ ਛਿੱਟ ਕੀਤੀ ਹੋਈ ਐ ਵੀ ਕਿੱਥੇ ਇੱਕ ਤੱਕ ਅਸੀਂ ਬਰਦਾਸ਼ਤ ਕਰਾਂਗੇ ਅਸੀਂ ਇਹ ਨਹੀਂ ਵੀ ਜੇ ਕੋਈ ਇੱਕ ਚਪੇੜ ਮਾਰੇ ਤੇ ਦੂਜੇ ਮੂੰਹ ਦਾ ਪੱਖ ਸਾਹਮਣੇ ਕਰਦੀ ਉਹ ਵੀ ਲੈ ਇਧਰ ਮਾਰ ਲੈ ਨਹੀਂ ਅਸੀਂ ਵੀ ਦੇਖਨੇ ਆਂ ਅਸੀਂ ਸੀਮਾ ਨੇ ਚਿਰ ਕੀਤੀ ਹੋਈ ਐ ਕਰੋ ਦੀ ਵੀ ਸੀਮਾ ਨੇ ਚਿਰ ਕੀਤੀ ਹੋਈ ਸੀ ਪਹਿਲਾਂ ਵੀ ਹਾਰ ਅਸੀਂ ਚੰਗਾ ਹੀ ਕਰਦੇ ਆ ਪਹਿਲਾਂ ਅਸੀਂ ਸ਼ਾਂਤੀ ਬਣਾਉਨੇ ਆ ਪਰ ਫੇਰ ਇਹਨੂੰ ਖੰਡਾ ਘੋਲ ਕੇ ਪਲਾਇਆ ਹੋਇਆ ਫੇਰ ਇਹ ਸਿਪਾਹੀ ਵੀ ਹੈ ਇਹ ਵੀ ਨਹੀਂ ਬਿਨੇ ਆਪਣੀ ਇੱਜ਼ਤ ਨੂੰ ਖਵਾਰ ਕਰਦਾ ਰਵੇ ਅਸੀਂ ਵੀ ਭਲਿਆ ਜੈਤਰਾਮ ਜੀ ਇਹ ਗੱਲ ਚੇਤਾ ਰੱਖੀ ਅਸੀਂ ਵੀ ਕਿਸੇ ਦਾ ਬੁਰਾ ਕਰਕੇ ਨਹੀਂ ਰਾਜੀ ਅਸੀਂ ਵੀ ਕੱਲ੍ਹ ਕਾ ਲੀਜੇ ਭਾਏ ਜੇ ਕੋ ਮਾਰੇ ਈਟ ਟੀਮ ਪੱਥਰ ਹਨੇ ਰਸਾਏ ਅਸੀਂ ਤੇਰੇ ਵਾਂਗੂ ਈਟ ਟੀਮ ਸਿਰ ਤੇ ਨਹੀਂ ਰੱਖਦੇ ਜਿਹੜਾ ਇੱਟਾਂ ਟੀਮਾਂ ਮਾਰਨ ਲੱਗ ਜਾਏ ਉਹ ਕੋਈ ਗੱਲ ਸਮਝੇ ਹੀ ਨਾ ਮੂਰਖ ਗੰਡ ਪਵੇ ਮੂੰਹ ਮਾਰ ਜੇ ਮੂਰਖ ਸਮਝੇ ਹੀ ਨਾ ਫਿਰ ਉਹਨੂੰ ਤੇ ਗੰਡ ਤਾਂ ਹੀ ਬੈ ਸਕਦੀ ਨਾ ਉਹ ਤਾਂ ਹੀ ਰੁਕ ਸਕਦਾ ਉਹਦੇ ਮੂੰਹ ਤੇ ਲੱਗੀ ਜਾਏ ਅਸੀਂ ਕਿ ਨਿਸ਼ਚਿਤ ਕੀਤਾ ਹੋਇਆ ਸਮਾਂ ਸਤਗੁਰ ਜੀ ਨੇ ਜਦੋਂ ਬਚਨ ਆਖੇ ਦਾदू पीर ਉਹਦਾ ਸੇਵਕ ਜਿਹੜਾ ਜੈਤਰਾਮ ਸੀ ਉਹ ਹੱਥ ਜੋੜ ਕੇ ਖੜੋ ਗਿਆ ਕਹਿਣ ਲੱਗੇ ਦਾਤਿਆ ਤੇਰਾ ਧਰਮ ਠੀਕ ਹੈ ਕਿਉਂਕਿ ਨਿਰਿਆ ਨਿਮਰਤਾ ਵੀ ਕਿਸੇ ਹੱਦ ਤੱਕ ਲੋਕ ਪੈਰਾਂ ਵਿੱਚ ਰੁਲਦਿਆ ਕਰਦੇ ਨੇ ਉਹਨੇ ਕੋਲ ਜੋਸ਼ ਤਾਂ ਹੋਵੇ ਪਰ ਇੱਕ ਸੀਮਾ ਹੋਵੇ ਵੀ ਇਸ ਤੋਂ ਅੱਗੇ ਅਸੀਂ ਆਪਣੇ ਜੀਵਨ ਅੰਦਰ ਅਣਖ ਤੇ ਗੈਰਤ ਨੂੰ ਕਾਮਯਾਬ ਰੱਖਣਾ ਤੁਸੀਂ ਕਦੇ ਧਿਆਨ ਨਾਲ ਦੇਖਿਓ ਇੱਕੋ ਹੀ ਕੰਪਲੈਕਸ ਵਿੱਚ ਹਾਲਾਂਕਿ ਵੱਖੋ-ਵੱਖਰੇ ਹੁੰਦੇ ਤੇ ਆਪਾਂ ਕਹਿ ਸਕਦੇ ਹਾਂ ਵੀ ਇੱਥੇ ਮੌਸਮ ਹੋਰ ਹੈ ਇੱਥੇ ਹੋਰ ਹੈ ਇੱਥੇ ਗਲਤ ਹੋ ਵਰਨੇ ਤੇ ਹੋਰ ਇਹ ਕੋਈ ਕੰਪਲੈਕਸ ਵਿੱਚ ਸ੍ਰੀ ਅਕਾਲ ਤਖਤ ਸੇ ਬਣਿਆ ਹੋਇਆ ਹਰਮੰਦਰ ਸਾਹਿਬ ਬਣਿਆ ਹੋਇਆ ਹਰਮੰਦਰ ਸਾਹਿਬ ਨੀਮਾ ਪੌੜੀਆਂ ਉਤਰ ਕੇ ਜਾਂਦੇ ਹੋ ਸ੍ਰੀ ਅਕਾਲ ਤਖਤ ਸੇ ਉੱਚਾ ਪੌੜੀਆਂ ਤੜਕੇ ਜਾਂਦੇ ਹੋ ਜੇ ਉਹ ਨੀਮਾ ਰਹਿ ਸਕਦਾ ਤਾਂ ਉਹ ਕਿਉਂ ਨਹੀਂ ਜੇ ਉਹ ਉੱਚਾ ਰਹਿ ਸਕਦਾ ਤਾਂ ਹਰਮੰਦਰ ਸਾਹਿਬ ਉੱਚਾ ਕਿਉਂ ਨਹੀਂ ਉਹ ਸਾਨੂੰ ਇੱਕ ਗੱਲ ਸਮਝਾਉਂਦਾ ਜੇ ਤੇ ਕੋਈ ਤੇਰੇ ਨਾਲ ਪਿਆਰ ਦੀ ਭਾਸ਼ਾ ਵਿੱਚ ਗੱਲ ਕਰੇ ਫਿਰ ਤੇ ਸਜਣਾ ਚੇਤਾ ਰਖੀ ਤੂੰ ਹੱਦ ਦਰਜੇ ਦੀ ਹਰਮੰਦਰ ਸਾਹਿਬ ਕੋਈ ਆਵੇ ਸਹੀ ਤੂੰ ਉਹਦੇ ਜੋੜੇ ਝਾੜੀ ਹਰਮੰਦਰ ਸਾਹਿਬ ਕੋਈ ਆਵੇ ਸਹੀ ਤੂੰ ਉਹਦੇ ਝੂਠੇ ਬਰਤਨ ਚੁੱਕੀਂ ਹਰਮੰਦਰ ਸਾਹਿਬ ਕੋਈ ਆਵੇ ਸਹੀ ਤੂੰ ਉਹਦੇ ਚਰਨ ਘੁੱਟੀਂ ਹਰਮੰਦਰ ਸਾਹਿਬ ਕੋਈ ਆਵੇ ਸਹੀ ਤੂੰ ਉਹਨੂੰ ਕੜਾ ਪ੍ਰਸ਼ਾਦੀ ਦੇਖ ਦੇਮੀ ਹਰਮੰਦਰ ਸਾਹਿਬ ਕੋਈ ਆਵੇ ਸਹੀ ਤੂੰ ਜੀ ਦੀ ਕਹਿ ਕੇ ਬੁਲਾਮੀ ਪਰ ਜਿਸਦਨ ਕੋਈ ਤੇਰੀ ਇੱਜ਼ਤ ਅਣਖ ਗੈਰਤ ਨੂੰ ਹੱਥ ਪਾਉਣ ਲੱਗੇ ਨਾ ਫਿਰ ਉਸ ਦਿਨ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਕੇ ਤੁਰੀ ਕਿਉਂਕਿ ਜਿੰਨੇ ਵੀ ਤਖਤ ਨੇ ਉਹਨਾਂ ਵਿੱਚੋਂ ਬਹੁਤੀਆਂ ਥਾਵਾਂ ਦੇ ਉੱਤੇ ਤੁਸੀਂ ਦੇਖਿਓ ਹਰੇਕ ਗੁਰੂ ਘਰ ਦੇ ਵਿੱਚ ਪ੍ਰਕਾਸ਼ ਵਿਚਾਰ ਹੁੰਦਾ ਪਰ ਜਿਹੜੇ ਤਖਤ ਨੇ ਉਹਨਾਂ ਵਿੱਚ ਵਿਚਕਾਰ ਪ੍ਰਕਾਸ਼ ਨਹੀਂ ਉਹਨਾਂ ਵਿੱਚ ਵਿਚਕਾਰ ਹਥਿਆਰ ਪਏ ਨੇ ਤੁਸੀਂ ਅਨੰਦਪੁਰ ਸਾਹਿਬ ਨੂੰ ਆਪਣੇ ਦਿਮਾਗ 'ਚ ਬਸਾਓ ਅਨੰਦਪੁਰ ਸਾਹਿਬ ਤੱਕ ਤੇ ਜਾਓ ਉੱਥੇ ਪ੍ਰਕਾਸ਼ ਇੱਕ ਕੋਣੇ ਵਿੱਚ ਹੈ ਵਿਚਕਾਰ ਹਥਿਆਰ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਦੇਖੋ ਉੱਥੇ ਵਿਚਕਾਰ ਹਥਿਆਰ ਪਏ ਨੇ ਪ੍ਰਕਾਸ਼ ਇੱਕ ਲਾਮੇ ਸਾਈਡ ਤੇ ਕੀਤਾ ਹੋਇਆ ਉੱਥੇ ਫਿਰ ਤੂੰ ਆਪਣੇ ਜੀਵਨ ਅੰਦਰ ਇਸ ਗੱਲ ਨੂੰ ਦੇਖੀ ਤੋ ਗੁਰਦੇਵ ਕਹਿੰਦੇ ਨੇ ਵੀ ਸਜਣਾ ਤੂੰ ਜੇ ਆਪਣੇ ਜੀਵਨ ਵਿੱਚ ਸੱਚ ਦੀ ਗੱਲ ਸਮਝਣੀ ਚਾਹੁੰਦਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ ਤੂੰ ਬੁਰੇ ਦਾ ਵੀ ਭਲਾ ਕਰਨਾ ਸਿੱਖ ਮੈਂ ਤੈਨੂੰ ਸਿੱਖ ਉਸ ਦਿਨ ਮੰਨਾਂਗਾ ਜਿਸ ਦਿਨ ਤੂੰ ਭਾਈ ਕਨਈਆ ਜੀ ਮੰਗੂ ਆਪਣਾ ਜੀਵਨ ਗੁਜ਼ਾਰੇ ਜੇ ਗੁਰੂ ਇੱਕ ਨੂੰ ਕਰਪਾਨ ਦੇ ਕੇ ਭੇਜਦਾ ਦੂਜੇ ਨੂੰ ਪਾਣੀ ਦੀ ਮੱਛਕ ਦੇ ਕੇ ਭੇਜਦਾ ਸੱਜਣਾ ਜਿੱਥੇ ਤੈਨੂੰ ਕੁਝ ਜ਼ਖਮੀ ਲੱਗੇ ਤੋ ਸੇਵਾ ਵੀ ਕਰਦਾ ਰਹੇ ਅਸੀਂ ਆਪਣੇ ਜੀਵਨ ਵਿੱਚੋਂ ਤਿਆਗਣਾ ਸੀ ਤੇ ਕ੍ਰੋਧ ਨੂੰ ਤਿਆਗਣਾ ਸੀ ਉਹ ਤੇ ਨਹੀਂ ਤਿਆਗਿਆ ਉਹ ਤੇ ਨਹੀਂ ਤਿਆਗਿਆ ਇੱਕ ਗੱਲ ਕੋਈ ਕਹਿ ਕੇ ਦੇਖੇ ਆ ਜਿਹੜੇ ਗੁਰਦੁਆਰਾ ਸਾਹਿਬ ਬਣ ਰਹੇ ਨਹੀਂ ਅਜੇ ਨੇ ਇਹ ਕੋ ਸਾਡੇ ਪਿਆਰ ਤੋਂ ਥੋੜਾ ਬਣ ਰਹੇ ਨੇ ਇਹ ਸਾਡੇ ਹੰਕਾਰ ਤੋਂ ਬਣ ਰਹੇ ਨੇ ਤੁਸੀਂ ਲੋ ਗੱਲਾਂ ਕਹੀਆਂ ਮੈਂ ਬਰਦਾਸ਼ਤ ਨਹੀਂ ਕਰ ਸਕਿਆ ਮੈਂ ਦੂਜਾ ਗੁਰਦੁਆਰਾ ਖੋਲ੍ਹਿਆ ਲਾ ਕੇ ਇਹ ਸਾਡੇ ਹੰਕਾਰ ਵਿੱਚ ਹੀ ਪੈਦਾ ਹੋ ਰਹੇ ਨੇ ਅੱਜ ਸਾਡੀ ਕੌਮ ਕਿਉਂ ਇੰਨੀ ਦੁਖਦਾਈ ਹੈ ਇੰਨੇ ਧੜੇ ਇੰਨੇ ਜਥੇ ਇਨੀਆਂ ਜਥੇ ਬੰਦੀਆਂ ਇਹ ਇੰਨੇ ਸਾਰਾ ਕੁਝ ਕਾਦੇ ਲਈ ਹੈ ਮੈਂ ਫੇਰ ਇੱਕ ਬੇਨਤੀ ਕਰਾਂ ਥੋੜੀ ਤਵੱਜੋ ਦੇ ਕੇ ਸਮਝੋ ਇਸ ਗੱਲ ਨੂੰ ਗੁਰੂ ਨੇ ਧਰਮ ਬਣਾਇਆ ਸੀ ਸੁਣਨ ਵਾਲਿਆਂ ਦਾ ਅਸੀਂ ਬਣਾ ਲਿਆ ਸੁਣਾਉਣ ਵਾਲਿਆਂ ਦਾ ਗੁਰੂ ਨੇ ਧਰਮ ਬਣਾਇਆ ਸੀ ਮੰਨਣ ਵਾਲਿਆਂ ਦਾ ਅਸੀਂ ਬਣਾ ਲਿਆ ਮਨਾਉਣ ਵਾਲਿਆਂ ਦਾ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਮੈਂ ਤੁਹਾਡੇ ਨਾਲ ਨਹੀਂ ਚੱਲ ਸਕਦਾ ਇਹ ਤਾਂ ਮੈਂ ਵੀ ਚਾਹਣਾ ਵੀ ਇੱਕ ਇੱਕ ਛੱਲੇ ਥੱਲੇ ਇਕੱਠੇ ਹੋ ਜੀਏ ਪਰ ਮੇਰੇ ਛੱਲੇ ਥੱਲੇ ਇਕੱਠੇ ਹੋਵੇ ਮੈਂ ਤੁਹਾਡੇ ਥੱਲੇ ਨਹੀਂ ਆ ਸਕਦਾ ਇਹ ਇਹ ਤੇ ਮੈਂ ਚਾਹਣਾ ਵੀ ਇੱਕ ਜਥੇਬੰਦੀ ਬਣਾ ਲਈਏ ਪਰ ਤੁਸੀਂ ਮੇਰੀ ਜਥੇਬੰਦੀ ਵਿੱਚ ਆਓ ਮੈਂ ਤੁਹਾਡੀ ਜਥੇਬੰਦੀ ਵਿੱਚ ਨਹੀਂ ਆ ਸਕਦਾ ਸਿੱਖ ਦਾ ਸਿੱਖ ਵਿਰੋਧੀ ਹੋਈ ਬੈਠਾ ਹੈ ਉਹ ਸਜਣਾ ਤੇਰਾ ਅੰਦਰ ਕ੍ਰੋਧ ਨਾਲ ਭਰਿਆ ਹੋਇਆ ਹੈ ਜੇ ਤੇਰਾ ਅੰਦਰ ਸ਼ਾਂਤੀ ਨਾਲ ਹੁੰਦਾ ਫਿਰ ਗੁਰੂ ਅਮਰਦਾਸ ਜੀ ਮੰਗੂ ਤੂੰ ਲੱਤਾਂ ਖਾ ਕੇ ਵੀ ਉਦੇ ਚਰਨ ਕੁੱਟ ਦਿੰਦਾ ਉਹ ਮੇਰੇ ਗੁਰੂ ਦੀ ਖਾਤਰ ਤੂੰ ਅੱਗੇ ਹੋ ਕੇ ਚੱਲਣਾ ਚਾਹਨਾ ਤੁਸੀਂ ਅੱਗੇ ਹੋ ਕੇ ਚੱਲੋ ਮੈਂ ਪਿੱਛੇ ਰਹੀਂ ਨਹੀਂ ਇੱਕ ਅੱਲਾ ਸਾਡੇ ਜੀਵਨ ਵਿੱਚ ਤਿਆਗਣ ਦੀ ਗੱਲ ਅਸੀਂ ਗੁਰਦੁਆਰਾ ਸਾਹਿਬ ਆਜਾ ਨੇ ਕੜੀ ਕਥਾ ਕੀਰਤਨ ਸੁਣਿਆ ਸਿਮਰਨ ਕੀਤਾ ਚਲੋ ਵਾ ਵਾ ਕਮ ਰੰਗ ਲੱਗ ਗਿਆ ਭਈ ਰੱਬ ਦਾ ਉਲਾਮ ਹਾਲਾਤ ਹੁਣ ਬਾਹਰ ਜਾ ਕੇ ਮੈਂ 23 ਘੰਟੇ ਜੋ ਮਰਜ਼ੀ ਕਰਾਂ ਉਹ 24 ਘੰਟੇ ਗੁਰੂ ਨੂੰ ਯਾਦ ਰੱਖ ਸਜਣਾ ਇਹ ਆ ਤੇਰਾ ਸਿਮਰਨ ਇਹ ਆ ਤੇਰੀ ਬੰਦਗੀ ਜਦੋਂ ਕਰੋਧ ਆਵੇ ਤੈਨੂੰ ਗੁਰੂ ਚੇਤਾ ਆਵੇ ਮੈਂ ਕਰੋਧ ਨਹੀਂ ਕਰਨਾ ਸ਼ਾਂਤੀ ਨਾਲ ਗੱਲ ਕਰਨੀ ਅੱਜ ਸੱਸ ਸਨੋਂ ਦੇ ਰਿਸ਼ਤੇ ਪਿਓ ਪੁੱਤ ਦੇ ਰਿਸ਼ਤੇ ਭਰਾਵਾਂ ਦੇ ਰਿਸ਼ਤੇ ਭੈਣ ਭਰਾਵਾਂ ਦੇ ਰਿਸ਼ਤੇ ਉਹ ਕਿਉਂ ਰੁਲਦੇ ਫਿਰਦੇ ਨੇ ਉਹ ਇਸ ਲਈ ਰੁਲਦੇ ਫਿਰਦੇ ਨੇ ਕਿਉਂਕਿ ਸਾਡੇ ਕੋਲੋ ਕਿਸੇ ਦੀ ਗੱਲ ਬਰਦਾਸ਼ਤ ਨਹੀਂ ਹੁੰਦੀ ਅਸੀਂ ਕਰੋਧ ਦੇ ਭਰੇ ਪਏ ਹਾਂ ਮੇਰੀ ਆਗਿਆ ਅਨੁਸਾਰ ਚੱਲਦੇ ਹੋ ਤੇ ਮੁਬਾਰਕ ਨਹੀਂ ਚੱਲਦੇ ਤੇ ਮੈਂ ਕਲੇਸ਼ ਕਰ ਦਿੰਦਾ ਨਹੀਂ ਸਿੱਖੀ ਇਹ ਨਹੀਂ ਹੈ ਸਿੱਖੀ ਇਹ ਨਹੀਂ ਹੈ ਸਿੱਖੀ ਨੇਰੇ ਬਾਹਰ ਨੇ ਸ਼ਿੰਗਾਰ ਦਾ ਨਾ ਨੀ ਐ ਸਿੱਖੀ ਪਹਿਲਾਂ ਕਿਰਦਾਰ ਦਾ ਨਾ ਐ ਪਹਿਲਾਂ ਕਿਰਦਾਰ ਪਹਿਲਾਂ ਕਰ ਆਪਣੇ ਜੀਵਨ ਵਿੱਚ ਤੋਂ ਗੁਰਦੇਵ ਸਤਿਪਾਤ ਜੀ ਕਿਰਪਾ ਕਰਦੇ ਨੇ ਤਿਆਗਣਾ ਤਿਆਗਣ ਨੀਕਾ ਕਾਮ ਕਰੋਧ ਲੋਭ ਕਿੰਨਾ ਲੋਭ ਐ ਸਾਡੇ ਅੰਦਰ ਏਕਲ ਚੇਤਾ ਰੱਖਿਓ ਸਾਹਿਬ ਨੇ ਕੁਰਬਾਨੀ ਵਿੱਚ ਜ਼ਿਕਰ ਕੀਤਾ ਬੜਾ ਪਿਆਰਾ ਇੱਕ ਪਾਸੇ ਉਸ ਕੁੱਤੇ ਨੂੰ ਕਿੱਡੀ ਵੱਡੀ ਅਦਬ ਦੀ ਨਜ਼ਰ ਨਾਲ ਵੇਖਿਆ ਗਿਆ ਉਸ ਕੁੱਤੇ ਨੂੰ ਕਿੱਡੇ ਅਦਬ ਦੀ ਨਜ਼ਰ ਨਾਲ ਵੇਖਿਆ ਗਿਆ ਸਾਹਿਬ ਕਹਿੰਦੇ ਜੇ ਰੱਬ ਦੀ ਇਬਾਦਤ ਕਰਨੀ ਸਿੱਖਣੀ ਹੈ ਨਾ ਤਾਂ ਕੁੱਤੇ ਕੋਲੋਂ ਸਿੱਖ ਲੈ ਸੁਆਮੀ ਕੋ ਗ੍ਰਹ ਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿਤ ਕਿੰਨੀ ਵੱਡੀ ਉੱਤਮ ਬਾਤ ਸਮਝਾਈਏ ਪਰ ਦੂਜੇ ਪਾਸੇ ਜ਼ੋਰ ਨੇ ਜ਼ਿਕਰ ਕਰ ਦਿੱਤਾ ਜਿਉਂ ਕੂਕਰ ਹਰ ਕਾਇਆ ਹਲਕ ਜਾਏ ਹਲਕਣ ਦਾ ਅਰਥ ਕੀ ਹੁੰਦਾ ਜਿਸ ਦਿਨ ਉਹ ਮਾਲਕ ਦੀ ਰੋਟੀ ਤੇ ਭਰੋਸਾ ਨਾ ਰੱਖੇ ਜਿਸ ਦਿਨ ਉਹ ਮਾਲਕ ਦੇ ਟੁਕੜ ਤੇ ਯਕੀਨ ਨਾ ਕਰੇ ਜਿਸ ਦਿਨ ਉਹ ਮਾਲਕ ਦੇ ਦਰ ਤੇ ਬੈਠਣਾ ਨਾ ਸਿੱਖੇ ਛੋਟੀ ਜਿਹੀ ਇੱਕ ਕਹਾਣੀ ਹੋਰ ਕਹਿ ਦੇਣੀ ਚਾਹਾਂ ਇੱਕ ਗੁਰਮਖ ਪਿਆਰੇ ਬਹੁਤ ਜ਼ਿਆਦਾ ਸ਼ਰਧਾਲੂ ਗੁਰੂ ਕੇ ਸਿੱਖ ਸੇਵ ਕੋਈ ਨਹੀਂ ਉਹਨਾਂ ਦਾ ਨਾਮ ਛੋਟਾ ਕਰਕੇ ਉਹਨਾਂ ਦੀਆਂ ਕਿਤਾਬਾਂ ਵਿੱਚ ਐਸ ਐਸ ਅਮੋਲ ਲਿਖਿਆ ਜਾਂਦਾ ਪਰ ਅਸਲ ਵਿੱਚ ਉਹਨਾਂ ਦਾ ਨਾਮ ਸੀ ਸੁਰਮਖ ਸਿੰਘ ਅਮੋਲ ਨਿਕੜੀ ਉਮਰ ਵਿੱਚ ਮਾਤਾ ਪਿਤਾ ਚੜਾਈ ਕਰ ਗਏ ਕੋਈ ਸਹਾਰਾ ਪੈਣ ਪ੍ਰਾ ਕੋਈ ਨਾ ਬਣਿਆ ਤੇ ਉਹਨਾਂ ਨੇ ਲਿਜਾ ਕੇ ਉਹਨੂੰ ਅਨਾਥ ਆਸ਼ਰਮ ਵਿੱਚ ਅਮਰ ਸਰ ਪ੍ਰਤੀ ਕਰਵਾ ਦਿੱਤਾ ਹੁਣ ਜਿਹੜੇ ਬੰਦੇ ਨੂੰ ਪਤਾ ਹੋਵੇ ਮਹਿਮਾਂ ਦੀ ਉਂਗਲ ਵੀ ਪਕੜ ਨਹੀਂ ਤੁਰ ਸਕਦਾ ਮੈਂ ਪਿਓ ਦਾ ਹੱਥ ਪਕੜ ਕੇ ਵੀ ਨਹੀਂ ਤੁਰ ਸਕਦਾ ਮੈਨੂੰ ਤਾਂ ਆਪਣੇ ਪੈਰਾਂ ਤੇ ਆਪੇ ਖੜਾ ਹੋਣਾ ਪੈਣਾ ਭਾਵੇਂ ਠੋਕਰਾਂ ਖਾਲੇ ਤੇ ਭਾਵੇਂ ਮਿਹਨਤ ਕਰਨ ਲੈ ਉਹਨੇ ਚੰਗੀ ਮਿਹਨਤ ਕੀਤੀ ਪੜ੍ਹਿਆ ਲਿਖਿਆ ਸ਼ਿਆਣਾ ਉਹ 10ਵੀਂ ਕਲਾਸ ਵਿੱਚ ਪੜ੍ਹਦੇ ਸਨ ਇੱਕ ਸੈਮੀਨਾਰ ਹੋਇਆ ਉਹਦੇ ਵਿੱਚ ਅਣਗਿਣਤ ਲੋਕਾਂ ਨੇ ਵੱਖ-ਵੱਖਰੇ ਧਰਮ ਵਾਲਿਆਂ ਨੇ ਆਪੋ ਆਪਣਾ ਪੇਪਰ ਪੜ੍ਹਿਆ ਤੇ ਉਹਨੇ ਵੀ ਇੱਕ ਸਿੱਖੀ ਦੇ ਵੱਲੋਂ ਉਹਨੇ ਇੱਕ ਸਪੀਚ ਕੀਤੀ ਉਹਨੇ ਇੱਕ ਲੈਕਚਰ ਦਿੱਤਾ ਤੇ ਲੈਕਚਰ ਇੱਡਾ ਕੁ ਚੰਗੇ ਢੰਗ ਦਾ ਦਿੱਤਾ ਤੇ ਉੱਥੇ ਇੱਕ ਸਾਈ ਧਰਮ ਦਾ ਨੁਮਾਇੰਦਾ ਸੀ ਉਹ ਤੇ ਬੜਾ ਖੁਸ਼ ਹੋਇਆ ਕਿ ਉਹਨੇ ਖੁਸ਼ ਹੋ ਕੇ ਉਹ ਜਦੋਂ ਸਮਾਪਤੀ ਹੋਈ ਉਹਨਾਂ ਜਾ ਰਹੇ ਨੇ ਉਹਨਾਂ ਨੂੰ ਗੱਲ ਕਹੀ ਉਹਦੇ ਨੌਜਵਾਨ ਨੂੰ ਐਸੇ ਸਮੋਲ ਨੂੰ ਕਹਿਣ ਲੱਗੇ ਪੁੱਤਰਾ ਕਿੱਥੋਂ ਆਇਆ ਉਹ ਕਹਿਣ ਲੱਗੇ ਮੈਂ ਅनाथ ਆਸ਼ਰਮ ਚੋਂ ਆਇਆ ਐਨੀ ਗੱਲ ਕਹਿਣ ਨਾਲ ਹੀ ਪਤਾ ਲੱਗ ਜਾਣਾ ਸੀ ਵੀ ਹਮਦਰਦੀ ਪ੍ਰਗਟ ਹੋ ਜਾਂਦੀ ਹੈ ਕਹਿਣ ਲੱਗੇ ਅਨਾਥ ਦਾ ਮਤਲਬ ਤੇਰੇ ਮਾਤਾ ਪਿਤਾ ਹੈ ਨਹੀਂ ਕਹਿਣ ਲੱਗੇ ਮਾਫ ਕਰਨਾ ਹੈ ਨਹੀਂ ਉਹਨਾਂ ਕੁਟ ਕੇ ਪਿਆਰ ਕੀਤਾ ਜਿਹਦੇ ਮਾਂ ਬਾਪ ਨਹੀਂ ਹੁੰਦੇ ਉਹ ਜ਼ਿੰਦਗੀ ਚ ਉਨੀ ਰੋਟੀ ਨਹੀਂ ਖਾਂਦਾ ਜਿੰਨੇ ਲੋਕਾਂ ਦੀਆਂ ਛਿੜਕਾਂ ਖਾਂਦਾ ਹੈ ਜਿਹੜਾ ਅਨਾਥ ਹੋਵੇ ਉਹ ਉਹਨਾਂ ਪਾਣੀ ਨਹੀਂ ਪੀਂਦਾ ਜਿੰਨੇ ਆਪਣੇ ਅਥਰੂ ਪੀਂਦਾ ਹੈ ਜ਼ਿੰਦਗੀ ਚ ਬੜਾ ਦੁਖਦਾਈ ਪੱਖ ਹੈ ਤੁਹਾਡਾ ਚਲੋ ਜੋ ਵੀ ਹੋ ਜਾ ਤੇ ਪੁੱਤਰਾ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਨਾ ਵੀ ਤੂੰ ਬਹੁਤ ਵਧੀਆ ਬੋਲਿਆ ਤੇ ਇੱਕ ਕੰਮ ਕਰੀ ਵੀ ਤੂੰ ਆਥ ਸਾਹ ਸ਼ਰਮ ਚ ਪੜਦਾ ਆ ਮੇਰਾ ਕਾੜ ਰੱਖ ਲੈ ਜੇ ਤੇਰੇ ਕੋਈ ਮਨ ਦੀ ਤਮੰਨਾ ਹੋਵੇ ਖਾਹਿਸ਼ ਹੋਵੇ ਤੇ ਤੂੰ ਮੇਰੇ ਨਾਲ ਜ਼ਾਰ ਕਰੀ ਮੈਂ ਤੇਰੀ ਮਦਦ ਕਰਾਂਗਾ ਦੱਸ ਤੇਰੇ ਮਨ ਦੀ ਕੀ ਖਾਹਿਸ਼ ਆ ਕੀ ਤਮੰਨਾ ਹੈ ਤੁਰੇ ਜਾਂਦੇ ਉਹਨੇ ਆਖਿਆ ਕਹਿਣ ਲੱਗੇ ਹੋਰ ਤੇ ਕੋਈ ਤਮੰਨਾ ਨਹੀਂ ਨਿਕਲੀ ਉਮਰ ਤੋਂ ਹੀ ਬੜੀਆਂ ਠੋਕਰਾਂ ਖਾ ਕੇ ਪਲਿਆ ਇੱਕੋ ਇੱਕ ਤਮੰਨਾ ਕਿਤੇ ਮੈਂ ਪੜ੍ਹ ਲਿਖ ਜਾਵਾਂ ਚੰਗਾ ਮੈਂ ਬਹੁਤਾ ਪੜ੍ਹਨਾ ਚਾਹੁੰਦਾ ਬਹੁਤੀ ਤਮੰਨਾ ਮੇਰੇ ਅੰਦਰ ਉਹ ਕਹਿਣ ਲੱਗੇ ਕੋਈ ਗੱਲ ਨਹੀਂ ਤੂੰ ਪੜਨਾ ਚਾਹਣਾ ਹੈ ਨਾ ਪੜਨ ਵਾਲਾ ਵਿਦਿਆਰਥੀ ਚਾਹੀਦਾ ਤੈਨੂੰ ਇੱਥੇ ਨਹੀਂ ਬਲਕੇ ਇੰਗਲੈਂਡ ਪੜਾਵਾਂਗੇ ਜਿੱਡੀ ਚੰਗੀ ਤੇਰਾ ਜੀ ਕਰਦਾ ਡਿਗਰੀ ਲੈਣ ਲਈ ਤੂੰ ਉੱਡੀ ਚੰਗੀ ਡਿਗਰੀ ਲਈ ਤੇਰੀ ਪੜ੍ਹਾਈ ਦਾ ਖਰਚਾ ਅਸੀਂ ਕਰਾਂਗੇ ਉਹ ਬੜਾ ਖਰਾਨਾ ਹੋਇਆ ਤੇ ਤੁਸੀਂ ਕੀ ਕਰੋਗੇ ਮੇਰੇ ਕੋਲ ਤਾਂ ਮਾਡਰਨ ਜੋਗੇ ਪੈਸੇ ਨਹੀਂ ਕੱਲ ਨੌਕਰੀ ਮੈਨੂੰ ਨਾ ਮਿਲੀ ਉਹ ਕਹਿਣ ਲੱਗੇ ਜਿਹੜੇ ਪੈਸੇ ਅਸੀਂ ਦੇਾਂਗੇ ਉਹ ਮੋੜਨੇ ਨਹੀਂ ਉਪੜਾ ਹਨਾਉ ਉਹ ਵੀ ਜ ਪੈਸੇ ਵੀ ਨਹੀਂ ਮੋੜਨੇ ਤੇ ਮੈਨੂੰ ਤੁਸੀਂ ਪੜਾਉਗੇ ਵੀ ਕੀ ਤੇ ਤੁਹ ਦਾ ਅਸਵਾਰਥ ਕੀ ਇਹਦੇ ਪਿੱਛੇ ਉਹਨਾਂ ਆਖੇ ਸਾਡਾ ਇੱਕੋ ਹੀ ਸੁਆਰਥ ਹੈ ਉਹ ਜਦੋਂ ਕਦੇ ਤੂੰ ਸਿੱਖ ਧਰਮ ਦਾ ਲੈਕਚਰ ਦਵੇਂ ਵਿੱਚੋਂ ਦੋ ਚਾਰ ਗੱਲਾਂ ਇਹ ਕਹਿ ਦਿਆ ਕਰ ਵੀ ਸਾਈ ਧਰਮ ਵੀ ਮਾੜਾ ਨਹੀਂ ਤੇ ਚੰਗਾ ਹੈ ਅਸੀਂ ਗੁਰਦੁਆਰੇ ਵਿੱਚ ਜਾਣ ਜੋਗੀ ਤਾਂ ਹੋ ਜਾਗੇ ਨਾ ਗੁਰਦੁਆਰੇ ਵਿੱਚ ਸਾਈ ਧਰਮ ਦੀ ਗੱਲ ਤੇ ਚੱਲੇਗੀ ਨਾ ਅੱਜ ਵੀ ਬਹੁਤਾਤ ਲੋਕ ਨੇ ਮੈਂ ਬੇਨਤੀ ਕਰਾਂ ਜਿਨ੍ਹਾਂ ਨੂੰ ਮੋٹے ਰਫਾਫੇ ਮਿਲਦੇ ਨੇ ਉਹ ਅੱਜ ਵੀ ਸਿੱਖੀ ਦੇ ਗੁਰਦੁਆਰਿਆਂ ਵਿੱਚ ਸਿੱਖੀ ਦੀ ਕਥਾ ਨਹੀਂ ਕਰਦੇ ਅੱਜ ਦੇ ਦੇਹਧਾਰੀਆਂ ਦੀ ਕਥਾ ਕਰੀ ਜਾਂਦੇ ਨੇ ਅੱਜ ਵੀ ਬਹੁਤਾਤ ਲੋਕ ਨੇ ਸਾਡੀ ਕੌਮ ਐਵੇਂ ਨਹੀਂ ਦੇਹਧਾਰੀਆਂ ਦੀ ਬੁੱਕਲ ਵਿੱਚ ਪਈ ਹੋਈ ਔਰ ਇਹ ਵਿੱਚੋਂ ਬਹੁਤ ਵੱਡਾ ਹੱਥ ਪ੍ਰਚਾਰਕਾਂ ਦਾ ਹੈ ਉਹਨਾਂ ਆਖੇ ਵੀ ਭਲੇਆ ਤੂੰ ਜਿੱਥੇ ਕਿਤੇ ਕਥਾ ਕਰੇਂਗਾ ਵਿਚਾਰ ਕਰੇਂਗਾ ਉੱਥੇ ਥੋੜੇ ਸ਼ਬਦੇ ਕਹਿ ਦੇਆ ਕਰੀਂ ਤੂੰ ਸਿੱਖ ਦਾ ਸਿੱਖੀ ਰਹੀ ਅਮਰਤਾਰੀ ਰਮੀ ਤੇ ਐਵੇਂ ਦਾ ਐਵੇਂ ਸਿੱਖੀ ਦਾ ਪ੍ਰਚਾਰ ਕਰੀ ਵਿੱਚੋਂ ਚੰਦ ਗੱਲਾਂ ਸਾਡੀਆਂ ਕਹਿ ਦੇਆ ਕਰੀਂ ਉਹਨੇ ਮਨ ਨੂੰ ਬੜੀ ਚੰਗੀ ਗੱਲ ਲੱਗੀ ਉਸ ਵੇਲੇ ਉਹਨੇ ਕਿਹਾ ਵੀ ਠੀਕ ਆ ਕਾਰ ਸੰਭਾਲ ਕੇ ਰੱਖ ਲੈ ਵੀ ਮੈਂ ਫੈਸਲਾ ਕਰਾਂਗਾ ਤੇ ਫੈਸਲਾ ਕਰਕੇ ਆ ਕੇ ਦੱਸਾਂਗਾ 2-14 ਦਿਨ ਲੰਘੇ ਤੇ ਉਹਨੇ ਮਨ ਵਿੱਚ ਬਾਰ-ਬਾਰ ਗੱਲ ਆਈ ਵੀ ਮੈਂ ਰਹਿਣਾ ਤੇ ਸਿੱਖੀ ਆ ਗੁਰਦੁਆਰੇ ਚ ਕਥਾ ਕਾਨੀ ਹਜ਼ਰਤੀ ਈਸਾ ਮਸੀਹ ਕਿਹੜੇ ਮਾੜੇ ਸਨ ਉਹ ਚੰਗੇ ਸਨ ਆਖਰਕਾਰ ਧਰਮ ਦੀ ਗੱਲ ਹੈ ਜੇ ਦੋ ਚਾਰ ਚੰਗੀਆਂ ਗੱਲਾਂ ਉਹਦੇ ਬਾਰੇ ਚ ਕਰ ਵੀ ਦਿੱਤੀਆਂ ਤਾਂ ਕੀ ਫਰਕ ਪੈਣ ਲੱਗਿਆ ਸੋਚ ਵਿਚਾਰ ਕਰਕੇ ਉਹਨੂੰ ਮਿਲਣ ਆ ਗਏ ਉਹਨਾਂ ਦੇ ਘਰ ਉਹਨੂੰ ਮਿਲਣ ਆ ਗਏ ਉਹਦੀ ਕਿਸੇ ਜਗ੍ਹਾ ਤੇ ਹੋਰ ਮੀਟਿੰਗ ਸੀ ਉਹ ਆਪਣੇ ਘਰ ਵਿੱਚ ਆਏ ਹੋਏ ਦੋ ਚਾਰ ਬੰਦਿਆਂ ਨੂੰ ਹੋਰਾਂ ਨੂੰ ਮਿਲ ਰਿਹਾ ਹੈ ਤੇ ਉਹਨੂੰ ਨੌਕਰ ਨੇ ਉਹਨੂੰ ਸੇਵਕ ਨੇ ਉਹਨੂੰ ਦਰਵਾਜੇ ਤੇ ਰੋਕ ਲਿਆ ਵੀ ਤੁਸੀਂ ਬੈਠੋ ਉਹ ਵੇਹਲੇ ਹੁੰਦੇ ਨੇ ਕਿ ਮੈਂ ਜਾ ਕੇ ਉਹਨਾਂ ਨੂੰ ਦੱਸਦਾ ਐ ਤੇ ਤੁਹਾਨੂੰ ਮਿਲਣਗੇ ਪਰ ਹਾਲੇ ਨਹੀਂ ਹੁਣ ਨੌਕਰ ਬਿਠਾ ਕੇ ਉੱਥੇ ਚਲਾ ਕੇ ਪਾਣੀ ਦਾ ਗਲਾਸ ਦੇ ਤਪੀ ਲਿਆ ਉੱਥੇ ਜਦੋਂ ਬੈਠਿਆ ਤੇ ਉੱਥੇ ਇੱਕ ਕੁੱਤਾ ਬਾਰ-ਬਾਰ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਮਾਲਕ ਦਾ ਕੁੱਤਾ ਸੀ ਉਹ ਮਾਲਕ ਦਾ ਕੁੱਤਾ ਬਾਰ-ਬਾਰ ਪਰੇਸ਼ਾਨ ਕਰ ਰਿਹਾ ਭਾਈ ਗੁਰਦਾਸ ਜੀ ਆਖਦੇ ਨੇ ਕਹਿੰਦੇ ਕੁੱਤੇ ਦੇ ਦੋੇ ਕੰਮ ਮਾੜੇ ਨੇ ਪਿਆਰ ਕਰੇ ਤੇ ਚੱਟਦਾ ਹੈ ਗੁਛਾ ਕਰੇ ਤੇ ਕੱਟਦਾ ਹੁਣ ਆਮ ਬੰਦਾ ਉਹਦੀ ਦੋਨੇ ਗੱਲਾਂ ਤੋਂ ਡਰਦਾ ਉਹਦੇ ਚੱਟਣ ਤੋਂ ਵੀ ਡਰਦਾ ਉਹਦੇ ਕੱਟਣ ਤੋਂ ਵੀ ਡਰਦਾ ਉਹ ਵਿਚਾਰੇ ਡਰਦੇ ਬੈਠੇ ਤੇ ਉਹਨਾਂ ਨੇ ਜਦੋਂ ਬਾਰ-ਬਾਰ ਕੁੱਤਾ ਪਰੇਸ਼ਾਨ ਕਰੇ ਉਹਨਾਂ ਨੇ ਅੱਧੀ ਕੋ ਰੋਟੀ ਤੋੜੀ ਉਥੋਂ ਅनाथ ਆਸ਼ਰਮ ਚੋਂ ਆਪਣੇ ਨਾਲ ਦੋ ਰੋਟੀਆਂ ਬੰਨ ਲਿਆਏ ਸਨ ਮੇਰੇ ਕੋਲ ਕਿਹੜਾ ਪੈਸੇ ਨੇ ਵੀ ਰਸਤੇ ਚੋਂ ਖਾਲਾਂਗਾ ਉਹ ਦੋ ਰੋਟੀਆਂ ਜਿਹੜੀਆਂ ਬਨ ਕੇ ਲੈ ਕੇ ਆਏ ਸਨ ਉਹ ਚੌਥੀ ਰੋਟੀ ਤੋੜੀ ਤੇ ਕੁੱਤੇ ਨੂੰ ਪਾ ਦਿੱਤੀ ਪਛਾਇਦੇ ਟਿਕ ਜਾਏ ਕੁੱਤੇ ਨੇ ਰੋਟੀ ਸੁੰਘੀ ਉਹਨੇ ਖਾਦੀ ਨਾ ਪਰ ਉਹਨੂੰ ਬੰਦੇ ਨੂੰ ਪਰੇਸ਼ਾਨ ਕਰਨਾ ਬੰਦ ਕਰ ਦਿੱਤਾ ਚੁੱਪ ਕਰਕੇ ਬੈਠ ਗਿਆ ਖਾਦੀ ਨਹੀਂ ਰੋਟੀ ਇਹਨੇ ਸਮੇਂ ਚ ਉਹ ਅੰਦਰ ਬੇਲਾ ਹੋ ਗਿਆ ਤੇ ਉਹ ਸਾਈ ਧਰਮਦਾਨ ਨਮੈਂਦਾ ਅੱਗੇ ਉਹਨੂੰ ਲੈਣ ਆਇਆ ਤੇ ਜਦੋਂ ਲੈ ਕੇ ਆਪਣੇ ਕਮਰੇ ਚੋਂ ਆਪਣੇ ਰਹਿਸ਼ ਵਿੱਚੋਂ ਚੱਲਿਆ ਗੇਟ ਤੋਂ ਮੇਨ ਗੇਟ ਤੋਂ ਅੰਦਰ ਰਹਿਸ਼ ਨੂੰ ਚੱਲਿਆ ਤੇ ਉਹ ਜਾਂਦਾ ਜਾਂਦਾ ਦੇਖਦਾ ਵੀ ਕੁੱਤੇ ਅੱਗੇ ਅੱਧੀ ਰੋਟੀ ਪਾਈ ਹੋਈ ਹੈ ਉਹ ਕਹਿੰਦਾ ਰੋਟੀ ਤੱਸੀ ਪਾਈ ਹੈ ਉਹ ਕਹਿੰਦਾ ਮੈਂ ਭਾਈ ਇਹ ਪਰੇਸ਼ਾਨ ਕਰ ਰਿਹਾ ਸੀ ਬੈਠਣ ਨੀਚੇ ਦੇ ਰਿਹਾ ਜੇ ਤਾਂ ਕਰਕੇ ਮੱਦੀ ਰੋਟੀ ਪਾ ਦਿੱਤੀ ਉਹ ਕਹਿੰਦਾ ਵੀ ਕੁੱਤਾ ਉਹੀ ਰੱਖੀਦਾ ਹੁੰਦਾ ਜਿਹੜਾ ਵਫਾਦਾਰ ਹੋਵੇ ਜੇ ਬਗਾਨਿਆਂ ਦੇ ਟੁਕੜਾਂ ਤੇ ਪਣ ਲੱਗ ਜਾਓ ਕੁੱਤਾ ਨਹੀਂ ਰੱਖੀਦਾ ਹੁੰਦਾ ਖਰਚ ਕਦੇ ਜਿਹੜਾ ਬਗਾਨਿਆਂ ਦੇ ਟੁਕੜਾਂ ਤੇ ਪਣ ਲੱਗ ਜਾਓ ਕੁੱਤਾ ਨਹੀਂ ਰੱਖੀਦਾ ਹੁੰਦਾ ਖਰਚ ਕਰੇ ਇਹੀ ਰੋਟੀ ਮੈਂ ਚੁੱਕ ਕੇ ਪਾਜਮਾ ਇਹਨੇ ਖਾ ਲੈਣੀ ਐ ਪਰ ਇਹ ਤੇਰੇ ਹੱਥ ਦੀ ਰੋਟੀ ਨਹੀਂ ਖਾਏਗਾ ਉਸੇ ਵੇਲੇ ਉਹਦੇ ਮੋਢੇ ਤੇ ਹੱਥ ਰੱਖਿਆ ਹੋਇਆ ਸੀ ਕਈ ਥਾਂ ਮਤੇ ਗੁਰੂ ਇਹੋ ਜੀ ਥਾਂ ਮਤੇ ਬਚਾ ਲੈਂਦਾ ਨਾ ਤੇ ਬੰਦਾ ਕਿਤੇ ਸ਼ੁਕਰ ਕਰਨਾ ਸਿੱਖ ਜਾਏ ਨਾ ਭਿੱਜ ਜਾਏਗਾ ਗੁਰੂ ਐਸ ਮੁਸੀਬਤ ਵਿੱਚੋਂ ਮੈਨੂੰ ਤੂੰ ਮੁਚਾਇਆ ਉਹਦੇ ਮੋਢੇ ਤੇ ਹੱਥ ਰੱਖਿਆ ਹੋਇਆ ਸੀ ਇਸਾਈ ਧਰਮ ਵਾਲੇ ਬੰਦੇ ਦਾ ਤੁਰੇ ਜਾ ਰਹੇ ਸਨ ਉਨੇ ਹੱਥ ਆਪਣੇ ਮੋਢੇ ਤੋਂ ਲਾ ਦਿੱਤਾ ਕਹਿਣਾ ਮਾਫ਼ ਕਰਨਾ ਐ ਸੱਚਮੋਲ ਕਹਿਣ ਲੱਗਿਆ ਮਾਫ਼ ਕਰਨਾ ਜਿਹੜੀਆਂ ਗੱਲਾਂ ਕਿਤਾਬਾਂ ਪੜ੍ਹ ਕੇ ਵੀ ਨਹੀਂ ਸਿੱਖ ਸਕਿਆ ਅੱਜ ਤੇਰੇ ਕੁੱਤੇ ਕੋਲ ਸਿੱਖ ਲਈ ਉਹ ਮੈਂ ਕਿੱਡਾ ਬੇਈਮਾਨ ਬੰਦਾ ਥਾਂ ਸਤਗੁਰੂ ਮੈਂ ਤੇਰੇ ਘਰ ਜੰਮਿਆ ਤੇਰੇ ਘਰ ਪੜਿਆ ਤੇਰਾ ਨੰਗਰ ਛਕਿਆ ਤੇਰਾ ਲਿਟਰੇਚਰ ਪੜਿਆ ਅੱਜ ਮੈਂ ਬਗਾਨਿਆਂ ਦੇ ਟੁਕੜਾ ਤੇ ਪੜਨ ਚੱਲਾ ਸਾਂ ਸਤਗੁਰੂ ਤੂੰ ਕਿਹੋ ਜਿਹਾ ਮੋੜ ਤੇ ਮੈਨੂੰ ਬਚਾ ਕੇ ਰੱਖ ਲਿਆ ਮੈਂ ਤੇਰੇ ਦਰਦਾਂ ਕੁੱਤਾ ਤੇ ਤੇਰੇ ਦਰਤੇ ਮਰਨਾ ਚਾਹੁੰਦਾ ਮੈਨੂੰ ਜਿਤ ਹਾਲਾਤ ਵਿੱਚ ਵੀ ਰੱਖੇ ਮੈਂ ਤੇਰੇ ਦਰਤੇ ਹੀ ਰ੍ਹਾਂਗਾ ਮੈਂ ਕਿਸੇ ਦੇ ਬੂਹੇ ਤੇ ਨਹੀਂ ਜਾਣਾ ਉਹ ਲੋ ਮੋਢੇ ਤੋਂ ਹੱਥ ਲਾ ਦਿੱਤਾ ਜੀਨੇ ਅਨਾਥ ਬਣਾ ਕੇ ਮੈਨੂੰ ਆਪਣੇ ਚਰਨਾਂ ਵਿੱਚ ਜੋੜੀ ਰੱਖਿਆ ਉਹ ਆਪੇ ਹੀ ਪਰਵਰਸ਼ ਕਰੇਗਾ ਮੇਰੀ ਲੋਭ ਉਸ ਅਵਸਥਾ ਦਾ ਨਾ ਹੈ ਇਹ ਨਹੀਂ ਅਸੀਂ ਐਵੇਂ ਰੋਕੀ ਮਾਇਆ ਨੂੰ ਨਿੰਦੇ ਰਹੇ ਅਸੀਂ ਤੁਹਾਨੂੰ ਕਹੀ ਜਾਂਦੇ ਹਰਾਨੀ ਕਿ ਕੱਲ ਵੀ ਦੱਸਨੇ ਬੇਨਤੀ ਕੀਤੀ ਸੀ ਅਸੀਂ ਇੱਕ ਮਿੰਟ ਨਹੀਂ ਪੈਸੇ ਨਾਲ ਬਸਾ ਖਾਂਦੇ ਤੇ ਤੁਹਾਨੂੰ ਕਹੀ ਜਾਂਦੇ ਬਾਬਾ ਮਾਇਆ ਸਾਥ ਨਾ ਹੋਏ ਤੁਸੀਂ ਦਸਨ ਆਉਂਦੀ ਕਿਰਤਕਾਰ ਕਰਕੇ ਲੈ ਕੇ ਆਉਂਦੇ ਹੋ ਮੈਂ ਫਿਰ ਵੀ ਸਟੇਟ ਤੇ ਬੈਠਾ ਕਹੀ ਜਾਂਦਾ ਮਾਇਆ ਵਿੱਚ ਤੁਸੀਂ ਡੁੱਬ ਜਾਣਾ ਮਾਫ ਕਰਨਾ ਇਹ ਕਹਾਣੀ ਹੈ ਹੀ ਨਹੀਂ ਸੀ ਧਰਮ ਦੀ ਸਭ ਨੇ ਤਾਂ ਕਾچی ਉਦਮ ਕਰਿੰਦਿਆਂ ਜਿਉ ਤੂੰ ਕਮਾਮ ਦੀਆਂ ਸੁੱਖ ਪੁੰਚ ਰੱਜ ਕੇ ਕੰਮ ਕਰ 8 ਘੰਟੇ ਕੰਮ ਕਰ 10 ਘੰਟੇ ਕੰਮ ਕਰ ਕਿਰਤ ਕਰ ਗੁਰੂ ਨੂੰ ਤਾਂ ਚੰਗਾ ਲੱਗੇਗਾ ਰੱਜ ਕੇ ਕਿਰਤ ਕਰ ਕਿਉਂ ਨਾ ਕਰੇ ਤੇਰੇ ਕੋਲ ਪੈਸਾ ਕਿਉਂ ਨਾ ਹੋਵੇ 6ਵੇਂ ਪਾਸ ਚਾਰ 10 ਕਰਿਆ ਕਰਦੇ ਸਨ ਮੇਰੇ ਸਿੱਖ ਕੋਲ ਮਾਇਆ ਜੁੜੇ ਨਾ ਕਿਸੇ ਕਾਰਜ ਵਿੱਚ ਥੋੜੇ ਨਾ ਇਹਦੇ ਕੋਲੋਂ ਕੋਈ ਭੁੱਖਾ ਮੁੜੇ ਨਾ ਰੱਜ ਕੇ ਹੋਵੇ ਮਾਇਆ ਕਿਉਂ ਨਾ ਹੋਵੇ ਸਾਰਾ ਚੰਗਾ ਛਾਨੂ ਸ਼ੌਕਤ ਬੜਾ ਘਰ ਹੋਵੇ ਚੰਗੀਆਂ ਗੱਡੀਆਂ ਹੋਵਣ ਤੂੰ ਗੁਰੂ ਨਾਨਕ ਸਾਹਿਬ ਦਾ ਪਾਤਸ਼ਾਹਾਂ ਦੇ ਪਾਤਸ਼ਾਹ ਦਾ ਪੁੱਤਰ ਐ ਤੇਰੇ ਕੋਲ ਸਭ ਕੁਝ ਹੋਵੇ ਕਿਉਂ ਨਾ ਹੋਵੇ ਬਿਲਕੁਲ ਮਾਇਆ ਤਿਆਗਣ ਦੀ ਲੋੜ ਨਹੀਂ ਗੁਰੂ ਸਾਹਿਬ ਨੇ ਵਚਨ ਆਖ ਦਿੱਤੇ ਕਬੀਰ ਮਾਇਆ ਤਜੀ ਤੋ ਕਿਆ ਭਇਆ ਜੋ ਮਾਨ ਤਜਿਆ ਨਾ ਜਾਏ ਮਾਨ ਮੂਰੀ ਮਨਬਰ ਘਲੇ ਮਾਨ ਸਭੇ ਕੋ ਖਾਏ ਬੜੇ ਲੋਕ ਐਸਾ ਪਖੰਡ ਕਰਦੇ ਨੇ ਜੀ ਮੈਂ ਪੈਸੇ ਨੂੰ ਹੱਥ ਨਹੀਂ ਲਾਉਂਦਾ ਤੇ ਸੇਵਕ ਚਾਕੇ ਪਹੁੰਚੇ ਚ ਚੈੱਕ ਪਾ ਦਿੰਦੇ ਨੇ ਉਹ ਭਲੇਆ ਹੱਥ ਲਾਉਣ ਨਾਲ ਕੁਝ ਨਹੀਂ ਵਿਗੜਦਾ ਗੁਰੂ ਨਾਨਕ ਸਾਹਿਬ ਅੱਥਾ ਲੰਗਣਦੇ ਰਹੇ ਨੇ ਹੱਥ ਲਾਇਏ ਕੁਝ ਨਹੀਂ بگੜਦਾ ਮਨ ਨਾ ਲਾਈ ਮਨ ਲਾਇਆ ਮਨ ਕਾਲਾ ਹੋ ਜਾਣਾ ਮਾਇਆ ਨਾਲ ਹੱਥ ਲਾਇਆ ਕੁਝ ਨਹੀਂ ਹੁੰਦਾ ਹੱਥ ਲਾ ਤੂੰ ਚੰਗੇ ਪਰਉਪਕਾਰ ਤੇ ਮਾਇਆ ਖਰਚ ਕਿਉਂ ਨਾ ਖਰਚੇ ਤੂੰ ਆਪਣੇ ਮਨ ਵਿੱਚ ਸੋਚ ਕੇ ਤੁਰ ਗੁਰੂ ਮੈਨੂੰ ਤੂੰ ਕਿਰਪਾ ਕਰੀ ਤੂੰ ਮੈਨੂੰ ਕਦੇ ਜ਼ਿੰਦਗੀ ਚ ਗੰਗੋ ਬ੍ਰਹਮਣ ਨਾ ਬਣਾਈ ਮੈਂ ਲੋਕਾਂ ਦੇ ਬੱਚਿਆਂ ਨੂੰ ਘਾਤ ਕਰਕੇ ਉਹਨਾਂ ਦਾ ਪੈਸਾ ਨਾ ਕਮਾਵਾਂ ਮੈਨੂੰ ਜੇ ਬਣਾਉਣਾ ਤੂੰ ਡੋਡਰ ਮੱਲ ਵਰਗਾ ਬਣਾਈ ਜਿਹੜਾ ਆਪਣੇ ਪੈਸਿਆਂ ਦੇ ਨਾਲ ਕਿਸੇ ਦਾ ਸੰਸਕਾਰ ਵੀ ਕਰਨਾ ਜਾਣਦਾ ਪੈਸਾ ਟੋਡਰ ਮਾਲਕ ਕੋਲ ਵੀ ਹੈ ਪੈਸਾ ਗੰਗੂ ਕੋਲ ਵੀ ਹੈ ਤਾਂ ਗੁਰਦੇਵ ਕਹਿੰਦੇ ਨੇ ਵੀ ਸਜਣਾ ਜਿਉਂ ਕੂਕਰ ਹਰਕਾਇਆ ਹਰਕਾਇਆ ਦਾ ਅਰਥ ਹੁੰਦਾ ਹਲਕਿਆ ਹੋਇਆ ਜਿਹੜਾ ਛੱਡ ਬੈਠੇ ਮਰਿਆਦਾ ਨੂੰ ਜਿਉਂ ਕੂਕਰ ਹਰਕਾਇਆ ਧਾਬੇ ਦੈਂਦ ਚ ਜਾਏ ਲੋਭੀ ਜੰਤ ਨਾ ਜਾਣੀ ਪੱਖ ਅਪੱਖ ਸਭ ਖਾਏ ਲੋਭੀ ਬੰਦੇ ਨੂੰ ਪਤਾ ਨਹੀਂ ਹੁੰਦਾ ਲੋਭੀ ਬੰਦੇ ਨੂੰ ਸੱਚ ਦਾ ਪਤਾ ਨਹੀਂ ਹੁੰਦਾ ਲੋਭ ਉਹਦੀਆਂ ਅੱਖਾਂ ਅੱਗੇ ਰਜਿਆ ਪਰਦਾ ਪਾ ਦਿੰਦਾ ਫਿਰ ਉਹ ਆਪਣੀ ਜ਼ਿੰਦਗੀ 'ਚ ਸੱਚ ਨਹੀਂ ਵੇਖ ਪਾਉਂਦਾ ਤੁਸੀਂ ਅੱਜ ਤੋਂ ਬਾਅਦ ਇੱਕ ਸ਼ਬਦ ਮੈਂ ਕਰੜਾ ਜਿਹਾ ਕਹਿਣ ਲੱਗਿਆ ਪਰ ਬਰਦਾਸ਼ਤ ਕਰਿਓ ਤੁਸੀਂ ਅੱਧਾ ਘੰਟਾ ਘੰਟਾ 2 ਘੰਟੇ ਜਦੋਂ ਵੀ ਸਿਮਰਨ ਵਿੱਚ ਬੈਠੋ ਵੈਗ ਰੂਪਾ ਮੇ ਘਟ ਕਹਿ ਲਓ ਪਰ ਉਦੋਂ ਆਪਣੇ ਆਪ ਨੂੰ ਪੜਿਓ ਵੀ ਤੇਰੇ ਅੰਦਰ ਕਾਮ ਕਿੰਨਾ ਕੈ ਤੂੰ ਕਿਸੇ ਧੀ ਪਹਿਣ ਨੂੰ ਆਪਣੀ ਧੀ ਸਮਝ ਸਕਨਾ ਤੇਰਾ ਦਿਲ ਕੀ ਕਹਿੰਦਾ ਉਹ ਜ਼ਬਾਨੋਂ ਨਹੀਂ ਜ਼ਬਾਨੋਂ ਤਾਂ ਮੈਂ ਵੀ ਖਤ ਰੱਖ ਦਿਆਂਗਾ ਕਿਸੇ ਧੀ ਦੇ ਸਰਤੇ ਤੇ ਜ਼ਬਾਨੋਂ ਕਹਦੇਗਾ ਤੂੰ ਮੇਰੀ ਧੀ ਹੈ ਆਪਣੇ ਮਨ ਨੂੰ ਪੁੱਛ ਕੇ ਦੇਖ ਤੇਰੀਆਂ ਗੱਲਾਂ ਤੂੰ ਤੇ ਜਾਣਦਾ ਹੈ ਨਾ ਤੇਰਾ ਦਿਲ ਕਹਿੰਦਾ ਵੀ ਇਹ ਮੇਰੀ ਧੀ ਹੈ ਤੇਰਾ ਦਿਲ ਕਹਿੰਦਾ ਤੇਰੇ ਨਾਲ ਕੋਈ ਬੁਰਾ ਕਰ ਜਾਏ ਤੇ ਤੇਰੇ ਮਨ ਵਿੱਚ ਹੈ ਵੀ ਮੈਂ ਦਾ ਬੁਰਾ ਨਹੀਂ ਕਰਨਾ ਤੇਰੇ ਚਿੱਤ ਵਿੱਚ ਬਦਲੇ ਦੀ ਭਾਵਨਾ ਜਾਗਦੀ ਹੈ ਜਿਹੜੇ ਕਿਰਤੇ ਵਿੱਚ ਆਹ ਮਨ ਮੰਦਰ ਸਾਫ਼ ਹੋਇਆ ਆਹ ਚੀਜ਼ ਹੋਈ ਆਹ ਹੈ ਧਰਮ ਇਹਨੂੰ ਤੇ ਕੋਈ ਕਮਾਉਂਦਾ ਹੀ ਨਹੀਂ ਇਹਦੇ ਕੋਈ ਕਮਾਉਂਦੇ ਨਹੀਂ ਸੀ ਗੁਰਦੁਆਰਾ ਸਾਹਿਬ ਆਏ ਲੰਗਰ ਪ੍ਰਸ਼ਾਦਾ ਪਾਣੀ ਛਕਿਆ 1 ਡਾਲਰ ਸਟੇਜ ਤੇ ਰੱਖਿਆ 1 ਡਾਲਰ ਮੱਥਾ ਟੇਕਿਆ ਤੇ ਆਪਣਾ ਸੰਤੋਸ਼ੀ ਜੀ ਬਣਾ ਕੇ ਚਲੇ ਗਏ ਮੈਂ ਧਰਮ ਕਮਾ ਕੇ ਆਇਆ ਉਹ ਭਲਿਆ ਇਹਦਾ ਨਾ ਧਰਮ ਨਹੀਂ ਹੈ ਆਪਣੇ ਜੀਵਨ ਅੰਦਰ ਝਾਤ ਮਾਰ ਕੇ ਦੇਖ ਮੈਂ ਕਿੰਨਾ ਕੁ ਜੀਵਨ ਦਾ ਕੱਪੜਾ ਧੋਤਾ ਹੈ ਭਰੀਏ ਮੱਤ ਪਾਪਾਂ ਕੈ ਸੰਗ ਉਹ ਟੋਪਾ ਨਾ ਮੈਂ ਕੈ ਰੰਗ ਮੈਂ ਜੀਵਨ ਦਾ ਕੱਪੜਾ ਕਿੰਨਾ ਕੁ ਧੋਤਾ ਮੇਰੇ ਕਿੰਨੇ ਕੁ ਦਾਗ ਜੇ ਬਾਕੀ ਨੇ ਇੱਥੇ ਮਲ ਮਲ ਕੇ ਧੋ ਕਪੜਾ ਆਪਣੇ ਗਿੱਦੇ ਚੋਂ ਕਾਮ ਕੱਢੀਏ ਕਰੋਧ ਕੱਢੀਏ ਲੋਭ ਕੱਢੀਏ ਇਹਨਾਂ ਚੀਜ਼ਾਂ ਦਾ ਤਿਆਗ ਕਰੀਏ ਫਿਰ ਮਾਲਕ ਦੇ ਦਰ ਤੇ ਮੁੱਖ ਉਜਲਾ ਹੋ ਸਕਦਾ ਅੰਦਰ ਤੇ ਭਰਿਆ ਪਿਆ ਕਿਸੇ ਨੇ ਇੰਨੀ ਕ ਵੀ ਗੱਲ ਕਹਿਤੀ ਭਾਈ ਸਾਹਿਬ ਜੁੜਾ ਇੱਥੇ ਨਾ ਲਾਇਆ ਕਰੋ ਇੱਥੇ ਤੁਸੀਂ ਦੇਖੋ ਕਦੇ ਆਮ ਕਰਕੇ ਇੱਥੇ ਤਾਂ ਚਲੋ ਹੋਰ ਤਰ੍ਹਾਂ ਦਾ ਬਿਹਾਰ ਹੈ ਕਈ ਗੁਰਦੁਆਰਾ ਸਾਹਿਬ ਚ ਜੋੜੇ ਖਾਣੇ ਵਾਲੇ ਸੇਵਾ ਕਰਦੇ ਨੇ ਲੰਗਰਾਂ ਚ ਸੇਵਾ ਕਰਦੇ ਨੇ ਕਿਸੇ ਕੋਲ ਹੱਥ ਲੱਗ ਗਿਆ ਨਾ ਬੱਚੇ ਕੋਲ ਅਚਾਨਕ ਕਿਸੇ ਥਾਲੀ ਨੂੰ ਕਹਿਰ ਕਰ ਦਿੰਦੇ ਨੇ ਭਈ ਹੱਥ ਲਾ ਕਿਵੇਂ ਦਿੱਤਾ ਉਹ ਭਲਿਆ ਬੱਚਾ ਤਾਂ ਰੱਬ ਦਾ ਰੂਪ ਹੈ ਪਰਮੇਸ਼ਰ ਦਾ ਰੂਪ ਨੂੰ ਤਾਂ ਪਤਾ ਹੀ ਨਹੀਂ ਸੀ ਸਾਚ ਕੀ ਐ ਚ ਉੱਠ ਗਿਆ ਐਡੀ ਵੀ ਸਿੱਖੀ ਨਾਜ਼ੁਕ ਨਹੀਂ ਹੈ ਜਿਹੜੀ ਥਾਲੀਆਂ ਨੂੰ ਹੱਥ ਲਾਇਆ ਟੁੱਟ ਜਾਂਦੀ ਹੈ ਅਸੀਂ ਬਣਾ ਕੇ ਉਹ ਰੱਖ ਦਿੱਤੀ ਇੰਨਾ ਪਿਆਰ ਕਰੀਏ ਇੰਨਾ ਪਿਆਰ ਕਰੀਏ ਜੇ ਗੁਰੂ ਘਰ ਵਿੱਚੋਂ ਕੁਝ ਲੈ ਕੇ ਜਾਣਾ ਚਾਹੁੰਨਾ ਆਪਣੇ ਖਿਰਦੇ ਦੇ ਭਾਂਡੇ ਨੂੰ ਖਾਲੀ ਕਰ ਇਹਦੇ 'ਚ ਗੁਰੂ ਮਿਹਰ ਕਰੇ ਇਹ 'ਚ ਗੁਰੂ ਮਿਹਰ ਕਰੇ ਇਹ ਤੇ ਕਾਮ ਦਾ ਭਰਿਆ ਪਿਆ ਹੈ ਇਹ ਤੇ ਕ੍ਰੋਧ ਦਾ ਭਰਿਆ ਪਿਆ ਹੈ ਇਹ ਤੇ ਲੋਭ ਦਾ ਭਰਿਆ ਪਿਆ ਉਹ ਗੁਰੂ ਕਿੱਥੇ ਟਿਕਾਵੇ ਵਸਤੂ ਇਨ ਪਹਿਲਾ ਖਾਦੀ ਚ ਕਰਕੇ ਲੈ ਕੇ ਆ ਦੇਖੋ ਮੈਂ ਫਿਰ ਇੱਕ ਵਾਰੀ ਬੇਨਤੀ ਕਰਾਂ ਨਹੀਂ ਖਾਦੀ ਹੁੰਦਾ ਗੁਰੂ ਕੋਲ ਆ ਕੇ ਬੇਨਤੀ ਕਰੀਏ ਗੁਰੂ ਕੋਲੇ ਸਮਰੱਥ ਹੈ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਗੁਰੂ ਕੋਲੇ ਸਮਰੱਥ ਹੈ ਮੇਰੇ ਰਾਮ ਰਾਇ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸ਼ਿਵ ਕੋ ਪਾਉ ਕਿਛ ਨਾਹੀ ਜਮ ਨਹੀਂ ਆਵੇ ਤੇ ਨੇਰਾ ਜੋ ਤੇਰਾ ਰੰਗ ਰਾਤੇ ਸੁਆਮੀ ਤਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮਿਟੇ ਕੋਈ ਸਤਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਪਲ ਪਾਇਨ ਆਠ ਪਹਿਰ ਆਰਾਧੈ ਤੇਰੀ ਸ਼ਰਨ ਤੇਰੇ ਪਰਵਾਸੈ ਸ਼ਬਦ ਸੋਖਾ ਜਈਏ ਪੰਜ ਦੁਸਤ ਲੈ ਸਾਦੇ ਸੰਗਤ ਦਾ ਸਹਾਰਾ ਲੈ ਅੱਜ ਸੋਚ ਕੇ ਦੇਖ ਜਿਨ੍ਹਾਂ ਨੂੰ ਮੈਂ ਮਿਲ ਕੇ ਚੱਲੇ ਆ ਮੋਂਨੂੰ ਕੱਲ ਨੂੰ ਮੂੰਹ ਦਿਖਾਉਣਾ ਹੈ ਸੰਗਤ ਦਾ ਸਹਾਰਾ ਲੈ ਗੁਰੂ ਦਾ ਸਹਾਰਾ ਲੈ ਭਾਜੇ ਨਾ ਗੁਰੂ ਜੀ ਮੈਂ ਅੱਜ ਤੇਰੇ ਕੋਲ ਸਬਕ ਲੈ ਕੇ ਚੱਲੇ ਆ ਕੱਲ ਮੈਂ ਆਪਣੇ ਜੀਵਨ ਵਿੱਚ ਕਾਮ ਕ੍ਰੋਧ ਲੋਭ ਮੋਹੰਕਾਰ ਦੇ ਦਾਗ ਢੋਕੇ ਆਉਣ ਦੀ ਕੋਸ਼ਿਸ਼ ਕਰਾਂਗਾ ਤੇਰੇ ਕੋਲ ਜਦ ਮੈਂ ਤੇਰੇ ਕੋਲ ਆ ਕੇ ਸਨਮੁਖ ਖਲੋਵਾਂ ਤੇ ਮੈਂ ਕਹਿ ਸਕਾਂ ਵੀ ਅੱਜ ਮੇਰੇ ਅੰਦਰੋਂ ਕੁਝ ਇੱਕ ਕਾਮ ਦੇ ਕ੍ਰੋਧ ਦੇ ਲੋਭ ਦੇ ਦਾਗ ਢੋਟੇ ਹੋਏ ਨੇ ਇਹਦਾ ਨੋਂ ਸਿੱਖੀ ਐ ਇਹਦਾ ਨੋਂ ਧਰਮ ਐ ਅਸੀਂ ਉਥੇ ਕਮਾ ਨਹੀਂ ਰਹੇ ਉਥੇ ਕਮਾ ਨਹੀਂ ਰਹੇ ਕਦੇ ਕਿਸੇ ਪਾਸੇ ਦੇਖੋ ਗੁਰਮਤਿ ਵਿੱਚ ਜਿੰਨੀ ਵੀ ਗੱਲ ਬੋਤੀ ਐ ਨਾ ਉਹ ਮਨ ਨੂੰ ਕਾਬੂ ਕਰਨਦੀ ਐ ਸਾਨੂੰ ਕਿ ਸਾਰੇ ਲਾਇਆ ਹੋਇਆ ਜੀ ਸੁਰਤ ਚੜਾ ਲਓ ਉਹ ਕਾਬੂ ਤੇਰੇ ਮਨ ਵੀ ਨਹੀਂ ਆਉਂਦਾ ਭਲਿਆ ਹਜ ਜਿਹੜਾ ਭਟਕਦਾ ਫਿਰਦਾ ਉਹ ਤੇ ਇੱਕ ਅਗਰੋ ਕੇ ਬੈਠੇ ਨਾ ਸੁਰਤ ਤੇ ਇੱਕ ਭਾਂਡੇ ਦਾ ਨੋਂ ਐ ਸੁਰਤ ਭਾਂਡੇ ਦਾ ਨਾਮ ਹੈ ਸੁਰਤ ਗੁਰਬਾਣੀ ਵਿੱਚ ਕਿਤੇ ਮੰਗੀ ਨਹੀਂ ਗਈ ਸੁਰਤ ਤੇ ਰੱਬ ਨੇ ਦੇਖ ਕੇ ਭੇਜਿਆ ਭਾਂਡਾ ਜੀਵਨ ਦਾ ਦੇਖ ਕੇ ਭੇਜਿਆ ਸੁਰਤ ਵੀ ਹੁਣ ਕੋਈ ਨਾ ਕੀ ਸੁਰਤ ਤੋਂ ਬਿਨਾਂ ਕੋਈ ਵੀ ਨਹੀਂ ਹੈ ਸੁਰਤ ਇੱਕ ਭਾਂਡੇ ਦਾ ਨਾਮ ਹੈ ਜਿੱਥੇ ਕੜੀਏ ਸੁਰਤ ਉਹ ਘੜਨੀ ਹੈ ਭਾਂਡਾ ਸਿਰਫ ਸਾਫ਼ ਕਰਨਾ ਹੈ ਭਾਂਡਾ ਧੋਏ ਵੈ ਸਤੂਪ ਦੇਵੋ ਪਹਿਲਾਂ ਭਾਂਡੇ ਨੂੰ ਧੋ ਉਹ ਭਾਂਡਾ ਧੋਣਾ ਕੀ ਹੈ ਸੁਰਤ ਨੂੰ ਸਾਫ਼ ਕਰ ਸੁਰਤ ਨੂੰ ਉੱਚੀ ਗੱਲ ਨੀਮੀ ਦੀ ਗੱਲ ਨਹੀਂ ਹੈ ਸੁਰਤ ਸਾਫ਼ ਕਰ ਲੈ ਉਹਦੇ ਵਿੱਚ ਗੁਰੂ ਦੇ ਬਚਨ ਟਿਕਣ ਫਿਰ ਮਨ ਨੂੰ ਟਕਾ ਮਨ ਭਟਕ ਲੈ ਮਨ ਭਟਕ ਲੈ ਸੁਰਤ ਨਹੀਂ ਭਟਕਦੀ ਸੁਰਤ ਤੇ ਇਕਾਗਰ ਹੈ ਜਿਹੜੀਆਂ ਅਸਲ ਗੁਰਮਤ ਦੀਆਂ ਗੱਲਾਂ ਸਨ ਨਾ ਸਾਨੂੰ ਉਹਨਾਂ ਤੋਂ ਦੂਰ ਕਰ ਦਿੱਤਾ ਗਿਆ ਤੋਂ ਬੇਨਤੀ ਕਰਾਂ ਅੱਜ ਆਪਾਂ ਜੀਵਨ ਜਾਂਚ ਸਿੱਖਦੇ ਹੁਆ ਗੁਰੂ ਦੇ ਅੰਮ੍ਰਿਤ ਬਚਨ ਵਿੱਚੋਂ ਖਾਲੇ ਆਪਤ ਇਹਨਾਂ ਗੱਲਾਂ ਵਿਚਾਰੀਆਂ ਨੇ ਚਾੰਦਨਾ ਚੰਦਨ ਆੰਗਨ ਪ੍ਰਭ ਜਿਉ ਅੰਤਰ ਚੰਦਨਾ ਸਭ ਤੋਂ ਪਹਿਲਾਂ ਮੈਨੂੰ ਚਾਨਣ ਮਿਲ ਜਾਏ ਗੁਰੂ ਦਾ ਗਿਆਨ ਮਿਲ ਜਾਏ ਦੂਜੀ ਗੱਲ ਇਹ ਸਿੱਖੀ ਸੀ ਗੁਰੂ ਕੋਲ ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ ਅੱਜ ਤੀਜੀ ਚੀਜ਼ ਸਿੱਖੀ ਹੈ ਤਿਆਗਣਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ ਮੈਂ ਪ੍ਰਸ਼ਾਦਾ ਤਿਆਗ ਕੇ ਚਲਾ ਜਾਵਾਂ ਕੁਝ ਨਹੀਂ ਬਣਨਾ ਕਪੜੇ ਤਿਆਗਦੇ ਆ ਕੁਛ ਨਹੀਂ ਬਣਨਾ ਪਹਿਰਾ ਜੁੱਤੀ ਨਾ ਪਾਵਾਂ ਕੁਛ ਨਹੀਂ ਬਣਨਾ ਗ੍ਰਸਤੀ ਤਿਆਗਦੇ ਆ ਘਰ ਤਿਆਗਦੇ ਆ ਜੰਗਲਾਂ ਚ ਚਲਾ ਜਾਵਾਂ ਕੁਛ ਕਰਾਂ ਇਹਨਾਂ ਨਾਲ ਕੁਛ ਵੀ ਨਹੀਂ ਬਣਨਾ ਜਿੰਨਾ ਚਿਰ ਮੇਰੀ ਬਿਰਤੀ ਪਾਪੀ ਐ ਨਾ ਉਹਨਾਂ ਚਿਰ ਪਾਪ ਤਨ ਕਰਕੇ ਨਹੀਂ ਕਮਾਵਾਂਗਾ ਮਨ ਕਰਕੇ ਕਮਾਉਂਦਾ ਹੀ ਰਹਿਮਾਂਗਾ ਜੇ ਮੇਰੀ ਬਿਰਤੀ ਚੰਗੀ ਹੋ ਗਈ ਨਾ ਮੇਰੀ ਬਿਰਤੀ ਚੰਗੀ ਹੋਈ ਨਾ ਗੱਲ ਹੀ ਜੋਗ ਨਾ ਹੋਈ ਇੱਕ ਦ੍ਰਿਸ਼ਟ ਕਰ ਸੰਸਾਰ ਜਾਣਾ ਜੋਗੀ ਕਹੀਐ ਸੋਈ ਇਸ ਦੁਨੀਆ ਦੀ ਕਾਲਖ ਵਿੱਚੋਂ ਆਪਣੇ ਜੀਵਨ ਦੇ ਕੱਪੜੇ ਨੂੰ ਬੇਦਾਗ ਰੱਖ ਕੇ ਤੁਰ ਪਵੇਂ ਬਸ ਐਦਾ ਨਾ ਤਰਮੇ ਐਦਾ ਨਾ ਜੀਵਨ ਹੈ ਐਦਾ ਨਾ ਜ਼ਿੰਦਗੀ ਹੈ ਗੁਰੂ ਦੇ ਬਚਨਾਂ ਵਿੱਚੋਂ ਸਿੱਖ ਉਹਨੇ ਵਿੱਚੋਂ ਸਿੱਖ ਮੈਂ ਕੀ ਕੁਝ ਤਿਆਗਣਾ ਹੈ ਤੇ ਕੀ ਕੁਝ ਗ੍ਰਹਿਣ ਕਰਨਾ ਹੈ ਅੱਜ ਸਾਡੇ ਸਾਹਮਣੇ ਚਿੱਟੇ ਦਿਨ ਵਾਂਗੂ ਸਪਸ਼ਟ ਹੈ ਮੈਂ ਕੀ ਤਿਆਗਣਾ ਹੈ ਹੁਣ ਆਪਣੇ ਆਪ ਨੂੰ ਪੁੱਛ ਕੇ ਦੇਖਿਓ ਰੋਜ਼ ਰੋਜ ਪੁੱਛ ਕੇ ਦੇ ਕੇ ਰੋਜ ਸਫਾਈ ਕਰਨੀ ਪੈਂਦੀ ਹੈ ਰੋਜ ਸਫਾਈ ਕਰਨੀ ਪੈਂਦੀ ਦੋ ਸ਼ਬਦ ਹੋਰ ਕਹਨੇ ਆ ਜੀ ਨਹੀਂ ਕਰਦਾ ਸਮਾਪਤੀ ਕਰਨ ਤੇ ਦੋ ਸ਼ਬਦ ਹੋਰ ਕਹਨੇ ਆ ਰੱਬ ਨੇ ਸਾਨੂੰ ਸਾਜਿਆ ਸਾਜਣਾ ਇੱਕ ਦਿਨ ਦਾ ਕੰਮ ਹੈ ਜਿਹੜਾ ਮਕਾਨ ਬਣਾ ਕੇ ਜਾਂਦਾ ਉਹ ਇੱਕ ਦਿਨ ਬਣਾ ਕੇ ਚਲਾ ਗਿਆ ਸਾਦ ਆ ਗਿਆ ਹੋਏਗਾ ਪਰ ਜਿਹਨੇ ਮਕਾਨ ਨੂੰ ਸਵਾਰਨਾ ਉਹਨੇ ਰੋਜ ਸਵਾਰਨਾ ਜਿਹਨੇ ਸਵਾਰਨਾ ਉਹਨੇ ਰੋਜ ਸਵਾਰਨਾ ਸਵਾਰਨਾ ਰੋਜ਼ ਪੈਂਦਾ ਸਾਜਣਾ ਇੱਕ ਦਿਨ ਦਾ ਕੰਮ ਹੈ ਸਾਜਣਾ ਤੇ ਇੱਕ ਵਾਰੀ ਹੋ ਗਿਆ ਬਣਾ ਦਿੱਤਾ ਰੱਬ ਨੇ ਸਾਨੂੰ ਇੱਕ ਵਾਰੀ ਬਣਾ ਦਿੱਤਾ ਰੋਜ਼ ਅਸੀਂ ਰੱਬ ਕੋਲ ਨਹੀਂ ਜਾਂਦੇ ਰੋਜ਼ ਗੁਰੂ ਕੋਲ ਜਾਂਦੇ ਗੁਰੂ ਤੋਂ ਸਾਨੂੰ ਸਵਾਰਨਾ ਹੈ ਤੂੰ ਸਾਨੂੰ ਸਵਾਰਨਾ ਹੈ ਰੋਜ਼ ਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਆਪਾਂ ਗਿਰਦੇ ਚ ਬਸਾਉਣਾ ਮੈਂ ਸਵਾਰ ਸਕਾਂ ਆਪਣੇ ਆਪ ਨੂੰ ਇਵੇਂ ਸਵਾਰ ਸਕਾਂ ਮੇਰੇ ਅੰਦਰ ਕਾਮ ਨਾ ਹੋਵੇ ਨਾਮ ਹੋਵੇ ਮੇਰੇ ਅੰਦਰ ਕ્રોਧ ਲੋਭ ਨਾ ਹੋਵੇ ਮੇਰੇ ਅੰਦਰ ਗੁਰੂ ਦੀ ਅਮਰਤਮਈ ਬਾਣੀ ਹੋਵੇ ਜਦੋਂ ਕੋਈ ਮੇਰੇ ਹਿਰਦੇ ਨੂੰ ਖੜਕਾ ਕੇ ਵੇਖੇ ਜਦੋਂ ਕੋਈ ਇਹਨੂੰ ਖੜਕਾ ਕੇ ਵੇਖੇ ਉਹ ਨਿਰਾਸ਼ ਨਾ ਹੋਵੇ ਉਹ ਕਬੇ ਮੈਨੂੰ ਗੁਰੂ ਗੋਬਿੰਦ ਸਿੰਘ ਪਤਾ ਦੱਸ ਕੇ ਗਿਆ ਸੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਮੈਨੂੰ ਗੁਰੂ ਗੋਬਿੰਦ ਸਿੰਘ ਦੱਸ ਕੇ ਗਿਆ ਸੀ ਜੇ ਮੈਨੂੰ ਮਿਲਣਾ ਹੋਇਆ ਖਾਲਸੇ ਦੇ ਵਿੱਚ ਮੇਰਾ বাস ਹੈ ਜਦੋਂ ਖਾਲਸੇ ਦਾ ਬੂਆ ਖੜਕਾਵਾਂ ਉਦੋਂ ਅੰਦਰੋਂ ਕਾਮ ਕ੍ਰੋਧ ਲੋਭ ਨਾ ਪ੍ਰਗਟ ਹੋਣ ਉਦੋਂ ਕਹalte ਦੇ ਅੰਦਰੋਂ ਗੁਰੂ ਗੋਬਿੰਦ ਸਿੰਘ ਬੋਲਦਾ ਹੋਵੇ ਲੋਕ ਕਹਿਣ ਵੀ ਇਹ ਲੋਕ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਲਨੀ ਕਮਾਣੀ ਦਾ ਮਾਲਕ ਹੈ ਇਤਨੀ ਬੇਨਤੀ ਕਬੂਲ ਕਰਿਓ ਅਰਦਾਸ ਕਰੀਏ ਰਲ ਮਿਲ ਕੇ ਸਤਗੁਰ ਜੀ ਕਿਰਪਾ ਕਰੋ ਬਾਹਰੋਂ ਬੜੀ ਤਰ੍ਹਾਂ ਦੇ ਸਾਬਣ ਨੇ ਬੜੀ ਤਰ੍ਹਾਂ ਦੇ ਅੱਜਕੱਲ ਇਹੋ ਜੇ ਸਿਸਟਮ ਨੇ ਜਿਨਾਂ ਦੀ ਨਾਲ ਮੈਂ ਆਪਣੇ ਬਾਹਰੀ ਤੌਰ ਤੇ ਸਰੀਰ ਨੂੰ ਸ਼ਿੰਗਾਰ ਸਕਦਾ ਹਾਂ ਪਰ ਮਨ ਨੂੰ ਧੋਣ ਦਾ ਸਾਧਨ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਹੈ ਕਾਮ ਮੇਰੇ ਤਨ ਵਿੱਚ ਨਹੀਂ ਹੈ ਕ੍ਰੋਧ ਮੇਰੇ ਤਨ ਵਿੱਚ ਨਹੀਂ ਹੈ ਲੋਭ ਮੇਰੇ ਤਨ ਵਿੱਚ ਨਹੀਂ ਹੈ ਇਹ ਮੇਰੇ ਮਨ ਵਿੱਚ ਹੈ ਮਨ ਨੂੰ ਧੋਣ ਦੀ ਸਮਰੱਥਾ ਮੇਰੇ ਕੋਲ ਨਹੀਂ ਹੈ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਕਿਰਪਾ ਕਰੋ ਮੇਰੇ ਅੰਦਰੋਂ ਵਿਕਾਰ ਕੱਢ ਕੇ ਨਿਰੰਕਾਰ ਦਾ ਵਾਸਾ ਪਾਵੋ ਪਿਆਰ ਦਾ ਵਾਸਾ ਪਾਵੋ ਮੇਰੇ ਅੰਦਰ ਕਿਰਦਾਰ ਦਾ ਵਾਸਾ ਪਾਵੋ ਜਿਉਂ ਜਿਵੇਂ ਮੈਂ ਬਾਹਰੋਂ ਦਿਸਨਾ ਉਹ ਜਿਵੇਂ ਅੰਦਰੋਂ ਹੋ ਸਕਾਂ ਭੁੱਲ ਚੁੱਕਾਂ ਦੀ ਖਿਮਾ ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ